ਦੁਆਬਾ ਰੇਡੀਓ ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਅਤੇ ਦੁਆਬਾ ਰੇਡੀਓ ਦਾ ਮੰਚ ਗੱਲਾਂ ਬਾਤਾਂ ਦਾ ਆਗਾਜ਼ ਅਗਲੀ ਗੱਲਬਾਤ ਕਰਨ ਜਾ ਰਹੇ ਆਪਾਂ ਈਰਾਨ ਤੇ ਈਰਾਨੀਆਂ ਦੀ ਹਰਪਾਲ ਸਿੰਘ ਪੰਨੂ ਹੁਣਾ ਜੀ ਦੀ ਕਲਮ ਹੈ ਈਰਾਨ ਤੇ ਈਰਾਨੀ ਜਿਹੜੀ ਕਿਤਾਬ ਹੈ ਜਿਸ ਦੇ ਵਿੱਚੋਂ ਅਗਲਾ ਜਿਹੜਾ ਲੜੀ ਪਰ ਭਾਗ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਜ ਤੇ ਦੋਆਬਾ ਰੀਡੂ ਦਾ ਮਾਂਚ 2004 ਦੀਆਂ ਗਰਮੀਆਂ ਦੇ ਵਿੱਚ ਮਾਂਟਰੀਅਲ ਸ਼ਹਿਰ ਦੇ ਮੁਸਲਮਾਨ ਸੰਗਤ ਚ ਮਾਂਟਰੀਅਲ ਦੀ ਮਸਜਿਦ ਦੇ ਇਮਾਮ ਨੇ ਕਿਹਾ ਕਹਿ ਦਿੱਤਾ ਕਿ ਜਹੂਦੀਆਂ ਖਿਲਾਫ ਨਫ਼ਰਤ ਇਸਲਾਮੀ ਥੀਓਲੋਜੀ ਦਾ ਜਿਹੜਾ ਅਨਿਖੜ ਹਿੱਸਾ ਬਣ ਗਿਆ ਜੋ ਸੇਤਮੰਦ ਰੋਜ਼ਾਨ ਨਹੀਂ ਹੈ ਇਸ ਕਥਨ ਸਦਕਾ ਹੋ ਹੱਲਾ ਮਚਣਾ ਹੀ ਸੀ ਸਾਬਤ ਕਰੋ ਕਿ ਰਚਕ ਮਾਤਰ ਵੀ ਇਸਲਾਮ ਦੇ ਵਿੱਚ ਨਫ਼ਰਤ ਦੀ ਨਫ਼ਰਤ ਦੀ ਨਿਸ਼ਾਨੀ ਹੈ ਇਹ ਇਮਾਮ ਖਲੀਲ ਮੁਹੰਮਦ ਹੁਣ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਵਿੱਚ ਇਸਲਾਮਿਕ ਲਾ ਦਾ ਪ੍ਰੋਫੈਸਰ ਹੈ ਵਿਦਿਆ ਤੇ ਉਸ ਦੇ ਰੁਤਬੇ ਸਦਕਾ ਵਾਵੇਲਾ ਮਚਾਉਣ ਦੀ ਥਾਂ ਸੰਜੀਦਗੀ ਦੇ ਨਾਲ ਗੱਲ ਸੁਣਨੀ ਕਰਨੀ ਚਾਹੀਦੀ ਸੀ ਪਰ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਦਲੀਲ ਦੀ ਸੰਜੀਦਗੀ ਨਿਮਰਤਾ ਜਾਣਨ ਦੀ ਇੱਛਾ ਅਜੇ ਗੈਰਹਾਜ਼ਰ ਹਨ ਖਲੀਲ ਜਿਹੜਾ ਹੈ ਖੁੰਡ ਚਰਚਾ ਕਰਨ ਵਾਲੇ 부ਝ 부ਝਕੜਾਂ ਦੇ ਵਿੱਚੋਂ ਨਹੀਂ ਹੈ ਉਸਨੇ ਧਰਮ ਅਤੇ ਮਨੋਵਿਗਿਆਨਕ ਦੇ ਵਿੱਚ ਜਿਹੜਾ ਬੈਚਲਰਸ ਪਿੱਛੋਂ ਜੁਡਾਈਜ਼ਮ ਅਤੇ ਇਸਲਾਮ ਦੀ ਸਪੈਸ਼ਲਾਈਜ਼ੇਸ਼ਨ ਦੇ ਨਾਲ ਮਾਸਟਰਸ ਕਰਕੇ ਇਸਲਾਮਿਕ ਲਾ ਦੇ ਵਿੱਚ ਡਾਕਟਰ ਰੇਟ ਕੀਤੀ ਹੈ ਇਹ ਸਾਰੀ ਵਿਦਿਆ ਪੱਛਮੀ ਯੂਨੀਵਰਸਟੀਆਂ ਦੇ ਵਿੱਚੋਂ ਹਾਸਲ ਕਰਨ ਕਰਕੇ ਉਸ ਨੂੰ ਲੱਗਿਆ ਕਿ ਕਿਤੇ ਕਸਰ ਨਾ ਰਹਿ ਜਾਵੇ 사우ਦੀ ਅਰਬ ਦੀ ਇਸਲਾਮਿਕ ਯੂਨੀਵਰਸਿਟੀ ਰਿਆਦ ਤੋਂ ਵਿਸ਼ ਜਿਹੜਾ ਸੀ ਉਸਨੇ ਸ਼ਰੀਅਤ ਦੀ ਉੱਚ ਵਿਦਿਆ ਪ੍ਰਾਪਤ ਕੀਤੀ ਬਾਕੀਆਂ ਦੀਆਂ ਗੱਲਾਂ ਛੱਡੋ ਮੁਹੰਮਦ ਅਲ ਮਸਰੀ ਕੈਨੇਡੀਅਨ ਇਸਲਾਮੀ ਕਾਂਗਰਸ ਦੇ ਪ੍ਰਧਾਨ ਨੇ ਖਲੀਲ ਤੇ ਦੋਸ਼ ਲਾਇਆ ਇਹ ਪ੍ਰੋਫੈਸਰ ਨਸਲੀ ਨਫ਼ਰਤ ਦੇ ਬੀਜ ਬੀਜ ਰਿਹਾ। ਇਸੇ ਮੁਹੰਮਦ ਅਲ ਮਸਰੀ ਨੇ ਥੋੜੀ ਦੇਰ ਬਾਅਦ ਐਲਾਨ ਕੀਤਾ ਸੀ 18 ਸਾਲਾਂ ਤੋਂ ਵਧੇਕ ਉਮਰ ਦੇ ਸਾਰੇ ਇਹੂਦੀ ਬੱਚੇ ਕਤਲ ਕਰ ਦੇਣੇ ਚਾਹੀਦੇ ਨੇ। ਬਿੱਲੀ ਦਾ ਸ਼ਾਂਤੀ ਪਾਠ ਸੁਣ ਕੇ ਸਭ ਹੱਸ ਪਏ ਸਨ। ਜਵਾਬ ਦਿੰਦਿਆਂ ਖਲੀਲ ਨੇ ਕਿਹਾ ਸੀ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਸਦੀਆਂ ਬਾਅਦ ਮੁਸਲਮਾਨਾਂ ਨੇ ਹਦੀਸ ਲਿਖੀ ਹੈ। हदीस इस्लामी تعلیم ਦਾ ਅਹਿਮ ਹਿੱਸਾ ਹੈ ਹਦੀਸ ਦੇ ਅਨੁਸਾਰ ਜਹੂਦੀ ਇੱਜ਼ਤਦਾਰ ਆਦਮੀ ਨਹੀਂ ਕਿਆਮਤ ਤੱਕ ਉਹ ਰੱਬ ਦਾ ਵੈਰੀ ਰਹੇਗਾ ਮਸਜਿਦਾਂ ਮਦਰੱਸਿਆਂ ਦੇ ਵਿੱਚ ਇਹੋ ਹੀ ਵਿੱਦਿਆ ਪੜਾਈ ਜਾ ਰਹੀ ਹੈ ਸਹਿਜ ਸੁਭਾਅ ਵਿਦਿਆਰਥੀਆਂ ਦੇ ਦਿਲ ਦੇ ਵਿੱਚ ਜਹੂਦੀ ਵਿਰੁੱਧ ਨਫ਼ਰਤ ਦੇ ਬੀਜ ਟਿਕਾ ਦਿੱਤੇ ਜਾਂਦੇ ਨੇ ਤੇ ਉਹੀ ਪੁਰਾਣਾ ਰਾਗ ਆਵਾਜ਼ਾਂ ਆਈਆਂ ਖਲੀਲ ਨੂੰ ਇਸਲਾਮ ਵਿੱਚੋਂ ਛੇਕੋ ਖਲੀਲ ਨੇ ਕਿਹਾ ਕਿ ਮੇਰਾ ਫੈਸਲਾ ਹੈ ਮੈਂ ਮੋਮਨਾ ਨੂੰ ਮੱਧ ਕਾਲੀ ਇਸਲਾਮ ਦੇ ਵਿੱਚੋਂ ਬਾਹਰ ਲੈ ਕੇ ਆਵਾਂਗਾ ਜਿਵੇਂ ਕਿ ਭਾਰਤ ਦੇ ਵਿੱਚ ਵੀ ਕਹਿ ਸਕਦੇ ਆ ਜੋ ਸਟੱਡੀ ਸਿਸਟਮ ਹੈ ਜੋ ਕੋਚਾ ਹੈ ਇੱਕ ਦੂਸਰੇ ਧਰਮ ਦੇ ਖਿਲਾਫ ਜਿਹੜਾ ਬੀਜ ਪਹਿਲਾਂ ਹੀ ਜਿਹੜਾ ਬੱਚਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਐਜੂਕੇਸ਼ਨ 'ਚ ਬੀਜ ਦਿੱਤਾ ਜਾਂਦਾ ਨਫ਼ਰਤ ਭਰ ਦਿੱਤੀ ਜਾਂਦੀ ਹੈ ਉਹੀ ਜਿਹੜਾ ਦੂਸਰੇ ਧਰਮਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਮੁਸਲਮ ਦੇ ਨਾਲ ਮੁਸਲਮ ਹੀ ਲੜ ਰਹੇ ਨੇ ਮੇਰਾ ਫੈਸਲਾ ਹੈ ਕਿ ਮੌਮਨਾ ਨੂੰ ਮੱਧ ਕਾਲੀ ਇਸਲਾਮ ਦੇ ਵਿੱਚੋਂ ਬਾਹਰ ਲੈ ਕੇ ਆਵਾਂਗਾ ਉਸ ਦੇ ਵਿੱਚ ਇੱਕ ਨੁਕਸ ਇਹ ਵੀ ਹੈ ਕਿ ਉਹ ਦਾੜੀ ਵਾਲਾ ਇਮਾਮ ਨਹੀਂ ਹੈ ਪਹਿਲੀ ਨਮਾਜ਼ ਸੂਰਾ ਅਲ ਫਤਿਹ ਹੈ ਜੋ ਸਭ ਤੋਂ ਪਹਿਲਾਂ ਸਿਖਾਈ ਜਾਂਦੀ ਹੈ ਉਸ ਦੇ ਵਿੱਚ ਕੁਝ ਜਿਹੜੇ ਉਹ ਨੁਕਤੇ ਦੱਸੇ ਨੇ ਉਹਨਾਂ ਨੇ ਪਹਿਲਾ ਹੈ ਕਿ ਮਿਹਰਬਾਨ ਦਰਿਆ ਦਿਲ ਰੱਬ ਦੇ ਨਾਮ ਤੇ ਦੂਸਰੀ ਗੱਲ ਆਉਂਦੀ ਹੈ ਕੁੱਲ ਕਾਇਨਾਤ ਦੇ ਮਾਲਕ ਨੂੰ ਸਲਾਮ ਹੈ ਤੀਸਰੀ ਗੱਲ ਉਹ ਕਹਿੰਦੇ ਨੇ ਕਿ ਐ ਕਿਆਮਤ ਦੇ ਮਾਲਕ ਅਸੀਂ ਕੇਵਲ ਤੇਰੀ ਬੰਦਗੀ ਕਰਦੇ ਹਾਂ ਚੌਥੀ ਗੱਲ ਉਹ ਲਿਖਦੇ ਨੇ ਕਿ ਸਾਨੂੰ ਸਹੀ ਰਸਤੇ ਤੇ ਤੋਰ ਤੇ ਪੰਜਵੀਂ ਗੱਲ ਲਿਖਦੇ ਨੇ ਉਸ ਰਸਤੇ ਦੇ ਉੱਪਰ ਨਹੀਂ ਜਿਸ ਉੱਪਰ ਚੱਲਣ ਵਾਲਿਆਂ ਤੇ ਤੇਰਾ ਕਹਿਰ ਟੁੱਟੇ ਛੇਵੀਂ ਗੱਲ ਲਿਖਦੇ ਨੇ ਕਿ ਉਹ ਰਸਤਾ ਵੀ ਨਾ ਦਿਖਾਈ ਜੋ ਤੈਥੋਂ ਪਰੇ ਲੈ ਜਾਂਦਾ ਹੋਵੇ ਸਾਨੂੰ ਪੰਕਤੀਆਂ ਦੇ 1 ਤੋਂ 6 ਨੰਬਰ ਅਸੀਂ ਆਪ ਲਾਏ ਇਨਾ 6 ਪੰਕਤੀਆਂ ਦਾ ਪਾਠ ਹਰੇਕ ਧਰਮ ਦਾ ਮូរੀਦ ਖੁਸ਼ੀ ਦੇ ਨਾਲ ਕਰੇਗਾ ਹੀ ਕਰੇਗਾ ਕਿਉਂਕਿ ਇਸ ਦੇ ਵਿੱਚ ਪਾਕ ਇਮਾਨ ਅਤੇ ਅਰਦਾਸ ਹੈ ਨਬੀ ਦੇ ਦੇਹਾਂਤ ਤੋਂ 2 ਸਦੀਆਂ ਬਾਅਦ ਇਸ ਸੂਰਾ ਸੂਰਾ ਮੈਨੇ ਅਧਿਆਏ ਹੈ ਅਧਿਆਏ ਨੂੰ ਕਹਿੰਦੇ ਆ ਸੂਰਾ ਦੇ ਅਰਬ ਜਿਹੜੇ ਨੇ ਅਰਥ ਵਿਦਵਾਨਾਂ ਨੇ ਹਦੀਸ ਦੇ ਵਿੱਚ ਮਰਜ਼ੀ ਦੇ ਨਾਲ ਤਬਦੀਲ ਕਰ ਦਿੱਤੇ ਲਿਖਿਆ ਕਿ ਪੰਜਵੀਂ ਪੰਕਤੀ ਜਹੂਦੀਆਂ ਵਾਸਤੇ ਹੈ ਤੇ ਉਹ ਗਲਤ ਰਸਤੇ ਤੇ ਚੱਲੇ ਜਿਸ ਕਰਕੇ ਖੁਦਾ ਦਾ ਕਹਿਰ ਟੁੱਟਿਆ ਤੇ ਟੁੱਟਦਾ ਰਹੇਗਾ ਵੀ ਈਸਾਈ ਰਤਾ ਘਟ ਗੁਨਾਹਗਰ ਹਨ 6ਵੀਂ ਪੰਕਤੀ ਉਹਨਾਂ ਵਾਸਤੇ ਉਤਰੀ ਹੈ ਇਹਨਾਂ ਦੋ ਪੰਕਤੀਆਂ ਦੇ ਮਨ ਘੜਤ ਅਰਥਾ ਕਾਰਨ ਇਸਲਾਮ ਜਹੂਦੀਆਂ ਦਾ ਦੁਸ਼ਮਣ ਅਤੇ ਈਸਾਈਆਂ ਦੇ ਲਈ ਉਪਰਾ ਹੋ ਗਿਆ ਹਦੀਸ ਦੇ ਧੜਿਆਂ ਨੇ ਹਦੀਸ ਦੇ ਜਿਹੜੇ ਘਾੜੇ ਸਨ ਉਹਨਾ ਨੇ ਜਿਹੜਾ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਪੰਜਵੀਂ ਅਤੇ 6ਵੀਂ ਪੰਕਤੀ ਦੇ ਵਿੱਚ ਜਹੂਦੀ ਜਾਂ ਈਸਾਈ ਲਫ਼ਜ਼ ਤਾਂ ਨਬੀ ਨੇ ਲਿਖੇ ਹੀ ਨਹੀਂ ਐ ਫਿਰ ਇਹ ਉਹਨਾਂ ਵਾਸਤੇ ਨੇ ਕਿਵੇਂ ਮੰਨਿਆ ਸੀ ਕੁਰਾਨ ਦੇ ਵਿੱਚ ਹੋਰ ਅਨੇਕ ਥਾਵਾਂ ਦੇ ਉੱਤੇ ਜਹੂਦੀਆਂ ਈਸਾਈਆਂ ਦੇ ਨਾਮ ਲੈ ਕੇ ਬਚਨ ਲਿਖੇ ਮਿਲ ਜਾਂਦੇ ਨੇ ਯਾਨੀ ਕਿ ਸ਼ਬਦ ਲਿਖੇ ਮਿਲਦੇ ਨੇ ਇੱਥੇ ਵਿਆਖਿਆਕਾਰਾਂ ਨੇ ਹਦੀਸ ਦੇ ਵਿੱਚ ਆਪਣੇ ਕੋਲੋਂ ਲਖਣ ਲਾ ਕੇ ਅਰਥਾ ਦੀ ਤਾਂ ਅਨਰਥ ਗیتے ਹੈ ਕਿਉਂਕਿ ਹਦੀਸ ਲੇਖਕ ਮੁਸਾਈਆਂ ਈਸਾਈਆਂ ਨੂੰ ਖੁਦ ਨਫ਼ਰਤ ਕਰਦੇ ਸਨ ਨਬੀ ਨੇ ਉਹਨਾਂ ਨੂੰ ਨਫ਼ਰਤ ਨਹੀਂ ਕੀਤੀ ਇਹਨਾਂ ਗਲਤ ਅਰਥਾਂ ਨੂੰ ਸਹੀ ਕੇਵਲ ਇਸੇ ਕਰਕੇ ਮੰਨਿਆ ਜਾਂਦਾ ਹੈ ਰਿਹਾ ਹੈ ਕਿਉਂਕਿ ਬਹੁਤ ਪੁਰਾਣੇ ਨੇ ਹੁਣ ਜਿਵੇਂ ਕਿ ਆਪਣੇ ਗੁਰਬਾਣੀ ਦੀ ਗੱਲ ਆਉਂਦੀ ਹੈ ਜੇ ਇਹਨੂੰ ਜਿੱਦਾਂ ਕੋਈ ਪੰਕਤੀ ਜਿਹੜੀ ਹੈ ਰਾਸ ਆਉਂਦੀ ਹੈ ਜਾਂ ਉਹ ਲੋਣੀ ਚਾਹੁੰਦਾ ਹੈ ਉਸ ਤਰ੍ਹਾਂ ਲਾ ਲੈਂਦਾ ਪਰ ਉਹ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ ਜੋ ਕੁਝ ਸਮਾਸੀ ਉਹਦੇ ਅਨੁਸਾਰ ਜੋ ਕੁਝ ਉਹਨਾਂ ਨੇ ਗੁਰੂ ਸਾਹਿਬਾਂ ਨੇ ਉਹਦੇ ਵਿੱਚ ਦਰਜ ਕੀਤਾ ਹੈ ਪਰ ਉਹਦੇ ਅੱਜ ਦੇ ਹਿਸਾਬ ਦੇ ਨਾਲ ਉਹ ਸਾਡੇ ਲੋਕ ਜਿਹੜੇ ਨੇ ਖਾਸ ਕਰ ਜਿਹੜੇ ਲੋਕ ਜਿਹੜੇ ਨੇ ਗਿਆਨ ਵੰਡਦੇ ਨੇ ਇਹਨਾਂ ਚੀਜ਼ਾਂ ਦਾ ਉਹ ਇਸ ਚੀਜ਼ ਦੇ ਵਿੱਚ ਜ਼ਿਆਦਾ ਜਿਹੜਾ ਪੁਜਾਰੀਵਾਦ ਢਾਂਚਾ ਕਹਿ ਸਕਦੇ ਹੋ ਉਹ ਹੀ ਚੀਜ਼ਾਂ ਦਾ ਜ਼ਿਆਦਾ ਮਿਸਯੂਜ਼ ਕਰ ਰਿਹਾ ਇੱਕ ਵੱਡਾ ਸੰਕਟ ਹੋਰ ਹੈ ਵਧੇਕ ਮੁਸਲਮਾਨ ਅਰਬੀ ਨਹੀਂ ਜਾਣਦੇ ਜਿਵੇਂ ਕਿ ਆਪਾਂ ਬਹੁਤ ਸਾਰੇ ਲੋਕਾਂ ਉਹਨਾਂ ਵਿੱਚੋਂ ਮੈਂ ਵੀ ਇੱਕ ਆ ਜਿਵੇਂ ਕਿ ਆਪਾਂ ਗੁਰਮੁਖੀ ਨੂੰ ਜਿਹੜਾ ਬਹੁਤ ਘੱਟ ਜਾਣਦੇ ਆ ਜਾਂ ਜਿਹੜੇ ਪੜ੍ਹ ਨਹੀਂ ਸਕਦੇ ਜਾਂ ਉਹਨਾਂ ਦਾ ਉਚਾਰਨ ਸਹੀ ਨਹੀਂ ਕਰ ਸਕਦੇ ਤੇ ਇਸੇ ਤਰ੍ਹਾਂ ਹੋਰ ਧਰਮਾਂ ਦੇ ਵਿੱਚ ਵੀ ਹੈ ਇੱਕ ਵੱਡਾ ਸੰਕਟ ਹੋਰ ਹੈ ਕਿ ਵਧੇਕ ਮੁਸਲਮਾਨ ਅਰਬੀ ਨਹੀਂ ਜਾਣਦੇ ਕੁਰਾਨ ਦੇ ਅਰਬ ਕੁਰਾਨ ਦੇ ਅਰਥ ਅੰਗਰੇਜ਼ੀ ਸਮੇਤ ਜਿਸ ਵੀ ਜ਼ਬਾਨ ਦੇ ਵਿੱਚ ਕੀਤੇ ਗਏ ਉਹਨਾਂ ਦਾ ਆਧਾਰ ਹਦੀਸ ਹੈ ਉਕਤ ਛੇ ਪੰਕਤੀਆਂ ਰੱਬ ਦੇ ਉਹ ਬੋਲ ਨੇ ਜੋ ਪੈਗੰਬਰ ਨੇ ਸੁਣੇ ਤੇ ਦਰਜ ਕਰਵਾਏ ਨੇ ਅਰਬੀ ਜਾਣਨ ਵਾਲੇ ਤਾਂ ਪੜ੍ਹ ਲੈਣਗੇ ਕਿ ਇੱਥੇ ਯਹੂਦੀਆਂ ਈਸਾਈਆਂ ਦਾ ਜ਼ਿਕਰ ਨਹੀਂ ਪਰ ਬਾਕੀ ਲੋਕ ਗੁੰਮਰਾਹ ਹੋਣਗੇ। ਇਹੀ ਕਾਰਨ ਹੈ ਕਿ ਅਰਬ ਦੇ ਜਵਾਨ ਸ਼ਾਂਤ ਹਨ। ਜਿਹੜੀ ਉੱਥੇ ਦੀ ਜਵਾਨੀ ਆ ਸ਼ਾਂਤ ਹੈ। 19 ਗਿਣਤੀ ਦੇ ਵਿੱਚ ਜਹਾਦੀ ਅਰਬ ਨਹੀਂ ਹਨ। ਅਰਬੀ ਨਹੀਂ ਨੇ। ਜਿਨ੍ਹਾਂ ਨੇ ਅਰਬੀ ਜ਼ਬਾਨ ਤੋਂ ਅਣਜਾਣ ਦੇਸ਼ਾਂ ਦੇ ਜਵਾਨ ਗਰਮ ਹਨ। ਸਾਊਦੀ ਅਰਬ ਬਾਕੀ ਦੇਸ਼ਾਂ ਦੇ ਵਿੱਚ ਖਰਬਾ ਡਾਲਰ ਦੇ ਡਾਲਰ ਦੌਲਤ ਸੁੱਟ ਕੇ ਜਹਾਦ ਦੀ ਕਮਾਨ ਸੰਭਾਲ ਰਿਹਾ ਹੈ ਪੱਛਾਂ ਦੇ ਵਿੱਚ ਅਨੇਕ ਮਦਰਸੇ ਨੇ ਅਮਰੀਕਾ ਦੇ ਸਮੇਤ ਅਰਬੀ ਜਾਣਨ ਵਾਲੇ ਬੱਚਿਆਂ ਨੂੰ ਵੀ ਮੌਲਵੀ ਸਿਖਾ ਦਿੰਦੇ ਨੇ ਕਿ ਪੰਜਾਬੀ ਪੰਕਤੀ ਜਹੂਦੀਆਂ ਵਾਸਤੇ ਤੇ 6ਵੀਂ ਜਿਹੜੀ ਪੰਜਵੀਂ ਪੰਕਤੀ ਜਹੂਦੀਆਂ ਵਾਸਤੇ ਤੇ 6ਵੀਂ ਆਇਤ ਇਸਾਈਆਂ ਵਾਸਤੇ ਹੈ ਉਕਤ 6 ਪੰਕਤੀਆਂ ਮੁਸਲਮਾਨਾਂ ਦੇ ਲਈ ਕਿਉਂ ਪਾਠ ਕਰਕੇ ਮੈਨੂੰ ਲੱਗਾ ਕਿ ਇਹ ਮੇਰੇ ਵਰਗੇ ਸਿੱਖ ਵਾਸਤੇ ਹੀ ਵੀ ਬਰਾਬਰ ਕੀਮਤੀ ਨੇ ਮੈਂ ਵਾਹਿਗੁਰੂ ਦੇ ਹੁਕਮਾਂ ਦੀ ਪਰਵਾਹ ਨਾ ਕਰਾਂਗਾ ਤਾਂ ਮੇਰੇ ਉੱਪਰ ਬਿੱਤਾ ਆਏਗੀ ਮੈਨੂੰ ਰੱਬ ਆਪਣੇ ਰਸਤੇ ਤੋਂ ਦੂਰ ਨਾ ਜਾਣ ਦੇ ਇਹ ਪੰਕਤੀਆਂ ਜਹੂਦੀਆਂ ਤੇ ਈਸਾਈਆਂ ਵਾਸਤੇ ਨੇ ਕਿ ਮੁਸਲਮਾਨਾਂ ਵਾਸਤੇ ਨਹੀਂ ਨਹੀਂ ਮੁਸਲਮਾਨ ਖੁਦ ਦੇ ਰਸਤੇ ਤੋਂ ਭਟਕੇਗਾ ਕਿ ਉਹ ਰੱਬੀ ਕਹਿਰ ਦਾ ਸ਼ਿਕਾਰ ਨਹੀਂ ਹੋਏਗਾ ਕਿ ਮੁਸਲਮਾਨ ਨਹੀਂ ਚਾਹੁੰਦੇ ਉਹ ਖੁਦਾ ਦੇ ਰਸਤੇ ਉਪਰੇ ਨਾ ਜਾਣ ਜਿਹੜੀਆਂ ਇਲਹਾਮੀ ਆਵਾਜ਼ਾਂ ਯੂਨੀਵਰਸਲ ਕਵਰੇਜ ਕਰਦੀਆਂ ਸਨ ਉਹ ਮੁਸਾਈਆਂ ਈਸਾਈਆਂ ਵੱਲ ਸੇਧ ਦਿੱਤੀਆਂ ਗਈਆਂ ਇਹੋ ਜਿਹੀ ਸਾਜ਼ਿਸ਼ ਬੰਦਾ ਕਰਦਾ ਹੈ ਨਾ ਰੱਬ ਨਾ ਉਸਦੇ ਪੈਗੰਬਰ ਕਰਦੇ ਨੇ ਹਦੀਸਕਾਰ ਦੀ ਸਾਜ਼ਿਸ਼ ਅਰਬ ਇਜ਼ਰਾਈਲ ਟੱਕਰ ਦੀ ਬੁਨਿਆਦ ਹੈ ਪੰਜਵੀਂ ਛੇਵੀਂ ਪੰਕਤੀ ਬੀਜ ਹਨ ਇਸਦੇ ਇਸ ਬੀਜ ਨੇ ਵੱਡ ਵੱਡੇ ਆਕਾਰੀ ਬਿਰਖ ਦਾ ਰੂਪ ਧਾਰ ਲਿਆ ਇਸ ਬੁਰੇ ਬਿਰਖ ਦੀਆਂ ਖੋੜਾਂ ਦੇ ਵਿੱਚੋਂ ਜ਼ਹਿਰੀਲੇ ਸੱਪ ਫੁੰਕਾਰ ਰਹੇ ਨੇ ਬੁੱਲਾਂ ਤੇ ਜੀਭ ਫੇਰ ਰਹੇ ਨੇ ਕੇਵਲ ਅਰਬ ਦੇਸ਼ਾਂ ਦੇ ਵਿੱਚ ਹੀ ਨਹੀਂ ਉੱਤਰੀ ਅਮਰੀਕਾ ਵਿੱਚਲੇ ਇਸਲਾਮੀ ਸਕੂਲਾਂ ਦੀਆਂ ਪਾਠ ਪੋਥੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਾਕ ਆਉਂਦੇ ਆ ਕਹਿੰਦੇ ਨੇ ਕਿ ਜਹੂਦੀ ਅਤੇ ਈਸਾਈ ਮੁਸਲਮਾਨਾਂ ਦੇ ਦੁਸ਼ਮਣ ਨੇ ਇਸਲਾਮ ਤੋਂ ਇਲਾਵਾ ਬਾਕੀ ਸਾਰੇ ਧਰਮ ਕੁਫਰ ਹਨ ਹੁਣ ਆਪਣੇ ਵੀ ਤਾਂ ਇਹ ਚੀਜ਼ਾਂ ਜਿਹੜੀਆਂ ਧਰਮ ਦੇ ਵਿੱਚ ਜਿਹੜੀਆਂ ਦੱਸੀਆਂ ਜਾਂਦੀਆਂ ਜਾਂ ਸਿਖਾਈਆਂ ਜਾਂਦੀਆਂ ਪਰ ਗੁਰੂ ਸਾਹਿਬ ਨੇ ਤਾਂ ਨਹੀਂ ਇਹ ਕਿਹਾ ਜਿਵੇਂ ਕਿ ਆਪਣੀ ਅਰਦਾਸ ਹੁੰਦੀ ਆ ਅਰਦਾਸ ਜਿਹੜੀ ਆਪ ਹੀ ਜਿਹੜੀ ਹੈ ਲਿਖੀ ਹੋਈ ਹੈ ਉਹ ਗੁਰੂ ਸਾਹਿਬ ਥੋੜੀ ਲਿਖ ਕੇ ਗਏ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਮਾਫੀ ਚਾਹਾਂਗਾ ਪਰ ਉਹ ਚੀਜ਼ਾਂ ਵਿਚਾਰਨਯੋਗ ਨੇ ਜਦੋਂ ਤੱਕ ਇਥੋਂ ਹੀ ਜਿਹੜੇ ਉਹ ਨਫਰਤਾਂ ਚੀਜ਼ਾਂ ਜਿਹੜੀਆਂ ਇੱਕ ਦੂਸਰੇ ਦੇ ਇੱਕ ਦੂਸਰ ਕਹਿੰਦੇ ਨੇ ਨਾ ਹਰ ਆਪਣੇ ਆਪ ਨੂੰ ਲੋਕ ਕੋਈ ਵੀ ਬੰਦਾ ਹੈ ਉਹਨੂੰ ਆਪਣਾ ਮੁੰਡਾ ਤੇ ਆਪਣਾ ਧਰਮ ਪਿਆਰਾ ਹੈ ਇਹ ਸਾਡੇ ਉੱਤੇ ਵੀ ਉਧਾਰਨ ਲੱਗਦੀ ਹੈ ਕਹਿੰਦੇ ਨੇ ਜਦੋਂ ਤੱਕ ਮੁਸਲਮਾਨ ਯਹੂਦੀਆਂ ਦਾ ਮਲਿਆ ਮੇਟ ਨਹੀਂ ਕਰ ਦਿੰਦੇ ਕਿਆਮਤ ਦਾ ਦਿਨ ਨਹੀਂ ਆਏਗਾ ਜਾਨੀ ਕਿ ਇਨਸਾਫ ਨਹੀਂ ਮਿਲੇਗਾ ਕਾਫਰਾਂ ਦੇ ਖਿਲਾਫ ਜਿਹਾਦ ਧਰਮ ਯੋਧਾ ਵਾਜਬ ਹੈ ਇਹੋ ਜਿਹੀਆਂ ਲਿਖਤਾਂ ਆਮ ਨੇ ਜਿਨ੍ਹਾਂ ਦੇ ਵਿੱਚ ਦਰਜ ਹੈ ਕਿ ਯਹੂਦੀ ਬਨਮਾਨਸ ਨੇ ਇਸਾਈ ਸੂਰ ਦੀ ਔਲਾਦ ਨੇ ਮਾਫੀ ਚਾਹੁੰਦਾ ਇਹਦੇ ਵਿੱਚ ਜੋ ਲਿਖਿਆ ਉਹ ਦੱਸ ਰਿਹਾ ਪਾਠ ਪੋਥੀਆਂ ਵਿੱਚਲਾ ਇਹ ਪ੍ਰਸੰਗ ਪੜ੍ਹ ਕੇ ਕਿਸੇ ਜਵਾਨ ਦੇ ਹੱਥ ਦੇ ਵਿੱਚ ਜਾਣੀ ਕਿ ਕੋਈ ਬੱਚਾ ਜਿਹੜਾ ਜਵਾਨ ਹੈ ਗਰਮ ਜੋਸ਼ੀਲਾ ਹੈ ਗਰਮ ਖਿਆਲੀ ਉਹਨਾਂ ਆਪਣੇ ਵੀ ਤਾਂ ਲੋਕ ਹੈਗੇ ਨੇ ਨਾ ਸਿੱਖ ਧਰਮ ਚ ਵੀ ਨੇ ਤੇ ਹਿੰਦੂ ਧਰਮ ਦੇ ਵਿੱਚ ਵੀ ਨੇ ਸ਼ਿਵ ਸੈਨਾ ਜਾਂ ਹੋਰ ਸਾਰੇ ਲੋਕ ਜਿਹੜੇ ਕਹਿ ਲੋ ਕਿ ਜਿਹੜੇ ਗਊ ਪੂਜਕ ਨੇ ਜਾਂ ਉਹਨਾਂ ਦੀ ਗੱਲ ਆਉਂਦੀ ਹੈ ਤਾਂ ਉਹ ਗਰਮ ਖਿਆਲੀ ਲੋਕਾਂ ਚ ਆ ਜਾਂਦੇ ਆ ਤੇ ਜੇ ਇਹ ਪੰਗਤੀਆਂ ਜਿਹੜੇ ਲੋਕ ਪ੍ਰਭਾਵਿਤ ਹੋ ਜਾਂਦੇ ਨੇ ਚੀਜ਼ਾਂ ਤੋਂ ਤੇ ਉਹ ਜੇ ਕਿਸੇ ਨਵੀਂ ਪੀੜੀ ਜਿਹੜਾ ਜਵਾਨ ਹੈ ਬੱਚਾ ਹੈ ਉਹਦੇ ਹੱਥ ਲੱਗ ਜਵੇ ਤੇ ਬੰਬ ਆ ਜਾਣਾ ਸੁਭਾਅਕ ਹੀ ਹੈ ਨਾ ਫਿਰ ਨਿਊਯਾਰਕ ਦੇ ਟਾਈਮਸ ਸਕੁਅਰ ਵਿਚਲੇ ਬੰਬ ਧਮਾਕੇ ਦੇ ਲਈ ਜ਼ਿੰਮੇਵਾਰ ਸੁਹੇਲ ਸ਼ਾਹਜਾਦ ਦੇ ਘਰੋਂ ਜਿਹੜਾ ਕੁਰਾਨ ਮਿਲਿਆ ਸੀ ਨਾ ਉਸ ਦੇ ਵਿੱਚ 5ਵੀਂ 6ਵੀਂ ਆਇਤ ਦੇ ਉਹੀ ਅਰਥ ਨੇ ਜਿਹੜੇ ਅਸੀਂ ਪੜਾ ਰਹੇ ਹਾਂ ਇਹ ਕੁਝ ਗੱਲਾਂ ਦੋਸਤੋ ਮੈਂ ਆਪ ਆਪਣੇ ਵੱਲੋਂ ਕਰ ਰਿਹਾ ਪੰਨੂ ਸਾਹਿਬ ਦੀ ਕਲਮ ਚੋਂ ਨਹੀਂ ਨੇ ਉਹ ਮੈਂ ਸਿਰਫ ਉਹੀ ਪੜ ਰਿਹਾ ਆਪਣਾ ਸ਼ੌਕ ਹੈ ਇਹਨੂੰ ਸਮਝਾਉਣ ਦੇ ਲਈ ਆਪ ਸਮਝਣ ਦੇ ਲਈ ਇਹ ਗੱਲਾਂ ਕਰ ਰਿਹਾ ਕਿ ਉਹ ਕਹਿੰਦੇ ਨੇ ਕਿ 5ਵੀਂ 6ਵੀਂ ਆਇਤ ਦੇ ਉਹੀ ਅਰਥ ਨੇ ਜਿਹੜੇ ਅਸੀਂ ਪੜਾ ਰਹੇ ਹਾਂ ਸਾਊਦੀ ਅਰਬ ਦੇ ਧਨ ਦੇ ਨਾਲ ਛਪਿਆ ਇਹ ਕੁਰਾਨ ਹਰੇਕ ਮੁਸਲਮ ਦੂਤਾਬਾਸ ਦੇ ਵਿੱਚੋਂ ਤੇ ਹਰੇਕ ਸੁੰਨੀ ਮਸਜਿਦ ਦੇ ਵਿੱਚੋਂ ਮੁਫਤ ਮਿਲਦਾ ਕੁਰਾਨ ਦੇ ਵਿਆਖਿਆਕਾਰਾਂ ਨੇ ਮੁਖਬੰਦ ਦੇ ਵਿੱਚ ਲਿਖਿਆ ਕਿਤੇ ਕਿਤੇ ਅਸੀਂ ਆਪਣੇ ਕੋਲੋਂ ਮਾਮੂਲੀ ਸ਼ਬਦ ਤੇ ਵਾਕ ਇਸ ਦੇ ਲਈ ਜੋੜ ਦਿੱਤੇ ਹਨ ਤਾਂ ਕਿ ਅਨੁਵਾਦ ਅਰਬੀ ਜ਼ਬਾਨ ਜ਼ਬਾਨ ਦੇ ਐਨ ਨੇੜੇ ਰਹੇ ਤੇ ਅਰਥ ਸਮਝਾਂਦੇ ਵਿੱਚ ਸੌਖ ਰਹੇ ਇਸ ਕਥਨ ਨੇ ਮਿਲਾਵਟ ਨੂੰ ਗੁਨਾਹ ਦੀ ਥਾ ਪਵਿੱਤਰ ਬਣਾ ਦਿੱਤਾ 5.20 ਅਤੇ 5.21 ਪੰਕਤੀਆਂ ਨੇ ਯਹੂਦੀਆਂ ਨੂੰ ਸੰਬੋਧਨ ਕਰਕੇ ਉਚਾਰੀਆਂ ਗਈਆਂ ਚੇਤੇ ਰਹੇ ਕਿ ਇਹ حضرت محمدੀਆਂ ਨਹੀਂ ਅੱਲਾ ਦੀਆਂ نبی ਰਾਹੀਂ ਉਤਾਰੀਆਂ ਹੋਈਆਂ ਨੇ ਉਹ ਲਿਖਦੇ ਨੇ ਕਿ ਯਾਦ ਰੱਖੋ موسی ਨੇ ਯਹੂਦੀਆਂ ਨੂੰ ਕਿਹਾ ਸੀ ਇਹ ਮੇਰੇ ਲੋਕੋ ਅੱਲਾ ਨੇ ਜੋ-ਜੋ ਦਿਆਲੂ ਹੋ ਕੇ ਤੁਹਾਨੂੰ ਜੋ-ਜੋ ਦਿਆਲੂ ਹੋ ਕੇ ਤੁਹਾਨੂੰ ਬਖਸ਼ਿਆ ਉਸ ਨੂੰ ਭੁੱਲਣਾ ਨਾ ਤੁਹਾਡੇ ਵਿੱਚੋਂ ਹੀ ਮਿਹਰਬਾਨ ਹੋ ਕੇ ਉਸਨੇ ਪੈਗੰਬਰ ਚੁਣੇ ਤੁਹਾਨੂੰ ਬਾਦਸ਼ਾਹੀਆਂ ਦਿੱਤੀਆਂ ਉਸਨੇ ਤੁਹਾਨੂੰ ਉਹ ਕੁਝ ਦਿੱਤਾ ਜਿਸ ਤੋਂ ਬਾਕੀ ਜਹਾਨ ਵੰਚਿਤ ਰਹਿ ਗਿਆ ਅੱਗੇ ਉਹ ਲਿਖਦੇ ਨੇ ਦੂਸਰੀ ਪੰਕਤੀ ਦੇ ਵਿੱਚ ਕਿ ਉਹ ਮੇਰੇ ਭਲੇ ਲੋਕੋ ਹੁਣ ਉਸ ਪਵਿੱਤਰ ਧਰਤੀ ਉੱਪਰ ਜਾਓ ਜਿਹੜੀ ਅੱਲਾ ਨੇ ਤੁਹਾਡੇ ਨਸੀਬਾਂ ਦੇ ਵਿੱਚ ਲਿਖ ਦਿੱਤੀ ਹੈ ਜਾਨਕੀ ਇਜ਼ਰਾਈਲ ਇਸ ਵੱਲ ਪਿੱਠ ਨਾ ਕਰਿਓ ਮੂੰਹ ਮੋੜੋਂਗੇ ਤਾਂ ਪਛਤਾਉਂਗੇ ਇਹ ਪੰਕਤੀਆਂ ਹਜ਼ਰਤ ਮੁਹੰਮਦ ਦੇ ਰਾਹੀ ਰੱਬ ਨੇ ਕੁਰਾਨ ਦੇ ਰੂਪ ਦੇ ਵਿੱਚ ਯਹੂਦੀਆਂ ਬਾਰੇ ਭੇਜੀਆਂ ਪਰ ਹਦੀਸ ਉਲਟ ਅਰਥ ਕਰਦਿਆਂ ਦੱਸਦੀ ਹੈ ਕਿ ਇਜ਼ਰਾਈਲ ਦੀ ਪੁੰਨ ਭੂਮੀ ਮੁਸਲਮਾਨਾਂ ਦੀ ਹੈ ਤੇ ਬਦਕਾਰ ਯਹੂਦੀਆਂ ਦੇ ਪੰਜੇ ਦੇ ਵਿੱਚੋਂ ਖੂਨੀ جنگ ਦੇ ਰਾਹੀਂ ਮੁਕਤ ਕਰਵਾਉਣੀ ਹੈ ਜਿਹਾਦ ਦੇ ਰਾਹੀਂ ਹਜ਼ਾਰ ਜਿਹਾਦ ਦੇ ਰਾਹੀਂ ਹਜ਼ਾਰ ਸਾਲ ਪਹਿਲਾਂ ਮੁਸਲਮਾਨਾ ਨੇ ਯਹੂਦੀਆਂ ਤੋਂ ਇਹੋ ਹੀ ਧਰਤੀ ਖੋ ਲਈ ਯਹੂਦੀ ਲਾਚਾਰੀ ਬਸ ਦਿਨ ਕੱਟੀ ਕਰਦੇ ਰਹੇ ਮੁਸਲਮਾਨਾ ਦੀ ਤਾਕਤ ਅੱਗੇ ਕਦੀ ਖਤਰਾ ਨਹੀਂ ਬਣੇ ਸਨ ਯਰੂਸ਼ਲਮ ਓਟੋਮਨ ਅੰਪਾਇਰ ਜਿਹੜਾ ਸੀ ਤੁਰਕੀ ਅੰਪਾਇਰ ਮੁਸਲਿਮ ਸਲਤਨਤ ਅਧੀਨ ਰਿਆ ਤੇ ਪ੍ਰਬੰਧ ਇਸਤਨਬੁਲ ਤੋਂ ਹੁੰਦਾ ਰਿਆ ਤੇ ਅੱਜ ਵੀ ਹੁੰਦਾ ਹੈ ਵੱਡੀ ਗਿਣਤੀ ਮੁਸਲਮਾਨਾ ਦੀ ਸੀ ਘੱਟ ਗਿਣਤੀ ਕੌਮਾਂ ਯਹੂਦੀ ਅਰਮੇਨੀ ਈਸਾਈ ਆਪੋ ਆਪਣੀਆਂ ਬਸਤੀਆਂ ਦੇ ਵਿੱਚ ਰਹਿ ਰਹੇ ਸਨ ਮੁਸਲਮਾਨਾਂ ਦੀ ਦਲੀਲ ਹੁੰਦੀ ਜੇ موسی ਦੇ ਰੱਬ ਨੇ ਵਾਦਾ ਕੀਤਾ ਸੀ ਕਿ ਜੇਰੂਸ਼ਲਮ ਦੀ ਪਾਕ ਜ਼ਮੀਨ ਯਹੂਦੀਆਂ ਨੂੰ ਦਿੱਤੀ ਤਾਂ ਕੀ ਯਹੂਦੀਆਂ ਨੇ ਕਿਉਂਕਿ ਪਾਕ ਪਾਕ ਯਹੂਦੀਆਂ ਨੇ ਕਿਉਂਕਿ ਪਾਕ ਜ਼ਮੀਨ ਵੱਲੋਂ ਮੂੰਹ ਮੋੜ ਲਿਆ ਸੀ ਇਸ ਕਰਕੇ ਅੱਲਾ ਉਹਨਾਂ ਦੇ ਨਾਲ ਨਾਰਾਜ਼ ਹੋ ਗਿਆ ਇਹ ਮੁਸਲਮਾਨਾਂ ਦੀ ਦਲੀਲ ਹੈ ਪਰ 20ਵੀਂ ਸਦੀ ਦੇ ਵਿੱਚ ਜਹੂਦੀਆਂ ਨੇ ਅੱਲਾ ਦਾ ਹੁਕਮ ਮੰਨਦਿਆਂ ਪਾਕ ਯਰੂਸ਼ਲਮ ਦੇ ਵੱਲ ਫਿਰ ਰੁੱਕ ਕਰ ਲਿਆ। ਬੰਦੇ ਕੁਰਾਹੇ ਪੈ ਗਏ ਸਨ। ਰਸਤੇ ਤੇ ਆ ਗਏ। ਲੀਤੇ ਪੈ ਗਏ। ਰੱਬ ਤਾਂ ਆਪਣੇ ਵਾਅਦੇ ਤੋਂ ਨਹੀਂ ਮੁੱਕ ਰਿਆ ਨਾ। ਉਸਨੇ ਯਰੂਸ਼ਲਮ ਮੁੜ ਜਹੂਦੀਆਂ ਹਵਾਲੇ ਕਰਤਾ ਤੇ ਰੱਬ ਦੀ ਜਿਹੜੀ ਰਜ਼ਾ ਸੀ ਜੋ ਪੰਕਤੀਆਂ ਪਹਿਲਾਂ ਆਪਾਂ ਦੱਸੀਆਂ ਨੇ ਉੱਤੇ ਜਿਹੜਾ ਹੈ। ਕੁਰਾਨ ਦੇ ਵਿੱਚ ਦਰਜ ਹੈ। ਮੁਸਲਮਾਨਾਂ ਨੂੰ ਉਹ ਮੰਨ ਲੈਣੀ ਚਾਹੀਦੀ ਹੈ। 2004 ਦੇ ਵਿੱਚ ਇਸ ਮਸਲੇ ਤੇ ਯਰੂਸ਼ਲਮ ਦੇ ਵਿੱਚ ਗੰਭੀਰ ਸੰਵਾਦ ਸੰਵਾਦ ਹੋਇਆ ਵਿਸ਼ਾ ਸੀ ਕੁਰਾਨ ਦੇ ਵਿੱਚ ਮੌਜੂਦ ਦਰਿਆ ਦਲੀ ਦੇ ਅੰਛ ਸ਼ੇਖ ਦਰਵੇਸ਼ ਅਤੇ ਖਲੀਲ ਮੁਹੰਮਦ ਮੁੱਖ ਬੁਲਾਰੇ ਸਨ ਅਫਸੋਸ ਕੀ ਇਹੋ ਜਿਹੇ ਸੰਵਾਦ ਕਿਸੇ ਮੁਸਲਮ ਦੇਸ਼ ਦੇ ਵਿੱਚ ਨਹੀਂ ਹੋ ਸਕਦੇ ਖਲੀਲ ਨੇ ਤਕਰੀਰ ਦੇ ਦੌਰਾਨ ਕਿਹਾ ਤੁਸੀਂ ਜਿਹੜੀਆਂ ਪੰਕਤੀਆਂ ਦਾ ਪਹਿਲਾਂ ਜ਼ਿਕਰ ਕੀਤਾ ਉਹਦੇ ਬਾਰੇ ਗੱਲ ਕਰੀ ਜਾ ਰਹੇ ਹੋ ਆਇਤ ਜਿਹੜੀ ਹੈ ਤੁਸੀਂ 10 91 ਪੜ੍ਹੋ ਤੇ ਉਹਦਾ ਜ਼ਿਕਰ ਹੁੰਦਾ ਹੈ ਇਜ਼ਰਾਈਲ ਦੇ ਬੱਚਿਆਂ ਨੂੰ ਅਸੀਂ ਖੂਬ ਸੂਰਤ ਧਰਤੀ ਤੇ ਆਬਾਦ ਕੀਤਾ ਹੈ ਉਹ ਆਇਤ ਕਹਿੰਦੀ ਹੈ ਉਹਨਾਂ ਨੂੰ ਰਹਿਣ ਸਹਿਣ ਅਤੇ ਰੋਜ਼ਗਾਰ ਦੇ ਸਾਧਨ ਦਿੱਤੇ ਹੈ ਜਦੋਂ ਉਹਨਾਂ ਦੇ ਕੋਲੋਂ ਉਹਨਾਂ ਦੇ ਕੋਲ ਚਤੁਰਾਈ ਆ ਗਈ ਉਹਨਾਂ ਟਿਕੜਮਬਾਜ਼ੀ ਸ਼ੁਰੂ ਕਰ ਦਿੱਤੀ ਯਕੀਨਨ ਕਿਆਮਤ ਦੇ ਦਿਨ ਅੱਲਾ ਉਹਨਾਂ ਤੋਂ ਹਿਸਾਬ ਮੰਗੇਗਾ ਫਿਰ ਉਨਾ ਤੋਂ ਉਹਨਾਂ ਦੀਆਂ ਸਾਜ਼ਿਸ਼ਾਂ ਦੀ ਜਿਹੜੀ ਹੈ ਤਵਾਬ ਤਲਬੀ ਜਵਾਬ ਤਲਬੀ ਕੀਤੀ ਜਾਵੇਗੀ ਇਹ ਜਿਹੜੀ ਪੰਕਤੀ ਕਹਿੰਦੀ ਹੈ ਪਹਿਲੀ ਪੰਕਤੀ ਦੇ ਵਿੱਚ ਜਹੂਦੀਆਂ ਨੂੰ ਜਿਹੜੀ ਖੂਬਸੂਰਤ ਧਰਤੀ ਅੱਲਾ ਵੱਲੋਂ ਦਿੱਤੀ ਗਈ ਹੈ ਉਹ ਕਿਹੜੀ ਹੈ ਫਿਰ ਇਸ ਬਾਰੇ ਅਨੇਕ ਰਾਵਾਂ ਨੇ ਵੱਖਰੇ ਵੱਖਰੇ ਖਿਆਲ ਨੇ ਤੇ ਬکریاں ਬکریاں ਬਣੋਤਾ ਪਹਿਲੀ ਨਜ਼ਰੇ ਇਹ ਯਰੂਸ਼ਲਮ ਅਤੇ ਫਲਸਤੀਨ ਹੈ ਸਿਨਾਈ ਪਰਬਤ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਸੀਰੀਆ ਜੇਰੀਕੋ ਦਮਸ਼ਕ ਅਤੇ ਜਾਰਡਨ ਹੋ ਸਕਦੇ ਨੇ ਇਸਲਾਮ ਦਾ ਪ੍ਰੋਫੈਸਰ ਤਾਜ਼ ਹਾਸ਼ਮੀ ਦੱਸਦਾ ਹੈ ਕਿ ਇਥੇ ਫਲਸਤੀਨੀ ਨਹੀਂ ਸਿਨਾਈ ਹੈ ਰੱਬ ਨੇ ਚਾਇਆ ਸੀ ਪੂਰਬੀ ਮਿਸਰ ਦੇ ਵਸਨੀਕ ਪਵਿੱਤਰ ਧਰਤੀ ਉੱਪਰ ਦਾਖਲ ਹੋਣ ਇੱਥੇ ਸਿਨਾਈ ਦੀ ਸੰਭਾਵਨਾ ਵਧੇਰੇ ਦੱਸੀ ਜਾਂਦੀ ਹੈ 8ਵੀਂ ਸਦੀ ਦੇ ਵਿੱਚ ਕੁਰਾਨ ਦੇ ਗੰਭੀਰ ਵਿਆਖਿਆਕਾਰ ਮੁਕਤੀਲ ਇਬਨ ਸੁਲੇਮਾਨ ਅਨਸਾਰ ਜਿਹੜੀਆਂ ਪਹਿਲਾਂ ਦੋ ਆਇਤਾਂ ਦਾ ਆਪਾਂ ਜ਼ਿਕਰ ਕੀਤਾ ਹੈ ਉਹ ਲਿਖਦੇ ਨੇ ਉਹਦੇ ਵਿੱਚ 21ਵੀਂ ਆਇਤ ਦੇ ਵਿੱਚ 5.21 ਆਇਤ ਦੇ ਵਿੱਚ ਇੱਕ ਲਫ਼ਜ਼ ਆਉਂਦਾ ਹੈ ਕੁੱਤਬ ਆਇਆ ਹੈ ਕੁੱਤਬ ਮayne ਹੈ ਲਿਖਤ ਇਹ ਉਹ ਹੁਕਮ ਹੈ ਜਿਹੜਾ ਜ਼ਬਾਨੀ ਨਹੀਂ ਲਿਖਤ ਦੇ ਵਿੱਚ ਆਇਆ ਲਿਖਤ ਦੇ ਵਿੱਚ ਆਇਆ ਹੁਕਮ ਮੰਨਣਾ ਲਾਜ਼ਮੀ ਹੁੰਦਾ ਹੈ ਇੱਥੇ موسی ਨੇ ਜਿਹੜਾ ਸੀ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਹੈ ਰੱਬ ਨੇ ਜਿਹੜੀ ਪਵਿੱਤਰ ਧਰਤੀ ਤੁਹਾਨੂੰ ਬਖਸ਼ ਦਿੱਤੀ ਉਸ ਦੇ ਵਿੱਚ ਦਾਖਲ ਹੋਵੋ ਮੁਕਤਿਲ ਦੇ ਅਨਸਾਰ ਇਹ ਧਰਤੀ ਫਲਸਤੀਨ ਹੈ ਪਰ ਰੱਬ ਨੇ ਤਾਂ ਜੇ ਰੱਬ ਹੈ ਤਾਂ ਰੱਬ ਨੇ ਤਾਂ ਸਾਰੀ ਜਿਹੜਾ ਇਹ ਪਲੈਨਟ ਆ ਉਹ ਲੋਕਾਂ ਨੂੰ ਬਖਸ਼ਿਆ ਸਰਹੱਦਾਂ ਤਾਂ ਲੀਕਤ ਆ ਜਿਹੀ ਖਿੱਚੀਆਂ ਨਾ ਇਹਦੇ ਵਿੱਚ ਰੱਬ ਦਾ ਕਾਦਾ ਕਹਿ ਸਕਦੇ ਲਿਆਉਂਦੇ ਹੋ ਮੁਕਤਿਲ ਦੀ ਇਹ ਪੁਰਾਣੀ ਲਿਖਤ ਪੜ੍ਹ ਕੇ ਮੁਸਲਮਾਨਾਂ ਨੂੰ ਤੱਕਾ ਲੱਗੇਗਾ ਲਿਖਿਆ ਹੈ ਜਹੂਦੀਓ ਮੈਂ ਤੁਹਾਨੂੰ ਹੁਕਮ ਦਿੰਦਾ ਕਿ ਜਿਹੜੀ ਇਹ ਧਰਤੀ ਰੱਬ ਨੇ ਤੁਹਾਨੂੰ ਦਿੱਤੀ ਹੈ ਜੇ ਇਸ ਨੂੰ ਛੱਡ ਕੇ ਪਿੱਛੇ ਮੁੜੇ ਨਾ ਤਾਂ ਤੁਸੀਂ ਨੁਕਸਾਨ ਉਠਾਓਗੇ ਰੱਬ ਤਾਂ ਕੀ ਦਿੰਦਾ ਜਹੂਦਿਆਂ ਨੂੰ ਰੱਬ ਨੇ ਅਬਰਾਹਮ ਪੈਗੰਬਰ ਨੂੰ ਇਹ ਕਿਹਾ ਸੀ ਇਹ ਹੀ ਕਿਹਾ ਸੀ ਇਹ ਧਰਤੀ ਜਿੱਥੇ ਤੁਸੀਂ ਇਸ ਵਕਤ ਖਲੋਤੇ ਉਹ ਤੁਹਾਡੀ ਹੈ ਤੁਹਾਹਤੋਂ ਬਾਅਦ ਤੁਹਾਡੀ ਔਲਾਦ ਦੀ ਵਿਰਾਸਤ ਹੈ ਹੈਰਾਨੀ ਕੀ ਜੇ ਮੁਕਤਿਲ ਸੁਲੇਮਾਨ ਦਾ ਇਹ ਪੁਰਾਤਨ ਟੀਕਾ ਮਿਸਰ ਦੇ ਵਿੱਚ ਅੱਜ ਕੱਲ ਪਬੰਦੀ शुदा ਹੈ ਸ਼ੇਖ ਦਰਵੇਸ਼ ਨੂੰ ਇਹ ਵਿਆਖਿਆਵਾਂ ਸਹੀ ਨਹੀਂ ਲੱਗੀਆਂ ਕਿਉਂਕਿ ਉਹ ਅਰਬ ਹੈ ਉਹ ਅਰਬੀ ਹੈ ਅਰਬੀ ਉਸਦੀ ਮਾਂ ਬੋਲਲੀ ਹੈ ਇਸ ਕਰਕੇ ਉਹ ਕਹਿੰਦਾ ਹੈ ਕਿ ਕੁਰਾਨ ਦੀਆਂ ਆਇਤਾਂ ਦੇ ਸਹੀ ਅਰਥ ਮੈਂ ਕਰਾਂਗਾ ਉਹ ਲਿਖਦਾ ਕਿ ਕੁਰਾਨ ਦੀ ਆਇਤ ਜਿਹੜੀ ਹੈ 5.21 ਵਿੱਚ ਸਹੀ ਫਰਮਾਇਆ ਕਿ موسی ਦੇ murid ਪਵਿੱਤਰ ਭੂਮੀ ਦੇ ਵਿੱਚ ਜਾਣ ਤੇ ਪਵਿੱਤਰ ਭੂਮੀ ਦੇ ਵਿੱਚ ਜਾਣ ਨੂੰ ਕਿਹਾ ਹੈ ਕਬਜ਼ਾ ਕਰਨ ਨੂੰ ਤਾਂ ਨਹੀਂ ਕਿਹਾ ਨਾ ਯਰੂਸ਼ਲਮ ਦੇ ਵਿੱਚ ਜਾਣ ਤੋਂ ਉਹਨਾਂ ਨੂੰ ਕੌਣ ਰੋਕਦਾ ਪਰ ਉਹ ਕਾਬਜ਼ ਹੋ ਗਏ ਜੇ ਮੈਂ ਤੁਹਾਨੂੰ ਆਖਾਂ ਕਿ ਮੇਰੇ ਦਫਰ ਮੇਰੇ ਦਫਤਰ ਜਾ ਆਇਓ ਇਸ ਦਾ ਮਤਲਬ ਇਹ ਨਹੀਂ ਬਣ ਜਾਂਦਾ ਮੇਰੇ ਦਫਤਰ ਉੱਪਰ ਕਬਜ਼ਾ ਕਰਨ ਦਾ ਹੱਕ ਮਿਲ ਗਿਆ ਤੁਹਾਨੂੰ ਦਰਵੇਸ਼ ਦੀ ਦਲੀਲ ਅਜੇ ਖਤਮ ਨਹੀਂ ਹੋਈ ਅੱਗੇ ਪੈਗੰਬਰ ਅਬਰਾਹਮ ਅਤੇ ਪੈਗੰਬਰ ਯਾਕੂਬ ਨੂੰ ਉਸ ਥਾਂ ਦਫਨ ਕੀਤਾ ਗਿਆ ਜਿਸ ਨੂੰ ਅੱਜਕੱਲ ਹਿਬਰੋਨ ਆਖਦੇ ਨੇ ਇਹਨਾਂ ਪੈਗੰਬਰਾਂ ਨੇ ਪਹਿਲਾਂ ਹੀ ਆਪਣੇ ਦਫਨ ਹੋਣ ਦੀ ਰਕਮ ਖੁਦ ਜਮ੍ਹਾਂ ਕਰਵਾ ਦਿੱਤੀ ਸੀ ਜੇ ਜ਼ਮੀਨ ਇਹਨਾਂ ਦੀ ਆਪਣੀ ਹੁੰਦੀ ਫਿਰ ਉਹ ਦਫ਼ਨ ਦਾ ਕਿਰਾਇਆ ਕਿਉਂ ਅਦਾ ਕਰਦੇ ਸਵਾਲ ਖੜਾ ਹੋ ਗਿਆ ਜੇ ਦੁਨੀਆਂ ਦੁਨਿਆਦਾਰੀ ਛੱਡ ਕੇ ਮਜ਼ਬ ਦੀ ਗੱਲ ਕਰਨੀ ਹੈ ਤਾਂ ਅਸੂਲਾਂ ਪੈਗੰਬਰ ਦਾ ਵਾਰਿਸ ਪੈਗੰਬਰ ਹੁੰਦਾ ਉਸ ਦੀ ਔਲਾਦ ਨਹੀਂ ਯਹੂਦੀ ਪੈਗੰਬਰਾਂ ਦੀ ਔਲਾਦ ਜ਼ਰੂਰ ਹਨ ਪੈਗੰਬਰ ਨਹੀਂ ਨੇ ਜਦੋਂ ਕਿ ਹਜ਼ਰਤ ਮੁਹੰਮਦ ਸਾਹਿਬ ਪੈਗੰਬਰ ਹਨ ਸੋ ਜੇਰੂਸ਼ਲਮ ਪੈਗੰਬਰ ਮੁਹੰਮਦ ਦਾ ਹੋਇਆ ਨਾ ਫਿਰ ਇੱਥੇ ਦਰਵੇਸ਼ ਦੀ ਦਲੀਲ ਦੇ ਵਿੱਚ ਫਿਰ ਚਿਬ ਪੈ ਗਿਆ ਜਹੂਦੀ ਪੈਗੰਬਰ ਨਹੀਂ ਪੈਗੰਬਰ ਦੀ ਔਲਾਦ ਨੇ ਇਸ ਕਰਕੇ ਯਰੂਸ਼ਲਮ ਦੀ ਮਾਲਕੀ ਦੇ ਹੱਕਦਾਰ ਨਹੀਂ ਨੇ ਮੁਸਲਮਾਨ ਜਿਹੜਾ ਮੁਸਲਮਾਨ ਕਿਹੜਾ ਪੈਗੰਬਰ ਹਨ ਉਹ ਵੀ ਤਾਂ ਪੈਗੰਬਰ ਦੇ murid ਨੇ ਇਸ ਦਲੀਲ ਸਦਕਾ ਯਰੂਸ਼ਲਮ ਦੇ ਮਾਲਕ ਮੁਸਲਮਾਨ ਕਿਵੇਂ ਹੋ ਗਏ ਉਹਨਾਂ ਨੇ ਸਵਾਲ ਖੜਾ ਕਰਤਾ ਇਹਨਾਂ ਦਲੀਲਾਂ ਸਦਕਾ ਅਰਬ ਇਜ਼ਰਾਈਲ ਸੰਕਟ ਹੱਲ ਨਹੀਂ ਹੋਏਗਾ ਕਿਉਂਕਿ ਮਸਲਾ ਧਾਰਮਿਕ ਨਾ ਹੋ ਕੇ ਸਿਆਸੀ ਹੈ ਮੁਸਲਮਾਨ ਯਹੂਦਿਆਂ ਨੂੰ ਧਾਰਮਿਕ ਦੁਸ਼ਮਨ ਮੰਨਨ ਦੀ ਥਾਂ ਸਿਆਸੀ ਸ਼ਰੀਕ ਮੰਨ ਕੇ ਜ਼ਮੀਨ ਦੇ ਵਟਵਾਰੇ ਦੇ ਲਈ ਸਹਿਮਤ ਹੋ ਜਾਣ ਇਜ਼ਰਾਈਲ ਮੁੱਢਲੇ ਦੌਰ ਦੇ ਵਿੱਚ ਹੀ ਸਹਿਮਤ ਹੋ ਗਿਆ ਸੀ ਕਿਉਂਕਿ ਉਹਨਾਂ ਨੇ 3000 ਸਾਲ ਦੀ ਜ਼ਿਲਤ ਹੰਢਾਈ ਸੀ ਮੁਸਲਮਾਨਾਂ ਦੇ ਲਈ ਸਹਿਮਤ ਹੋਣਾ ਔਖਾ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਏਸ਼ੀਆ ਤੇ ਯੂਰਪ ਉੱਪਰ ਰਾਜ ਕਾਇਮ ਕਰਕੇ ਦੇਖ ਲਿਆ ਯਹੂਦਿਆਂ ਦਾ ਭੂਤਕਾਲ ਦੁਖਦਾਈ ਸੀ ਜੋ ਉਹਨਾਂ ਨੇ ਮੌਕਾ ਮਿਲ ਮਿਲਨਸਾਰ ਸੋਟ ਦਿੱਤਾ ਸੀ ਮੁਸਲਮਾਨ ਆਪਣੀਆਂ ਸਲਤਨਤਾਂ ਹਕੂਮਤਾਂ ਦੀ ਸ਼ਾਨ ਭੁੱਲਣੋਂ ਇਨਕਾਰੀ ਹਨ ਮਸਲੇ ਦੇ ਸਿਆਸੀ ਹੱਲ ਵਾਸਤੇ ਨਾ ਹਮਾਸ ਦੀ ਲੋੜ ਨਾ ਜਹਾਦ ਦੀ ਤੇ ਨਾ ਹੀ ਸ਼ਹੀਦਾਂ ਵਾਸਤੇ ਸੁਰਗ ਦੇ ਵਿੱਚ 72 72 ਕੁਆਰੀਆਂ ਹੂਰਾਂ ਦੀ ਕੁੜੀਆਂ ਦੀ ਖਲੀਲ ਮੁਹੰਮਦ ਆਖਦਾ ਹੈ ਕਿ ਇਹ ਦੇ ਵਿੱਚ ਸਪਸ਼ਟ ਚੀਜ਼ ਸਾਹਮਣੇ ਆ ਜਾਂਦੀ ਹੈ ਦੋਸਤੋ ਕੋਈ ਵੀ ਧਰਮ ਹੈ ਕਿਵੇਂ ਜਿਹੜੀ ਨੌਜਵਾਨੀ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਕੁਰਾਹੇ ਪਾਇਆ ਜਾਂਦਾ ਹੈ ਅਸਲਾ ਵੇਚਿਆ ਜਾਂਦਾ ਹੈ ਸ਼ਹੀਦਾਂ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕੀਤੇ ਜਾਂਦੇ ਆ ਹੋਰ ਸਾਰੀਆਂ ਚੀਜ਼ਾਂ ਨੇ ਇਹ ਤੱਤ ਜਿਹੜਾ ਇਹਦੇ ਵਿੱਚੋਂ ਨਿਕਲਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਲੱਗੇਗਾ ਕਿ ਮੈਂ ਸ਼ਾਇਦ ਧਰਮ ਦੇ ਖਿਲਾਫ ਗੱਲ ਕਰ ਰਿਹਾ ਪਰ ਹਰ ਧਰਮ ਦੇ ਵਿੱਚ ਹੀ ਦੇਖ ਲਓ ਜਿਹੜੇ ਢੜੇ ਬਣੇ ਹੋਏ ਨੇ ਜੜੀਆਂ ਚੀਜ਼ਾਂ ਨੇ ਉਹ ਚੀਜ਼ਾਂ ਦੇ ਸਿੱਟੇ ਕੀ ਨਿਕਲ ਰਹੇ ਨੇ ਚੁੱਲਿਆਂ 'ਚ ਅੱਗ ਨਹੀਂ ਬਾਲਦੀ ਉਹਨਾਂ ਦੇ ਘਰਾਂ ਦੇ ਵਿੱਚ ਖਲੀਲ ਮੁਹੰਮਦ ਆਖਦਾ ਹੈ ਕਿ ਮੁਸਲਮਾਨਾਂ ਨੂੰ ਯਹੂਦੀਆਂ ਦੇ ਦੁਆਰਾ ਕੀਤੀ ਤਾਂ ਪੁਰਾਤਨ ਬਾਈਬਲ ਦੀ ਵਿਆਖਿਆ ਗਲਤ ਲੱਗਦੀ ਹੈ ਤਾਂ ਕਿ ਜਹੂਦੀ ਵਿਦਵਾਨ ਮੁਸਲਮਾਨਾਂ ਨੂੰ ਬੁਲਾ ਕੇ ਬਾਈਬਲ ਦੀ ਕਥਾ ਉਹਨਾਂ ਤੋਂ ਸੁਣਾ ਸੁਣਿਆ ਕਰਨ ਇੱਥੇ ਵੀ ਗੜਬੜ ਹੋ ਜਾਂਦੀ ਹੈ ਤੋਰੇਥ ਇਜ਼ੀਲ ਜਿਹੜੀ ਹੈ ਤੋਰੇਥ ਇਜ਼ੀਲ ਦੀਆਂ ਜਿਹੜੀਆਂ ਆਇਤਾਂ ਮੁਸਲਮਾਨਾਂ ਨੂੰ ਨੁਕਸਾਨਦਾਇਕ ਲੱਗਦੀਆਂ ਨੇ ਨਾ ਉਹਨਾਂ ਬਾਰੇ ਆਖਦੇ ਨੇ ਉਹ ਬਾਅਦ ਦੇ ਵਿੱਚ ਮਿਲਾਵਟ ਕਰ ਦਿੱਤੀ ਗਈ ਕੁਰਾਨ ਦੇ ਵਿੱਚ ਅਜਿਹੀਆਂ ਆਇਤਾਂ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਲੋਕਾਂ ਉੱਪਰ ਰੱਬ ਗੁੱਸੇ ਹੈ ਜਿਨ੍ਹਾਂ ਨੇ ਪੈਗੰਬਰ ਈਸਾ ਮਸੀਹ ਨੂੰ ਕਤਲ ਕੀਤਾ ਧਾਰੀਕ ਆਖਦਾ ਹੈ ਕਿ ਥੋੜੇ ਜਿਹੇ ਲੋਕ ਯਸੂ ਦੇ ਕਤਲ ਦੇ ਲਈ ਜ਼ਿੰਮੇਵਾਰ ਸਨ ਤਾਂ ਰੱਬ ਨੇ ਸਾਰੀ ਯਹੂਦੀ ਕੌਮ ਨੂੰ ਕਿਉਂ ਸੰਕਟ ਦੇ ਵਿੱਚ ਪਾ ਦਿੱਤਾ ਧਾਰੀਕ ਦਾ ਦੂਜਾ ਸਵਾਲ ਅਸਾਂ ਥੋੜੇ ਕੁ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ ਦਾ ਹੁਕਮ ਮੰਨਣੋਂ ਇਨਕਾਰ ਕੀਤਾ ਤੇ ਸਾਰਾ ਪਰਿਵਾਰ ਕਤਲ ਕਰ ਦਿੱਤਾ ਸੀ ਫਿਰ ਰੱਬ ਸਾਰੇ ਜਾਣਿਆਂ ਨੂੰ ਪੂਰੇ ਇਸਲਾਮ ਨੂੰ ਸੰਕਟ ਦੇ ਵਿੱਚ ਘੇਰੇਗਾ ਕੁਰਾਨ ਦਾ ਫਰਮਾਨ ਅੱਗੇ ਦੱਸਦੇ ਹਾਂ ਪਰ ਜਿਹੜਾ ਜ਼ਿਕਰ ਜਾਪਾ ਕੀਤਾ ਹੈ ਪਹਿਲਾਂ 72 ਹੋਰਾਂ ਦਾ ਉਹਨੂੰ ਜਿਹੜਾ ਉਹਦੀ ਵਿਆਖਿਆ ਕੀਤੀ ਜਾਵੇ ਤਾਂ ਜੇ ਮਰਦ ਨੂੰ ਸ਼ਹੀਦ ਹੋਣ ਪਿੱਛੋਂ 72 ਕੁਆਰੀਆਂ ਹੋਰਾਂ ਸਵਰਗ ਦੇ ਵਿੱਚ ਇਨਾਮ ਵਜੋਂ ਮਿਲਣਗੀਆਂ ਤਾਂ ਉਹਨਾਂ ਕੁੜੀਆਂ ਬੁੜੀਆਂ ਨੂੰ ਕੀ ਇਨਾਮ ਮਿਲੇਗਾ ਫਿਰ ਜਿਹੜੀਆਂ ਸ਼ਹਾਦਤ ਦਾ ਜਾਨ ਪੀ ਗਈਆਂ ਇਹ ਮੈਂ ਬਾਰ-ਬਾਰ ਕਈ ਵਾਰੀ ਸਵਾਲ ਕਰਦਾ ਹੁੰਨਾ ਜੀ ਚਲੋ ਇਹ ਲਿਖਤੀ ਗੱਲ ਅੱਜ ਆ ਹੀ ਗਈ ਹੈ ਪੰਨੂ ਸਾਹਿਬ ਦੀ ਕਲਮ ਦੇ ਵਿੱਚ ਮੇਰੇ ਹਮੇਸ਼ਾ ਇਹ ਹੀ ਗੱਲ ਕਰਦਾ ਹੁੰਨਾ ਕਿ ਤਰਕ ਦੀ ਜਦੋਂ ਗੱਲ ਆਉਂਦੀ ਹੈ ਜਿਵੇਂ ਕਿ ਆਪਣੀ ਅ ਸਗੀ ਅਮਰੀਕਾ ਦੇ ਵਿੱਚ ਜੋ ਕੁਝ ਵਾਪਰਿਆ ਆਪਣੀ ਇੱਕ ਕਿਤਾਬ ਸਾਂਝੀ ਕੀਤੀ ਸੀ ਤੁਹਾਡੇ ਨਾਲ ਨਾਂ ਵਿਸਰ ਗਿਆ ਮੇਰੇ ਮਨ ਚੋਂ ਆਫੀਆ ਸਦੀਕੀ ਦਾ ਜਹਾਦ ਹਾਂਜੀ ਉਹ ਦੀ ਗੱਲ ਆਉਂਦੀ ਹੈ ਆਪਣੇ ਹਰਮਿੰਦਰ ਸਿੰਘ ਹਰਮਿੰਦਰ ਸਿੰਘ ਚਾਲ ਸਾਹਿਬ ਦੀ ਕਲਮ ਦੇ ਵਿੱਚੋਂ ਬਾਕਮਾਲ ਜਿਹੜੀ ਲਿਖਤ ਹੈ ਕਿ ਦਤਾ ਉਹਨਾਂ ਨੂੰ ਜਿਹੜਾ ਜਹਾਦ ਦੇ ਬਾਰੇ ਦੱਸ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਜਾਂ ਇੱਕ ਵੈਲ ਐਜੂਕੇਟਿਡ ਜਿਹੜੀ ਨੌਜਵਾਨ ਲੋਕ ਨੇ ਉਹਨਾਂ ਨੂੰ ਕਿਵੇਂ ਗੁੰਮਰਾਹ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਸਵੀਡਨ ਦੇ ਵਿੱਚ ਜੋ ਕੁਝ ਕੱਲ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਹੈ ਉਹ ਵੀ ਕਿਤੇ ਨਾ ਕਿਤੇ ਇਹੋ ਹੀ ਕਾਰਨ ਨੇ ਜਿਹੜੇ ਬੱਚੇ ਉੱਥੇ ਦੇ ਜੰਪਾਲ ਨੇ ਸਵੀਡਨ ਦੇ ਬੱਖਰੇ ਬੱਖਰੇ ਧਰਮਾਂ ਦੇ ਨੇ ਉਹਨਾਂ ਨੂੰ ਇਹਨਾਂ ਦੇ ਬਾਰੇ ਦੱਸ ਕੇ ਉਹਨਾਂ ਨੂੰ ਸੀਰੀਆ ਲਜਾਇਆ ਜਾਂਦਾ ਉਹਨਾਂ ਨੂੰ ਜਹਾਦ ਦੇ ਬਾਰੇ ਸਿਕਲਾਈ ਜਾਂ ਉਹਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਜਿਹੜੇ ਟੀਨੇਜਰ ਨੇ ਕਿ ਰੈਪ ਕਰਕੇ ਵੀ ਲਿਜਾਇਆ ਜਾਂਦਾ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਠੱਲ ਪਾਉਣ ਨੂੰ ਇਹ ਜਿਹੜੇ ਮੁਲਕ ਉਹ ਚੀਜ਼ਾਂ ਕਰ ਰਹੇ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਲੱਗੇਗਾ ਕਿ ਇਹ ਜਿਹੜਾ ਗਲਤ ਚੀਜ਼ਾਂ ਚੱਲ ਰਹੀਆਂ ਨੇ ਤੇ ਉਹ ਕਹਿੰਦੇ ਨੇ ਪੰਨੂ ਸਾਹਿਬ ਲਿਖਦੇ ਨੇ ਕਿ 72 ਕੁਆਰੀਆਂ ਹੂਰਾ ਸਵਰਗ ਦੇ ਵਿੱਚ ਇਨਾਮ ਵਜੋਂ ਮਿਲਣਗੀਆਂ ਜਿਹੜੇ ਮਰਦ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਕੁੜੀਆਂ ਬੁੜੀਆਂ ਨੂੰ ਕਿ ਇਨਾਮ ਦੇ ਵਿੱਚ ਮਿਲੇਗਾ ਜਿਹੜੀਆਂ ਸ਼ਹਾਦਤ ਦਾ ਜਾਨ ਪੀ ਗਈਆਂ ਇਸ ਸਮੱਸਿਆ ਦੇ ਕਾਰਨ ਇਸਲਾਮ ਦੇ ਵਿੱਚ ਔਰਤ ਦੇ ਹੱਕ ਮਰਦ ਬਰਾਬਰ ਨਹੀਂ ਹੋ ਸਕਦੇ ਨੇ ਫਿਰ ਹੱਕ ਤਾਂ ਫਿਰ ਔਰਤ ਦਾ ਮਾਰਿਆ ਗਿਆ ਫਿਰ ਨਾ ਜੀ ਤੇ ਉਹਨੂੰ ਜਿਹੜਾ 72 ਮਰਦ ਮਿਲਣਾ ਚਾਹੀਦੇ ਸੀ ਫਿਰ 72 ਹੋਰਾਂ ਮਿਲਦੀਆਂ ਨੇ ਤਾਂ ਉਧਰ ਫਿਰ ਇਹਨਾਂ ਕਹਿੰਦਾ ਨਹੀਂ ਨਹੀਂ ਜੀ ਐਦਾਂ ਨਹੀਂ ਹੋ ਸਕਦਾ ਕੁਰਾਨ ਦਾ ਫੁਰਮਾਨ ਹੈ ਅੱਗੇ ਉਹ ਲਿਖਦੇ ਨੇ ਪਹਿਲੀ ਗੱਲ ਲਿਖਦੇ ਨੇ ਕਿ ਮੁਸੀਬਤਾਂ ਦੇ ਵਿੱਚ ਘیرے ਰਹਿਣਗੇ ਜਿੱਥੇ ਵੀ ਹੋਣ ਉਹ ਲੋਕ ਦੂਸਰੀ ਗੱਲ ਉਹ ਲਿਖਦੇ ਨੇ ਕਿ ਜਦੋਂ ਤੱਕ ਉਹ ਰੱਬ ਉੱਪਰ ਈਮਾਨ ਲਿਆ ਕੇ ਬੰਦਿਆਂ ਦੇ ਨਾਲ ਸੁਲਾ ਨਹੀਂ ਕਰਦੇ ਤੀਸਰੀ ਗੱਲ ਉਹ ਲਿਖਦੇ ਨੇ ਕਿ ਉਹਨਾਂ ਨੂੰ ਰੱਬ ਦੇ ਗੁੱਸੇ ਦਾ ਸਾਹਮਣਾ ਕਰਨਾ ਪਏਗਾ ਸੰਕਟ ਆਏਗਾ ਹੀ ਚੌਥੀ ਗੱਲ ਲਿਖਦੇ ਨੇ ਉਹਨਾਂ ਨੇ ਰੱਬ ਦੀ ਰਜ਼ਾ ਨਹੀਂ ਜਾਣੀ ਤੇ ਪੈਗੰਬਰਾਂ ਨੂੰ ਨਾ ਹੱਕ ਮਾਰਿਆ ਤੇ ਅਗਲਾ ਉਹ ਇਸ਼ਾਰਾ ਕਰਦੇ ਨੇ ਪੈਗੰਬਰਾਂ ਦੀ ਹੁਕਮ ਅਦੂਲੀ ਕੀਤੀ ਹੈ ਪੰਜਵੀਂ ਗੱਲ ਕਿ ਪੈਗੰਬਰਾਂ ਦੀ ਹੁਕਮ ਅਦੂਲੀ ਕੀਤੀ ਤੇ ਹੱਦ ਪਾਰ ਕਰ ਗਏ ਨੇ ਇਹ ਆਇਤਾਂ ਜਿਹੜੀਆਂ ਨੇ 3.112 ਪੰਨੇ ਦੇ ਉੱਤੇ ਆਉਂਦੀਆਂ ਇਹ ਆਇਤਾਂ ਜਹੂਦੀਆਂ ਵਾਸਤੇ ਨੇ ਮੁਸਲਮਾਨਾਂ ਵਾਸਤੇ ਕਿਉਂ ਨਹੀਂ ਹੈ ਪੰਕਤੀ ਨੰਬਰ 2 ਉਕਤ ਪੜੋ ਜਿਹੜੀ ਆਪਾਂ ਜ਼ਿਕਰ ਕੀਤਾ ਹੈ ਜਦੋਂ ਤੱਕ ਉਹ ਰੱਬ ਉੱਪਰ ایمان ਲਿਆ ਕੇ ਬੰਦਿਆਂ ਦੇ ਨਾਲ ਸੁਲਾਹ ਨਹੀਂ ਕਰਦੇ ਕਿਤੇ ਜਹੂਦੀਆਂ ਨੇ ਸ਼ਾਇਦ ਰੱਬ ਉੱਪਰ ایمان ਲੈ ਆਂਦਾ ਹੋਵੇ ਤੇ ਰੱਬ ਦੇ ਬੰਦਿਆਂ ਦੇ ਨਾਲ ਸੁਲਾਹ ਕਰ ਲਈ ਹੋਵੇ ਰੱਬੀ ਸੰਕਟ ਦਾ ਸ਼ਿਕਾ ਸ਼ਿਕਾਰ ਮੁਸਲਮਾਨ ਹੋ ਰਹੇ ਨੇ ਸ਼ਾਇਦ ਤੀਜੀ ਪੰਕਤੀ ਉਹਨਾਂ ਵਾਸਤੇ ਹੋਵੇ ਕੁਰਾਨ ਉੱਪਰ ਪੂਰਾ ਈਮਾਨ ਆਖਰ ਮੁਸਲਮਾਨ ਲੈਉਣਗੇ ਬਾਕੀ ਜੋ ਹਨ ਸੋ ਹਨ ਸਦੀਆਂ ਤੋਂ लाचार ਯਹੂਦਿਆਂ ਦੇ ਨਾਲ ਹਮਦਰਦੀ ਤਾਂ ਕੀ ਕਰਨੀ ਸੀ ਵਿਦਵਾਨ ਮੌਲਵੀ ਕੁਰਾਨ ਦੇ ਆਧਾਰ ਦੇ ਉੱਤੇ ਉਹਨਾਂ ਦੀ ਖਿੱਲੀ ਉਡਾਉਂਦੇ ਰਹੇ ਯੂਕੇ ਦੇ ਵਿੱਚ ਵਸਦੇ ਅਕਬਰ ਅਲੀ ਨੇ 1963 ਦੇ ਵਿੱਚ ਕਿਤਾਬ ਲਿਖੀ ਸੀ ਇਜ਼ਰਾਈਲ ਐਂਡ ਦੀ ਪ੍ਰੋਪੈਸਿਸ ਆਫ ਦੀ ਹੌਲੀ ਕੁਰਾਨ ਇਸ ਦੇ ਵਿੱਚ ਉਹ ਲਿਖਦੇ ਨੇ ਕਿ ਖਾਣਾ ਬਦੋਸ਼ ਉਜੜੇ ਉਖੜੇ ਯਹੂਦੀਆਂ ਦਾ ਇਤਿਹਾਸ ਦਗੇਬਾਜ਼ੀ ਅਪਰਾਧ ਚਤੁਰਾਈ ਬੇਈਮਾਨੀ ਖੂਨ ਖਰਾਬਾ ਤੇ ਭੰਨ ਤੋੜ ਦਾ ਲਿਖਾ ਜੋਖਾ ਹੈ 2000 ਸਾਲ ਤੋਂ ਉਹਨਾਂ ਨੇ ਹਰ ਕਿਸਮ ਦਾ ਅਪਰਾਧ ਕੀਤਾ ਹੈ ਨੁਕਸਾਨ ਉਹਨਾਂ ਲੋਕਾਂ ਨੇ ਉਠਾਇਆ ਜਿਨ੍ਹਾਂ ਨੇ ਇਨ੍ਹਾਂ ਪਾਪੀਆਂ ਨੂੰ ਪਨਾਹ ਦਿੱਤੀ ਤੁਸੀਂ ਦੇਖ ਲਓ ਸਪੇਨ ਤੇ ਪੁਰਤਗਾਲ ਨੇ ਕੱਢ ਦਿੱਤੇ 1290 ਦੇ ਵਿੱਚ ਇੰਗਲੈਂਡ ਨੇ ਕੱਢ ਦਿੱਤੇ ਫਰਾਂਸ ਨੇ ਪਹਿਲਾਂ 1306 ਦੇ ਵਿੱਚ ਫਿਰ ਦੁਬਾਰਾ 1934 ਦੇ ਵਿੱਚ ਕੱਢੇ ਬੈਲਜੀਅਮ ਨੇ 1370 ਦੇ ਵਿੱਚ ਚੈਕੋਸਲਵਾਕੀਆ ਨੇ 1380 ਦੇ ਵਿੱਚ ਕੱਢੇ ਉਹਨਾਂ ਦੀ ਕਿਸਮਤ ਦੇ ਵਿੱਚ ਮੁੱਢ ਕਦੀਮੋਂ ਉਜੜਨਾ ਲਿਖਿਆ ਫਿਰ ਵੀ ਉਹ ਢੀਢਤਾ ਨਾਲ ਕਹਿੰਦੇ ਨਹੀਂ ਥੱਕਦੇ ਨੇ ਅਸੀਂ ਰੱਬ ਦੇ ਚੁਣੇ ਹੋਏ ਲੋਕ ਆ ਇਹ ਸਤਰਾਂ ਲਿਖ ਕੇ ਅਕਬਰ ਆਲੀ ਪੁੱਜਦਾ ਹੈ ਹੱਦ ਤੱਕ ਜ਼ਲਾਲਤ ਉਹਨਾਂ ਦੀ ਕਿਸਮਤ ਦਾ ਹਿੱਸਾ ਕਿਉਂ ਬਣ ਗਈ ਆਖਰ ਨੋਕਸ ਹੈ ਕਿੱਥੇ ਫਿਰ ਤਾਰੀਖ ਫਤਿਹ ਲਿਖਦਾ ਹੈ ਕਿ ਇਹੋ ਹੀ ਸਵਾਲ ਹੁਣ ਅਕਬਰ ਮੁਸਲਮਾਨਾਂ ਨੂੰ ਕਰੇ ਵਰਤਮਾਨ ਕਾਲ ਦੇ ਵਿੱਚ ਮੁਸਲਮਾਨਾਂ ਦੀ ਕਿਸਮਤ ਦੇ ਵਿੱਚ ਹੱਦ ਤੱਕ ਕਿਉਂ ਲਿਖੀ ਗਈ ਜਹੂਦਿਆਂ ਦੀ ਥਾਂ ਉਹ ਬੇਇੱਜ਼ਤ ਕਿਉਂ ਹੋ ਰਹੇ ਹਨ ਵਕਤ ਬਦਲ ਰਿਹਾ ਹੈ ਦੁਨੀਆ ਭਰ ਦੇ ਵਿੱਚ ਚੇਤਨ ਅਤੇ ਇਮਾਨਦਾਰ ਔਰਤਾ ਮਰਦ ਦਿਹਾੜੀ ਚੋਲੇ ਦਾੜੀ ਚੋਲੇ ਵਾਲਿਆਂ ਦੇ ਫਾਸ਼ੀਜ਼ਮ ਅਤੇ ਹਾਕਮਾਂ ਦੀਆਂ ਲੂੰਬੜ ਚਾਲਾਂ ਬੇਨਕਾਬ ਕਰਨ ਲੱਗ ਗਏ ਨੇ ਜਿਨ੍ਹਾਂ ਦੇ ਕੋਲ ਕੋਈ ਦਿਨ ਨਹੀਂ ਕੋਈ ਦੀਨ ਨਹੀਂ ਹੈ ਜਿਨ੍ਹਾਂ ਦੇ ਕੋਲ ਕੋਈ ਦੀਨ ਨਹੀਂ ਆਪਣੀ ਆਪਣੀ ਖੁਦਗਰਜ਼ੀ ਹੈ ਕੱਟੜ ਪੰਥੀਆਂ ਦੇ ਖਿਲਾਫ ਲਾਮਬੰਦ ਹੋਣ ਵਾਲਿਆਂ ਨੂੰ ਸਜ਼ਾਾਂ ਵੀ ਮਿਲ ਰਹੀਆਂ ਨੇ ਅਜ਼ਰਾ ਨਫੀਸੀ ਨੂੰ ਈਰਾਨ ਦੇ ਵਿੱਚੋਂ ਜਲਾਵਤਨ ਹੋਣਾ ਪੈ ਗਿਆ ਉਦਾਰਵਾਦੀ ਨੀਤੀਆਂ ਕਾਰਨ ਪਾਕਿਸਤਾਨ ਦੇ ਵਿੱਚ ਬੈਨਰਜੀ ਪੁੱਟੋ ਦਾ ਕਤਲ ਹੋ ਗਿਆ 20 ਜੂਨ 2009 ਨੂੰ ਹਾਕਮ ਮੌਲਵੀ ਦੇ ਖਿਲਾਫ ਬੋਲਦੀ ਹੋਈ 18 ਸਾਲਾਂ ਦੀ ਕੁੜੀ ਨਿੰਦਾ ਆਗਾ ਸੁਲਤਾਨ ਨੂੰ ইরਾਨੀ ਪੁਲਿਸ ਨੇ ਗੋਲੀ ਦੇ ਨਾਲ ਫੌਂਡ ਦਿੱਤਾ ਇਨ੍ਹਾਂ ਕਤਲਾਂ ਦੇ ਪਿੱਛੇ ਆਇਤੁਲਾ ਆਇਤੁਲਾ ਹਾਕਮ ਜਿਹੜਾ ਸੀ ਤੇ ਕੱਟੜਪੰਥੀ ਮੁਜਾਹਿਦੀਨ ਤਾਂ ਹੈਨ ਹੀ ਗੈਰ ਮੁਸਲਿਮ ਤਾਕਤਾਂ ਉਦਾਹਰਨ ਵਜੋਂ ਰਾਬਰਟ ਸਪੈਂਸਰ ਮਿਡਲ ਈਸਟ ਜਿਹੜਾ ਕੁਆਰਟਲ ਕੁਾਰ ਟ੍ਰੇਲੀ ਤੇ ਅਨੁਸਾਰ ਜਿਹੜੇ ਮੁਸਲਮਾਨ ਜੇਰੂਸ਼ਲਮ ਉੱਪਰ ਯਹੂਦੀਆਂ ਦਾ ਬਰਾਬਰ ਹੱਕ ਮੰਨਦੇ ਨੇ ਕਿ ਉਹਨਾਂ ਨੂੰ ਕੁਰਾਨ ਸਮਝ ਨਹੀਂ ਪਾਕ ਜ਼ਮੀਨ ਉੱਪਰ ਅੱਲਾਹ ਯਹੂਦੀਆਂ ਦਾ ਹੱਕ ਕਿਵੇਂ ਮਨਜ਼ੂਰ ਕਰ ਸਕਦਾ ਹੈ ਐਂਡਰਿਓ ਬੋਸਟਨ ਮੁਸਲਮ ਸੁਧਾਰਵਾਦੀਆਂ ਨੂੰ ਕਹਿੰਦਾ ਹੈ ਜੇਹੋ ਜਿਹੇ ਸੁਧਾਰ ਅਤੇ ਨਵ ਜਾਗਰਨ ਤੁਸੀਂ ਇਸਲਾਮ ਦੇ ਵਿੱਚ ਲਿਆਉਣਾ ਚਾਹੁੰਦੇ ਹੋ ਉਹ ਤਾਂ ਹੀ ਹੋ ਸਕਦੇ ਨੇ ਜੇ ਇਸਲਾਮ ਛੱਡ ਜਾਓ ਜੇ ਇਸਲਾਮ ਇਸਲਾਮ ਰਹਿਣਾ ਹੈ ਫਿਰ ਪੂਰੀ ਸ਼ਰਾਹ ਮੰਨਣੀ ਪਏਗੀ ਪਵੇਗੀ ਤੇ ਯਰੂਸ਼ਲਮ ਦੇ ਉੱਪਰ ਹੋਰ ਕਿਸੇ ਦਾ ਹੱਕ ਮਨਜ਼ੂਰ ਕਰਨ ਦਾ ਮਤਲਬ ਹੈ ਇਸਲਾਮ ਛੱਡ ਦੇਣਾ ਇਸ ਗੌਰਖ ਧੰਦੇ ਦੇ ਵਿੱਚ ਕੁਝ ਵਿਦਵਾਨ ਐਨੇ ਉਲਝੇ ਕਿ ਇਸਲਾਮ ਛੱਡ ਗਏ ਜਿਨ੍ਹਾਂ ਦੇ ਵਿੱਚ ਆਯਾਨ ਹਰੀਸੀ ਅਲੀ ਤੇ ਇਬਨ ਵਾਰਾਕ ਦੇ ਨਾਮ ਚਰਚਾ ਦੇ ਵਿੱਚ ਨੇ ਇੱਕ ਪਾਸੇ ਮੁਸਲਮਾਨ ਨੇ ਤੇ ਜਿਹੜੇ ਜਾਂ ਕਿਸੇ ਹੋਰ ਧਰਮ ਦੇ ਵਿੱਚ ਚਲੇ ਗਏ ਜਾਂ ਨਾਸਤਿਕ ਹੋ ਗਏ ਦੂਜੇ ਪਾਸੇ ਜਹਾਦੀ ਹਨ ਜਿਹੜੇ ਇਹਨਾਂ ਨੂੰ ਕਤਲ ਕਰਕੇ ਚੈਨ ਹਾਸਲ ਕਰਨਗੇ ਤੇ 72-72 ਹੂਰਾ ਲੈਣਗੇ ਮੁਸਲਮਾਨਾਂ ਦਾ ਇੱਕ ਧੜਾ ਇਜ਼ਰਾਈਲ ਦੇ ਨਾਲ ਸੁਲਾਹ ਕਰਕੇ ਫਲਸਤੀਨ ਦੀ ਕਾਇਮੀ ਅਤੇ ਅਮਨ ਦਾ ਮੁੱਦਾ ਹੀ ਹੈ ਹਮਾਸ ਕਦੀ ਸੁਲਾਹ ਦੇ ਹੱਕ ਦੇ ਵਿੱਚ ਸੁਲਾਹ ਜਿਹੜੀ ਸੀ ਉਹਦੇ ਹੱਕ ਦੇ ਵਿੱਚ ਨਹੀਂ ਰਹੀ ਹੈ ਤੇ ਸੁਲਾਕਾਰੀਆਂ ਨੂੰ ਕਾਫਰ ਆਖਦੀ ਆਈ ਹੈ ਮਿਸਰ ਅਤੇ ਜਾਰਡਨ ਇਸਲਾਮੀ ਦੇਸ਼ਾਂ ਨੇ ਸੁਲਾ ਸੰਧੀ ਉੱਪਰ ਇਜ਼ਰਾਈਲ ਸਮੇਤ ਦਸਕਦਕ ਕਰ ਦਿੱਤੇ ਨੇ 20% ਦੀ ਇਜ਼ਰਾਈਲ ਦੇ ਵਿੱਚ ਰਹਿੰਦੇ ਮੁਸਲਮਾਨ ਸੁਲਾ ਦੇ ਹੱਕ ਦੇ ਵਿੱਚ ਨੇ ਕਿ ਇਹ ਸਾਰੇ ਕਾਫਰ ਨੇ 9ਵੀਂ ਸਦੀ ਦੇ ਵਿੱਚ ਕਿਸੇ ਬੰਦੇ ਦੀ ਲਿਖੀ ਹਦੀਸ صدਕਾ ਮੁਸਲਮਾਨ ਸਦਾ ਦੇ ਲਈ ਯੁੱਧ ਦੇ ਨਰਕ ਦੇ ਵਿੱਚ ਝੁਕੇ ਰਹਿ ਜਾਣਗੇ ਝੁਕੇ ਜਾਣਗੇ ਇਸ ਦੇ ਵਿੱਚ ਕਿੰਨੀ ਕੋ ਅਕਲ ਮੰਦੀ ਹੈ ਖੋਦੇ ਹਿਸਾਬ ਲਾਉਣਾ ਪਵੇਗਾ ਜਦੋਂ ਹਦੀਸ ਦੇ ਬੋਲ ਕੁਰਾਨ ਦੇ ਬੋਲਾਂ ਤੋਂ ਭਿੰਨ ਜਾਂ ਉਲਟ ਹੋਣ ਤਾਂ ਹਦੀਸ ਰੱਦ ਕਰਕੇ ਕੁਰਾਨ ਦੀ ਹਦਾਇਤ ਮੰਨਣੀ ਵਾਜਬ ਹੈ ਕੁਰਾਨ ਦਾ ਬੋਲ ਹੈ ਤੁਹਾਡਾ ਦੀਨ ਤੁਹਾਨੂੰ ਮੁਬਾਰਕ ਮੇਰਾ ਦੀਨ ਮੈਨੂੰ ਮੁਬਾਰਕ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਅੱਗੇ ਜਾ ਕੇ ਰੱਬ ਦਾ ਇਹ ਬੋਲ ਕੁਰਾਨ ਦੇ ਵਿੱਚ ਦਰਜ ਹੈ ਦੀਨ ਦੇ ਮਸਲੇ ਦੇ ਵਿੱਚ ਕੋਈ ਜ਼ਬਰਦਸਤੀ ਨਹੀਂ ਹੋਇਆ ਕਰਦੀ ਕੁਰਾਨ ਦੇ ਵਿੱਚ ਵੀ ਹਦੀਸ ਲਫਜ਼ ਆਇਆ ਜਿਸ ਦੇ ਅਨੁਸਾਰ ਕੁਰਾਨ ਹੀ ਹਦੀਸ ਹੈ ਅੱਲਾ ਨੇ ਸਰਬੋਤਮ ਹਦੀਸ ਆਪ ਦੇ ਨਬੀ ਰਾਹੀਂ ਭੇਜ ਦਿੱਤੀ ਹੈ ਜੋ ਅਸੀਂ ਕਿਹਾ ਸੋ ਰੱਬ ਦੇ ਬੋਲ ਨੇ ਇਹੋ ਹੀ ਸੱਚ ਹੈ ਇਸ ਤੋਂ ਇਲਾਵਾ ਹੋਰ ਕਿਸ ਹਦੀਸ ਦੇ ਵਿੱਚ ਸੱਚ ਹੈ ਸਹੀ ਬੁਖਾਰੀ ਸਹੀ ਬੁਖਾਰੀ ਜਿਹੜਾ ਸੀ ਸਹੀ ਬੁਖਾਰੀ ਸਹੀ ਮੁਸਲਮ ਤੇ ਸੁਨਨ ਅਬੂ ਦਾਊਦ ਤਿੰਨ ਸਭ ਤੋਂ ਵਧੇਰੇ ਭਰੋਸੇਯੋਗ ਹਦੀਸਾਂ ਨੇ ਜਿਨ੍ਹਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨਾ ਬੁਰਾ ਸਮਝਿਆ ਜਾਂਦਾ ਹੈ ਇਨਾਂ ਦੇ ਵਿੱਚ ਅਜਿਹੇ ਪ੍ਰਸੰਗ ਦਰਜ ਹੈ ਕਹਿੰਦੇ ਨੇ ਕਿ ਈਬਨ ਅਬਾਸ ਨੇ ਦੱਸਿਆ ਹੈ ਕਿ ਖਲੀਫਾ ਉਮਰ ਨੂੰ ਖਬਰ ਮਿਲੀ ਕੋਈ ਸ਼ਰਾਬ ਵੇਚ ਰਿਹਾ ਹੈ ਖਲੀਫਾ ਨੇ ਫਰਮਾਇਆ ਉਸ ਦਾ ਬੁਰਾ ਹੋਵੇ ਪੈਗੰਬਰ ਨੇ ਫਰਮਾਇਆ ਸੀ ਜਹੂਦਿਆਂ ਨੂੰ ਸਰਾਪ ਲੱਗੇ ਕਿਉਂਕਿ ਉਹ ਜਾਨਵਰਾਂ ਦੀ ਜਿਹੜੀ ਚਰਬੀ ਖਾਂਦੇ ਅਤੇ ਵੇਚਦੇ ਨੇ ਜਦ ਕਿ ਅੱਲਾ ਨੇ ਉਹਨਾਂ ਨੂੰ ਅਜਿਹਾ ਕਰਨੋਂ ਵਰਜਿਆ ਸੀ ਅਬੂ ਹੁਰਾਇਰਾ ਨੇ ਦੱਸਿਆ ਨਬੀ ਨੇ فرمایا جس یہودی ਅਤੇ ईसाई ਨੇ ਮੇਰਾ ਨਾਮ ਸੁਣਿਆ ਪਰ ਮੇਰੇ ਵਿੱਚ ایمان ਨਹੀਂ ਲਿਆਂਦਾ ਉਹ ਜੁਗਾ ਤੱਕ ਦੋ ਜਖਾਂ ਦੀ ਪੱਟੀ ਦੇ ਵਿੱਚ ਸੜਦੇ ਬਲਦੇ ਰਹਿਣਗੇ ਫਿਰ ਉਹ ਲਿਖਦੇ ਨੇ ਕਿ ابو ਅਜੂਬ ਰਾਹੀਂ ਇਹ ਸਾਖੀ ਮਿਲੀ ਦਿਨ ਛਿਪਨ ਪਿੱਛੋਂ ਪੈਗੰਬਰ ਇੱਕ ਪਾਸੇ ਜਾ ਰਹੇ ਸਨ ਕਿ ਚੀਖਾਂ ਚਿਲਹਾਟਾਂ ਦੀਆਂ ਆਵਾਜ਼ਾਂ ਸੁਣ ਕੇ ਕਿਹਾ ਇਹ ਪਾਪੀ ਯਹੂਦੀਆਂ ਦੇ ਕੁਰਲੌਣ ਦੀਆਂ ਆਵਾਜ਼ਾਂ ਨੇ ਜਿਹੜੇ ਕਬਰਾਂ ਦੇ ਵਿੱਚ ਜਮਾ ਦੀ ਮਾਰ ਜਿਹੜੇ ਨੇ ਝੱਲ ਰਹੇ ਨੇ ਜਮ ਜਿਹੜੇ ਨੇ ਜਮ ਜਮਾ ਦੀ ਮਾਰ ਝੱਲ ਰਹੇ ਨੇ ਮੁਹਾਈਸਾ ਨੇ ਦੱਸਿਆ ਜੇ ਜਹੂਦੀਆਂ ਨੂੰ جنگ ਦੇ ਵਿੱਚ ਹਰਾ ਦਿਓ ਤਦ ਥਾਏ ਮਾਰ ਦਿਓ ਇਹ ਸੁਣ ਕੇ ਮੁਹਾਈਸਾ ਜਹੂਦੀ ਵਪਾ ਜਹੂਦੀ ਵਪਾਰੀ ਸ਼ੁਬੇਬਾ ਉੱਪਰ ਕੁੱਦ ਪਿਆ ਤੇ ਥਾਏ ਮਾਰ ਦਿੱਤਾ ਮੁਹਾਈਸਾ ਦੇ ਸ਼ੁਬੇਬਾ ਨਾਲ ਚੰਗੇ ਸੰਬੰਧ ਹੁੰਦੇ ਸਨ ਕਹਿੰਦੇ ਅਲੀ ਇਬਨ ਅਬੂ ਅਲੀ ਇਬਨ ਅਬੂ ਤਾਲਿਬ ਨੇ ਦੱਸਦਾ ਹੈ ਉਹ ਦੱਸਦਾ ਹੈ ਕਿ ਇੱਕ ਜਹੂਦਨ ਪੈਗੰਬਰ ਦੇ ਵਿਰੁੱਧ ਮੰਦਾ ਬੋਲਦੀ ਹੁੰਦੀ ਇੱਕ ਆਦਮੀ ਨੇ ਉਸ ਨੂੰ ਗਲੋਂ ਫੜ ਕੇ ਮਾਰ ਦਿੱਤਾ ਨਬੀ ਨੇ ਫਰਮਾਇਆ ਇਸ ਬੰਦੇ ਨੇ ਕੋਈ ਗਲਤੀ ਨਹੀਂ ਕੀਤੀ ਅਬੂ ਹਰਾਇਰਾ ਨੇ ਦੱਸਿਆ ਕਿ ਅਬੂ ਸਾਲੀ ਆਪਣੇ ਪਿਤਾ ਦੇ ਨਾਲ ਸੀਰੀਆ ਜਾ ਰਿਹਾ ਸੀ ਰਸਤੇ ਦੇ ਵਿੱਚ ਇਸਾਈਆਂ ਦੀਆਂ ਟੋਲੀਆਂ ਕੋਲੋਂ ਲੰਘਦੀਆਂ ਦੇਖਦਾ ਤਾਂ ਸਲਾਮ ਅਰਜ਼ ਕਰਦਾ ਪਿਤਾ ਨੇ ਕਿਹਾ ਬੇਟਾ ਇਹਨਾਂ ਨੂੰ ਪਹਿਲਾਂ ਸਲਾਮ ਨਹੀਂ ਕਰਨੀ ਇਹ ਖਬਰ ਪੈਗੰਬਰ ਤੱਕ ਪੁੱਜੀ ਤਾਂ ਨਬੀ ਨੇ ਫਰਮਾਇਆ 유ਹੂਦੀਆਂ ਤੇ ਇਸਾਈਆਂ ਨੂੰ ਸਲਾਮ ਕਰਨਾ ਤਾਂ ਦੂਰ ਦੀ ਗੱਲ ਸਾਹਮਣੇ ਆਉਂਦੇ ਦਿਸਨ ਤਾਂ ਉਹਨਾਂ ਨੂੰ ਸੜਕ ਦੇ ਕਿਨਾਰੇ ਵੱਲ ਧੱਕ ਦਿਓ ਇਸ ਪਿਛੋਕੜ ਦੇ ਕਾਰਨ ਅਲਦੀਨ ਇਬਰਾਹਿਮ ਜਿਹੇ ਸੁਧਾਰਕ ਨੇ ਕਿਹਾ ਸੀ ਸਾਨੂੰ ਆਪਣਾ ਮੁਲਾਂਕਣ ਮੁੜ ਤੋਂ ਕਰਨਾ ਚਾਹੀਦਾ ਹੈ ਸਭ ਤੋਂ ਰੰਗਾ ਸਭ ਰੰਗਾਂ ਦੀਆਂ ਜਥੇਬੰਦੀਆਂ ਦੇ ਨੁਮਾਇंदे ਇੱਕ ਥਾਂ ਬੈਠ ਕੇ ਵਿਚਾਰ ਕਰਨ ਅੱਜ ਦਾ ਇਸਲਾਮ ਕੀ ਹੈ ਕਿਤੇ ਇਹ ਨਾ ਹੋਵੇ ਕਿ ਹਦੀਸਾਂ ਦੇ ਵਹਾਇਤ ਵਾਕ ਪੜ੍ਹ ਕੇ ਸਾਡੇ ਬੱਚੇ ਸਾਡੀਆਂ ਧਰਮ ਪੋਥੀਆਂ ਸਾਡੇ ਮੂੰਹ ਦੇ ਉੱਤੇ ਵਗਾ ਕੇ ਮਾਰਨ ਤੇ ਕਹਿਣ ਆ ਚੱਕੋ ਆਪਣਾ ਇਸਲਾਮ ਸਾਨੂੰ ਮੰਨਣਾ ਪਏਗਾ ਇਸਲਾਮ ਤੋਂ ਇਲਾਵਾ ਵੀ ਧਰਮ ਹਨ ਤੇ ਚੰਗੇ ਨੇ ਅਸੀਂ ਸਭ ਦਾ ਆਦਰ ਕਰਾਂਗੇ ਤਾਂ ਸਾਡਾ ਆਦਰ ਹੋਏਗਾ ਇਕੱਲਾ 칼 ਇਸਲਾਮ ਦੀ ਗੱਲ ਨਹੀਂ ਹੈ ਹੋਰ ਵੀ ਬਹੁਤ ਸਾਰੇ ਧਰਮਾਂ ਦੇ ਵਿੱਚ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਗਰੈਸਿਵ ਕਰਦੀਆਂ ਨੇ ਉਹ ਚੀਜ਼ਾਂ ਦੀ ਗੱਲ ਸਾਰੇ ਧਰਮਾਂ ਦੇ ਉੱਤੇ ਲਾਗੂ ਹੁੰਦੀ ਹੈ ਕਹਿੰਦੇ ਨੇ ਕਿ ਜੇ ਅਸੀਂ ਕੇਵਲ ਕੁਰਾਨ ਨੂੰ ਆਪਣੀ ਜੜ ਅਤੇ ਫਲ ਮੰਨਾਂਗੇ ਆਪਣੀ ਜੜ ਤੇ ਫਲ ਮੰਨਾਂਗੇ ਦੱਸਣਾ ਹੋਏਗਾ ਕਿ ਕੁਰਾਨ ਮਿਹਰਬਾਨੀਆਂ ਦੀਆਂ ਆਇਤਾਂ ਦਾ ਖਜ਼ਾਨਾ ਹੈ ਸਾਡਾ ਪਰਿਵਾਰ ਇੱਕੋ ਹੈ ਅਸੀਂ ਸਭ ਭੈਣ ਭਰਾ ਇੱਕ ਸਮਾਸੀ ਜਦੋਂ ਹਰ ਧਰਮ ਦਾ ਪੁਜਾਰੀ ਬਚਨ ਕਰਦਾ ਸਰੋਤੇ ਸੱਤ ਬਚਨ ਕਰਕੇ ਮੰਨ ਲੈਂਦੇ ਮਾਸ ਮੀਡੀਆ ਕਾਰਨ ਜਿਹੜਾ ਹੁਣ ਹੇਠਲੇ ਵਰਗ ਦਾ ਹਰੇਕ ਸਰੋਤਾ ਦਰਸ਼ਕ ਤੇ ਪਾਠਕ ਧਰਮ ਗ੍ਰੰਥਾਂ ਇਤਿਹਾਸ ਫਲਸਫੇ ਰਹਿਤਨਾਮੇ ਬਾਰੇ ਪੜਦਾ ਹੈ ਤੇ ਵਿਚਾਰ ਕਰਦਾ ਹੈ ਜੇ ਪੁਜਾਰੀ ਕੋਈ ਗਲਤ ਗੱਲ ਕਰੇ ਤਾਂ ਉਸ ਨੂੰ ਟੋਕਦਾ ਵੀ ਹੈ ਹੁਣ ਧਰਮ ਦੀਆਂ ਹਦਾਇਤਾਂ ਉਪਰੋਂ ਹੇਠਾਂ ਘਟ ਹੇਠੋਂ ਉੱਪਰ ਵਧੇਕ ਜਾਣ ਲੱਗ ਗਈਆਂ ਤਾਂ ਵੀ ਖਤਰੇ ਮੌਜੂਦ ਜਿਹੜੇ ਨੇ ਮੌਜੂਦ ਨੇ ਮਿਸਰ ਦਾ ਖਲੀਫਾ ਰਸ਼ਦ 1959 ਦੇ ਵਿੱਚ ਅਮਰੀਕਾ ਗਿਆ ਤੇ ਬਾਇਓ ਕੈਮਿਸਟਰੀ ਦੇ ਵਿੱਚ ਪੀ ਐਚ ਡੀ ਕੀਤੀ ਉਹਨੇ 애ਰੀਜ਼ੋਨਾ ਦੇ ਵਿੱਚ ਵਸ ਗਿਆ ਉਸਨੇ ਕੁਰਾਨ ਅਤੇ ਹਦੀਸਾ ਦੀ ਅੰਗਰੇਜ਼ੀ ਟ੍ਰਾਂਸਲੇਸ਼ਨ ਪੜ੍ਹੀ ਤਾਂ ਦੁਖੀ ਹੋ ਗਿਆ ਉਸਨੇ ਸਾਰੀਆਂ ਹਦੀਸਾਂ ਰੱਦ ਕਰ ਦਿੱਤੀਆਂ ਕਿਉਂਕਿ ਪੈਗੰਬਰ ਬਾਰੇ ਝੂਠ ਦੇ ਭੁਲੰਦੇ ਨਬੀ ਦੀ ਬੇਅਦਬੀ ਕਰ ਰਹੇ ਨੇ ਉਸਨੇ ਕੁਰਾਨ ਦੇ ਗਲਤ ਅਰਥਾਂ ਨੂੰ ਚੁਣੌਤੀ ਦੇ ਕੇ ਸਹੀ ਅਰਥ ਕਰਨੇ ਸ਼ੁਰੂ ਕਰ ਦਿੱਤੇ। ਯਹੂਦੀਆਂ ਤੇ ਈਸਾਈਆਂ ਨੂੰ ਸੂਰ ਅਤੇ ਬਨਮਾਨਸ ਕਿਹਾ ਜਾਵੇ ਮੰਤਭਾਗਾ ਹੈ। ਐਰੀਜ਼ੋਨਾ ਦੀ ਟਕਸਨ ਮਸਜਿਦ ਦੇ ਵਿੱਚ ਜਿੱਥੇ ਉਹ ਨਮਾਜ਼ ਪੜਨ ਜਾਇਆ ਕਰਦਾ ਸੀ, ਕੱਟੜ ਪੰਥੀਆਂ ਨੇ 1990 ਦੇ ਵਿੱਚ ਕਤਲ ਕਰ ਦਿੱਤਾ। ਹਜ਼ਰਤ ਮੁਹੰਮਦ ਸਾਹਿਬ ਆਪਣੇ ਪਿਆਰਿਆਂ ਦੇ ਨਾਲ ਗੱਲਾਂ ਕਰਦੇ ਤਾਂ ਦੇਖਦੇ ਕੋਈ ਜਣਾ ਉਸ ਦੀਆਂ ਗੱਲਾਂ ਲਿਖ ਰਿਹਾ ਹੈ, ਰੋਕ ਦਿੰਦੇ ਤੇ ਆਖਦੇ ਕੁਰਾਨ ਬਗੈਰ ਹੋਰ ਕੋਈ ਗੱਲ ਨਹੀਂ ਲਿਖਣੀ ਮੇਰੀਆਂ ਗੱਲਾਂ ਤੁਹਾਡੀਆਂ ਗੱਲਾਂ ਵਰਗੀਆਂ ਹੀ ਨੇ ਕੁਰਾਨ ਨੇ ਨਾਜਾਇਜ਼ ਸਰੀਰਕ ਸੰਬੰਧ ਬਣਾਉਣ ਵਾਲੇ ਨੂੰ 100 ਕੋੜਿਆਂ ਦੀ ਸਜ਼ਾ ਦਿੱਤੀ ਹੈ ਜੋ ਹਦੀਸ ਲੇਖਕ ਨੂੰ ਘਟ ਲੱਗੀ ਉਸਨੇ ਮੌਤ ਦੀ ਸਜ਼ਾ ਲਿਖ ਦਿੱਤੀ ਇਸਲਾਮ ਦਾ ਦੂਜਾ ਖਲੀਫਾ ਉਮਰ ਸੀ ਜੋ حضرت ਮੁਹੰਮਦ ਸਾਹਿਬ ਨੂੰ ਬਹੁਤ ਪਿਆਰਾ ਸੀ ਇਸਲਾਮ ਦੀ ਪਹਿਲੀ ਸਲਤਨਤ ਉਸੇ ਨੇ ਕਾਇਮ ਕੀਤੇ ਸੀ ਤੇ ਉਸ ਨੂੰ ਪਤਾ ਲੱਗਾ ਕਿ ਲੋਕ ਪੈਗੰਬਰ ਦੇ ਕਥਨਾ ਤੇ ਕੰਮਾਂ ਬਾਰੇ ਲਿਖਣ ਲੱਗ ਗਏ ਤੇ ਇਹਨਾਂ ਲਿਖਤਾਂ ਦਾ ਨਾਮ ਹਦੀਸ ਰੱਖ ਦਿੱਤਾ ਇਬਨ ਸਾਦ ਲਿਖਦਾ ਹੈ ਹਜ਼ਰਤ ਉਮਰ ਨੇ ਹੁਕਮ ਦਿੱਤਾ ਕਿ ਉਹ ਸਾਰੀਆਂ ਕਿਤਾਬਾਂ ਪੇਸ਼ ਕੀਤੀਆਂ ਜਾਣ ਜਿਨ੍ਹਾਂ ਦਾ ਨਾਮ ਤੁਸੀਂ ਹਦੀਸਾਂ ਰੱਖਿਆ ਸਾਰੀਆਂ ਕਿਤਾਬਾਂ ਪੇਸ਼ ਕੀਤੀਆਂ ਜਾਣ ਤੇ ਕੀਤੀਆਂ ਗਈਆਂ ਤੇ ਸਾਰੀਆਂ ਕਿਤਾਬਾਂ ਇੱਕ ਢੇਰ ਦੇ ਰੂਪ ਦੇ ਵਿੱਚ ਰੱਖ ਕੇ ਅੱਗ ਲਾਉਣ ਦੇ ਪਿੱਛੋਂ ਉਮਰ ਨੇ ਹੁਕਮ ਦਿੱਤਾ ਖਬਰਦਾਰ ਅੱਗੋਂ ਨੂੰ ਕਿਸੇ ਨੇ ਹਦੀਸ ਲਿਖਣ ਦੀ ਹਕਾਮ ਹਮਾਕਤ ਕੀਤੀ ਤਾਂ ਦਿਲਚਸਪ ਤੱਤ ਇਹ ਵੀ ਹੈ ਕਿ ਜਿਹੜੀਆਂ ਪੁਰਾਣੀਆਂ ਹਦੀਸਾਂ ਮੌਜੂਦ ਨੇ ਉਹਨਾਂ ਦੇ ਵਿੱਚ ਵੀ ਈ ਉਹੀ ਗੱਲ ਲਿਖੀ ਹੈ ਕਿ ਨਬੀ ਨੇ ਕੁਰਾਨ ਤੋਂ ਇਲਾਵਾ ਹੋਰ ਗੱਲਾਂ ਆਪਣੇ ਘਟਨਾਵਾਂ ਲਿਖਣ ਦੀ ਮਨਾਹੀ ਕੀਤੀ ਸੀ ਕਿਉਂਕਿ ਦੀਨ ਦੇ ਵਿੱਚ ਮਨੁੱਖ ਸਿਰਜਿਤ ਕੂੜ ਕਬਾੜ ਨਹੀਂ ਚਾਹੀਦਾ ਕੁਰਾਨ શ્રેਸ਼ਟ ਗੱਲ ਹੈ શ્રેਸ਼ਟ ਹੈ ਨਬੀ ਨੇ ਕਿਹਾ ਜੇ ਮੇਰੇ ਬੋਲ ਤੁਸੀਂ ਲਿਖ ਦਿੱਤੇ ਉਹਨਾਂ ਨੂੰ ਲੋਕ ਓਨੇ ਪਵਿੱਤਰ ਸਮਝਣ ਲੱਗ ਜਾਣਗੇ ਜਿੰਨੇ ਕੁਰਾਨ ਦੇ ਬੋਲ ਪਾਕ ਨੇ ਇਹ ਹੀ ਸਹੀ ਨਹੀਂ ਹੋਵੇਗਾ ਜਿਵੇਂ ਕਿ ਹੁਣ ਆਪਣੇ ਧਰਮ ਦੀ ਗੱਲ ਆਉਂਦੀ ਆ ਉਹਦੇ ਵਿੱਚ ਦਸਮ ਗ੍ਰੰਥ ਦੀ ਗੱਲ ਆਉਂਦੀ ਆ ਜਾਂ ਹੋਰ ਸਾਰੀਆਂ ਚੀਜ਼ਾਂ ਬਰਾਬਰ ਆ ਗਈਆਂ ਕਿ ਨਹੀਂ ਅਗਲਿਆਂ ਨੇ ਉਹ ਚੀਜ਼ਾਂ ਨਕਾਰੀਆਂ ਪਰ ਸਾਡੇ ਵਾਲੇ ਕੀ ਕਰ ਰਹੇ ਨੇ ਸਭ ਤੋਂ ਖਤਰਨਾਕ ਤੇ ਝੂਠੀ ਸੂਚਨਾ 9ਵੀਂ ਸਦੀ ਦੀ ਹਦੀਸ ਦੇ ਵਿੱਚ ਇਹ ਦਰਜ ਹੈ ਦੀ ਮਦੀਨੇ 627 ਇਸਾ ਦੀ ਜੰਗ ਦੇ ਵਿੱਚ ਉਪਰੰਤ ਇਸਲਾਮ ਦੇ ਪੈਗੰਬਰ ਨੇ 900 ਯਹੂਦੀ ਕਤਲ ਕਰਵਾਏ ਇਸ ਲੜਾਈ ਨੂੰ ਖੰਦਕ ਖਾਈ ਦਾ ਯੁੱਧ ਵੀ ਆਖਿਆ ਗਿਆ ਕੁਰਾਨ ਦੇ ਵਿੱਚ ਇਸ ਸਮੂਹਤ ਕਤਲੇਆਮ ਦਾ ਜ਼ਿਕਰ ਨਹੀਂ ਹੈ ਹਰ ਅਗਲੀ ਸਦੀ ਦੇ ਵਿੱਚ ਇਤਿਹਾਸਕਾਰਾਂ ਨੇ ਇਸ ਨੂੰ ਇਸ ਤਰ੍ਹਾਂ ਦਾ ਰੰਗ ਦੇ ਦਿੱਤਾ ਜਿਵੇਂ નિર્ਦੋਸ਼ ਨਿਰਪੱਖ ਮਾਸੂਮ ਯਹੂਦੀਆਂ ਦਾ ਕਤਲ ਕੋਈ ਗੁਨਾਹ ਨਹੀਂ ਕਿਉਂਕਿ ਨਬੀ ਨੇ ਕਰਵਾਇਆ ਸੀ ਨਾ ਤੇ ਰੱਬ ਦੇ ਨਾਂ ਤੇ ਕਹਿੰਦੇ ਵੱਡੀ ਚ ਨਬੀ ਨੂੰ ਐਡਾ ਵੱਡਾ ਹਥਿਆਰਾ ਸਾਬਤ ਕਰਕੇ ਮੁਸਲਮਾਨਾਂ ਨੂੰ ਕਿਉਂ ਖੁਸ਼ੀ ਮਿਲਦੀ ਹੈ ਸਮਝੋ ਬਾਹਰ ਹੈ ਕਿਉਂਕਿ ਉਹ ਹਮਦਰਦ ਦਿਲ ਵਾਲੇ ਸਨ ਮਿਹਰਬਾਨ ਸਨ ਜਿਹੜਾ ਬੰਦਾ ਇਸ ਸਾਖੀ ਤੇ ਸ਼ੱਕ ਕਰੇ ਉਸ ਨੂੰ ਕਾਫਰ ਗਿਆ ਜਾਂਦਾ ਹੈ ਜਿਹੜਾ ਤਰਕ ਕਰਦਾ ਹੈ ਤੇ ਕਿਹੜਾ ਉਹ ਰੱਬ ਆ ਜਿਹੜਾ ਮਤਲਬ ਕਿ ਹਰ ਇਨਸਾਨ ਨੂੰ ਉਹਨੇ ਪੈਦਾ ਕੀਤਾ ਜਏ ਤਾਂ ਕਿਹੜਾ ਕਹੂਗਾ ਕਿ ਇਹ ਮੇਰਾ ਦੁਸ਼ਮਣ ਹੈ ਇਹ ਨੂੰ ਮਾਰ ਦਿਓ ਇਹ ਨੂੰ ਰੱਖ ਲਓ ਇਹ ਨੂੰ ਇਹ ਕਰ ਦਿਓ ਉਹ ਕਰ ਦਿਓ ਖਤਮ ਕਰ ਦਿਓ ਜੇਕਰ ਤੁਸੀਂ ਵੀ ਵਿਚਾਰ ਦਿਓ ਤਾਂ ਜਰੂਰ ਦੱਸਣਾ ਖਰਚ ਕੋਈ ਹੈ ਸਾ ਰੱਬ ਉਹ ਰੱਬ ਕਾਹਦਾ ਜਿਹੜੇ ਆਪਣੀ ਲੋਕਾਂ ਦਾ ਹੀ ਬੁਰਾ ਮੰਨਣਾ ਸ਼ੁਰੂ ਕਰ ਦਿੱਤਾ ਮਣਾਉਣਾ 622 ਫਿਰ ਰੱਬ ਤੇ ਸ਼ੈਤਾਨ ਦੇ ਵਿੱਚ ਫਰਕ ਕੀ ਰਿਹਾ 622 ਇਸ ਤਰ੍ਹਾਂ ਦੇ ਵਿੱਚ ਮੱਕਾ ਛੱਡ ਕੇ ਮুরিਦਾਂ ਸਮੇਤ ਨਬੀ ਮਦੀਨੇ ਆ ਗਏ ਜਿੱਥੇ 2 ਸਾਲ ਰਹੇ ਇਸ ਹਰਸੇ ਦੇ ਵਿੱਚ ਬਹੁਤ ਸਾਰੇ ਬੁੱਤ ਪੂਜ ਕਬੀਲੇ ਇਸਲਾਮ ਦੇ ਵਿੱਚ ਆ ਗਏ ਤੇ ਜਹੂਦੀਆਂ ਤੇ ਬਾਕੀ ਵਸਦੀਆਂ ਕੌਮਾਂ ਦੇ ਨਾਲ ਇੱਕ ਰਾਜੀਨਾਮਾ ਹੋਇਆ ਕਿ ਆਪਸ ਦੇ ਵਿੱਚ ਪਿਆਰ ਦੇ ਨਾਲ ਰਹਾਂਗੇ ਬਾਹਰਲੇ ਹਮਲਾਵਰ ਦੇ ਵਿਰੁੱਧ ਰਲ ਕੇ ਲੜਾਂਗੇ ਨਬੀ ਦੇ ਮুরিਦਾਂ ਦੀ ਗਿਣਤੀ ਵੱਧਦੀ ਦੇਖ ਕੇ ਮੱਕਾ ਵਾਸੀਆਂ ਦੇ ਵਿੱਚ ਬੇਚਾਨੀ ਵੱਧ ਗਈ ਬੇਚੈਨ ਹੋ ਗਏ ਅਜਿਹਾ ਕੇਵਲ ਸੈਨਿਕ ਕਾਰਨਾ ਕਰਕੇ ਨਹੀਂ ਵਪਾਰਕ ਕਾਰਨਾ ਵੀ ਸਨ حضرت محمد صاحب نیک واپاری ਸਨ ਆਮੋ ਸਾਹਮਣੇ ਮੁਕਾਬਲਾ ਕਰਨ ਦੀ ਥਾਂ ਜਦੋਂ ਸੂਈਆਂ ਨੇ ਖਬਰ ਦਿੱਤੀ ਕਿ ਮੱਕਾ ਵਾਸੀ ਹਮਲੇ ਦੀ ਤਿਆਰੀ ਦੇ ਵਿੱਚ ਨੇ ਤਾਂ نبی ਨੇ ਹੁਕਮ ਦਿੱਤਾ ਕਿ ਸ਼ਹਿਰ ਮਦੀਨੇ ਦੇ ਦਿਵਾਲੇ ਦੀਵਾਰ ਦੇ ਬਾਹਰ ਡੂੰਗੀ ਖਾਈ ਖੋਦੀ ਜਾਵੇ ਜਿਹੜੀ ਦੁਸ਼ਮਣ ਨੂੰ ਅੰਦਰ ਆਉਣ ਤੋਂ ਰੋਕੇ ਅੰਦਾਜ਼ੇ ਦੇ ਅਨੁਸਾਰ 10000 ਬੰਦੇ 600 ਘੋੜਸਵਾਰ ਤੇ ਕੁਝ ਊਂਟ ਹਮਲਾਵਾਰਾਂ ਦੇ ਕੋਲ ਸਨ ਨਬੀ ਦੇ ਨਾਲ ਕੇਵਲ 3000 ਜਵਾਨ ਸਨ ਇੱਕ ਦਰਜਨ ਯਹੂਦੀ ਕਬੀਲਿਆਂ ਦੇ ਵਿੱਚੋਂ ਕੇਵਲ ਦੋ ਕਬੀਲਿਆਂ ਨੇ ਮੱਕਾ ਹਮਲਾਵਾਰਾਂ ਦਾ ਸਾਥ ਦੇਣ ਦਾ ਫੈਸਲਾ ਲਿਆ ਬਾਕੀ ਨਿਰਪੱਖ ਰਹੇ ਬਨੂ ਕੁਰੇਜ਼ਾ ਯਹੂਦੀ ਕਬੀਲੇ ਨੂੰ ਬਹੁਤ ਮਨਾਇਆ ਗਿਆ ਸੀ ਕਿ ਅੱਗੋਂ ਅਸੀਂ ਹਮਲਾ ਕਰਾਂਗੇ ਪਿੱਛੋਂ ਤੂੰ ਹੱਲਾ ਬੋਲ ਉਸਨੇ ਸਾਫ਼ ਇਨਕਾਰ ਕਰ ਦਿੱਤਾ ਇਹ ਘੇਰਾ 20 ਦਿਨ ਪਿਆ ਰਿਆ ਪਰ ਸਖਤ ਠੰਡ ਹਨੇਰੀ ਤੇ ਰਾਸ਼ਨ ਦੀ ਘਾਟ ਕਾਰਨ ਹਮਲਾਵਾਰ ਵਾਪਸ ਪਰਤ ਗਏ 8ਵੀਂ ਸਦੀ ਦੇ ਵਿੱਚ ਨਬੀ ਦੇ ਦੇਹਾਂਤ ਤੋਂ ਇੱਕ ਸਦੀ ਬਾਅਦ ਇਬਨ ਇਸਹਾਕ ਨੇ سیرਤ ਰਸੂਲ ਅੱਲਾਹ ਕਿਤਾਬ ਲਿਖੀ ਜੋ ਨਬੀ ਦੀ ਜੀਵਨੀ ਹੈ ਇਸ ਜੀਵਨੀ ਦੀ ਮੂਲ ਲਿਖਤ ਨਹੀਂ ਮਿਲਦੀ ਹੈ ਮੂਲ ਦੀ ਸੋਧੀ ਕਾਪੀ 9ਵੀਂ ਸਦੀ ਦੀ ਮਿਲਦੀ ਹੈ ਜੋ ਇਬਨ ਹਿਸ਼ਮ ਨੇ ਤਿਆਰ ਕੀਤੀ ਹੈ ਇਹ ਵੀ ਪਤਾ ਨਹੀਂ ਕਿ ਇਬਨ ਇਸਹਾਕ ਨੇ ਯਹੂਦੀ ਕਤਲੇ ਆਮ ਦੀ ਕਹਾਣੀ ਲਿਖੀ ਕਿ ਨਾ ਪਰ ਇਹ ਹਿਸ਼ਮ ਦੀ ਕਿਤਾਬ ਦੇ ਵਿੱਚ ਦਰਜ ਹੋ ਗਈ ਕੇਵਲ ਇਹ ਹੀ ਨਹੀਂ ਕਿ ਕੁਰਾਸ਼ੀ ਨੇ ਇਹ ਫੌਜ ਉਚਾੜੀ ਕਿਤਾਬ ਦੇ ਵਿੱਚ ਲਿਖਿਆ ਕਿ ਜਹੂਦੀਆਂ ਨੇ ਮੱਕਾ ਵਾਸੀਆਂ ਨੂੰ ਮਦੀਨੇ ਤੇ ਹਮਲਾ ਕਰਨ ਦੇ ਲਈ ਉਕਸਾਇਆ ਪੜਕਾਇਆ ਕਿਹਾ ਮੁਸਲਮਾਨਾਂ ਦਾ ਪੂਰਾ ਸਫਾਇਆ ਕਰਨਾ ਜ਼ਰੂਰੀ ਹੈ ਜਿਵੇਂ ਕਿ ਅੱਜ ਇਜ਼ਰਾਈਲ ਕਰ ਰਿਹਾ ਦੂਸਰਿਆਂ ਦਾ ਹੋਇਆ ਇਹ ਕਿ ਜਿਸ ਸਮੇਂ ਨਬੀ ਦੀ ਜੀਵਨੀ ਲਿਖੀ ਗਈ ਉਦੋਂ ਤੱਕ ਮੱਕੇ ਦੇ ਬੁੱਤ ਪੂਜ ਦਾ ਪੜਪੋਤਾ ਇਸਲਾਮ ਧਾਰਨ ਕਰਕੇ ਹਾਕਮ ਖਲੀਫੀਆ ਦੇ ਵਿੱਚੋਂ ਇੱਕ ਹੋ ਗਿਆ ਸੀ ਉਸ ਦਾ ਪਰਦਾਦਾ ਨਬੀ ਦੇ ਦੁਸ਼ਮਣ ਵੱਜੋਂ ਮਦੀਨੇ ਹਮਲਾਵਾਰ ਸੀ ਇਹ ਸ਼ਰਮਿੰਦਗੀ ਧੋਣ ਦੇ ਲਈ ਕਹਾਣੀ ਘੜੀ ਗਈ ਕਿ ਜਹੂਦੀਆਂ ਨੇ ਕੁਰੈਸ਼ੀ ਨੂੰ ਉਕਸਾਇਆ ਸੀਗਾ ਤੇ ਹਜ਼ੂਰ ਦੀ ਜੀਵਨੀ ਲਿਖਦਿਆਂ ਇਸ ਹਾਕ ਇੱਕ ਗਲਤੀ ਕਰ ਗਿਆ ਦੁਸ਼ਮਣ ਰੋਕਣ ਦੇ ਲਈ ਖਾਈ ਪੁੱਟਣ ਵਾਸਤੇ ਗੈਤੀਆਂ ਜਾਨਕੀ ਗਿਣਤੀਆਂ ਜਿਹੜੀਆਂ ਹੁੰਦੀਆਂ ਸਨ ਗੈਤੀਆਂ ਕਈਆਂ ਤੇ ਮਲਬਾ ਕੱਢਣ ਦੇ ਲਈ ਤਸਲੇ ਨਹੀਂ ਸਨ ਇਹ ਸਮਾਨ ਬਨੂ ਕੁਰੈਜ਼ੀਆ ਦੇ ਜਹੂਦੀਆਂ ਨੇ ਦਿੱਤਾ ਜੇ ਜਹੂਦੀ ਗਦਾਰ ਹੁੰਦੇ ਨੁਕਸਾਨ ਕਰਨਾ ਚਾਹੁੰਦੇ ਤਾਂ ਦੁਸ਼ਮਣੀ ਕੱਢਣੀ ਚਾਹੁੰਦੇ ਦੁਸ਼ਮਨਾ ਨੂੰ ਖੰਦਕ ਪੁੱਟਾਂ ਦੇ ਸੰਦ ਕਿਉਂ ਦਿੰਦੇ ਨਬੀ ਦੀ ਜੀਵਨੀ سیرਤ ਦੇ ਅਨੁਸਾਰ ਕੁਰੇਸ਼ ਨੇਤਾ ਅਬੂ ਸੂਫਿਆ ਨੇ ਆਪਣਾ ਬੰਦਾ ਇਬਨ ਇਕਤਾਬ ਜਹੂਦੀ ਮੁਖੀ ਬਨੂ ਕੋਲ ਭੇਜਿਆ ਕਿ ਪਿੱਛੋਂ ਦੀ ਹਮਲਾ ਕਰ ਕਰਨ ਵਾਸਤੇ ਤਿਆਰ ਹੋਵੋ ਬਨੂ ਸੰਧੀ ਤੋੜਨ ਦੇ ਲਈ ਤਿਆਰ ਨਹੀਂ ਸੀ ਇਕ ਕਿਤਾਬ ਨੂੰ ਆਉਂਦਾ ਦੇਖਦਿਆਂ ਹੀ ਉਸਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਤੇ ਕਿਤਾਬ ਨੇ ਕਿਹਾ ਕਿ ਮੈਂ ਕੋਈ ਗੱਲ ਕਰਨ ਆਇਆ ਤੁਹਾਡੇ ਨਾਲ ਬਨੂ ਨੇ ਕਿਹਾ ਤੂੰ ਬਦਕਾਰ ਆਦਮੀ ਹੈ ਮੈਂ ਤੇਰੇ ਮੱਥੇ ਨਹੀਂ ਲੱਗਣਾ ਚਾਹੁੰਦਾ ਮੈਂ ਮੁਹੰਮਦ ਦੇ ਨਾਲ ਸੰਧੀ ਕਰ ਲਈ ਹੈ ਕਿਉਂਕਿ ਉਹ ਨੇਕ ਬਖਸ਼ ਇਨਸਾਨ ਹੈ ਦਫਾ ਹੋ ਜਾ ਇਥੋਂ ਤੂੰ ਆਖਰ ਬਿਨਾਂ ਕਿਸੇ ਹਮਲੇ ਦੇ ਖਰਾਬ ਮੌਸਮ ਦੇ ਕਾਰਨ 3 ਹਫ਼ਤਿਆਂ ਦਾ ਬਾਅਦ 3 ਹਫ਼ਤਿਆਂ ਦੇ ਬਾਅਦ ਬਨੂ ਵਾਪਸ ਪਰਤ ਗਿਆ ਤੇ ਖਬਰ ਮਿਲਨ ਤੇ ਨਬੀ ਅਤੇ ਉਸ ਦੀ ਫੌਜ ਨੇ ਚਿੰਤ ਹੋ ਗਈ ਸੀ ਜ਼ਬਰੀਲ ਫਰਿਸ਼ਤਾ ਆਇਆ ਜ਼ਬਰੀਲ ਫਰਿਸ਼ਤਾ ਆਇਆ ਤੇ ਕਿਹਾ ਕਿ ਤੁਸੀਂ ਆਪਣੇ ਹਥਿਆਰ ਉਤਾਰ ਦਿੱਤੇ ਹਨ ਨਬੀ ਉਹ ਸਵਾਲ ਕਰਦਾ ਆ ਕੇ ਪੈਗੰਬਰ ਨੇ ਕਿਹਾ ਹਾਂ ਵੈਰੀ ਚਲੇ ਆ ਗਿਆ ਜ਼ਬਰੀਲ ਨੇ ਕਿਹਾ ਕਿ ਪਰ ਫਰਿਸ਼ਤੇ ਅਜੇ ਹਥਿਆਰ ਬੰਦ ਨੇ ਰੱਬ ਦਾ ਫੁਰਮਾਨ ਹੈ ਨਬੀ ਕੀ ਬਨੂ ਕੁਰੇਜ਼ਾ ਦੇ ਕਬੀਲੇ ਨੂੰ ਕਤਲ ਕਰ ਮੈਂ ਚੱਲਿਆ ਪਿੱਛੇ-ਪਿੱਛੇ ਤੁਸੀਂ ਆ ਜਾਓ ਰੱਬ ਦਾ ਹੁਕਮ ਆ ਗਿਆ ਨਬੀ ਕੀ ਕਰਦੇ ਆਪਣੀ ਸੈਨਾ ਲੈ ਕੇ ਬਨੂ ਦਾ ਕਿਲਾ ਘੇਰ ਲਿਆ ਤੇ ਨਬੀ ਨੇ ਲਲਕਾਰਿਆ ਉਹ ਬਾਂਦਰਾ ਬਾਂਦਰਾ ਦੇ ਉਹ ਬਾਂਦਰਾ ਦੀ ਉਹ ਔਲਾਦੋ ਰੱਬੋ ਪਰਿਸ਼ਟੇ ਰੱਬੋ ਪਰਿਸ਼ਟੇ ਲੋਕੋ ਰੱਬ ਦਾ ਤੁਸਾਂ ਤੇ ਕਹਿਰ ਟੁੱਟੇਗਾ ਨਬੀ ਦੇ ਬੋਲ ਸੁਣ ਕੇ ਬਨੂ ਨੇ ਅਦਬ ਨਹੀਂ त्यागਿਆ ਤੇ ਕਿਹਾ ਉਹ ਅਬੂਲ ਕਾਸਿਮ ਤੁਸੀਂ ਤਾਂ ਕਦੀ ਦਰਿੰਦਗੀ ਨਹੀਂ ਕੀਤੀ ਸਿਰਤ ਦੇ ਮੁਤਾਬਕ ਯਹੂਦੀਆਂ ਦੁਆਲੇ ਨਬੀ ਨੇ 25 ਦਿਨ ਕੇ ਰਾਬੰਦੀ ਰੱਖੀ ਅੰਦਰ ਰਾਸ਼ਨ ਖਤਮ ਹੋ ਗਿਆ ਜਹੂਦੀਆਂ ਦਾ ਬਲ ਟੁੱਟ ਗਿਆ ਸਮੂਹਕ ਦਫਨ ਵਾਸਤੇ ਡੂੰਘੇ ਟੋਏ ਪਟਵਾਏ ਗਏ ਟੁਕੜੀਆਂ ਦੇ ਵਿੱਚ ਜਹੂਦੀਆਂ ਨੂੰ ਟੁਕੜੀਆਂ ਦੇ ਵਿੱਚ ਜਹੂਦੀਆਂ ਨੂੰ ਕਿਲੇ ਤੋਂ ਬਾਹਰ ਕੱਢ ਦੇ ਕਤਲ ਕਰਕੇ ਲਾਛਾਂ ਟੋਿਆਂ ਦੇ ਵਿੱਚ ਸੁੱਟ ਕੇ ਫਿਰ ਅਗਲੀ ਟੁਕੜੀ ਲਿਆਂਦੀ ਜਾਂਦੀ ਪੂਰੇ 900 ਜਹੂਦੀ ਵੱਢ ਕੇ ਗੰਦੇ ਜ਼ਮੀਨ ਦੇ ਵਿੱਚ ਦੱਬ ਦਿੱਤੇ ਉਹਨਾਂ ਦੀ ਜਾਇਦਾਦ ਔਰਤਾਂ ਤੇ ਬੱਚੇ ਮੁਸਲਮਾਨਾਂ ਦੇ ਵਿੱਚ ਵੰਡ ਦਿੱਤੇ ਨਬੀ ਨੇ ਕੁੱਲ ਲੋਟੇ ਦੇ ਵਿੱਚੋਂ ਪੰਜਵਾਂ ਹਿੱਸਾ ਲਿਆ ਤੇ ਘੋੜ ਸਵਾਰ ਨੂੰ ਤਿੰਨ ਹਿੱਸੇ ਪੈਦਲ ਨੂੰ ਇੱਕ ਹਿੱਸਾ ਮਿਲਿਆ ਇਸ ਘਟਨਾ ਦੇ ਵਿੱਚ ਨਬੀ ਦਾ ਅਗਸ ਧਾਰਮਿਕ ਘਟ ਵਿਜੇਤਾ ਵਧੀਕ ਦਿਖਾਈ ਦਿੱਤਾ ਦਿੰਦਾ ਹੈ ਬੇਕ ਸੂਰਜ ਹੁਦੀ ਮੌਤ ਦੇ ਘਾਟ ਉਤਾਰ ਦੇਣ ਅਜਿਹੇ ਪੈਗੰਬਰ ਦਾ ਸੁਭਾਅ ਨਹੀਂ ਸੀ ਤਾਰੀਖ ਫਤਿਹ ਚਾਹੁੰਦਾ ਹੈ ਕਿ ਇਸ ਘਟਨਾ ਨੂੰ ਗਪੋਰ ਸੰਖ ਵਜੋਂ ਘੜੀ ਕਹਾਣੀ ਮੰਨ ਕੇ ਰੱਦ ਕਰ ਲਈਏ ਕਿਉਂਕਿ ਇਹ ਨਬੀ ਦੇ ਹਮਦਰਦ ਇслаਮਿਕ ਅਸੂਲਾਂ ਦੇ ਉਲਟ ਹੈ ਪਰ ਜਿਹੜੇ ਮੁਸਲਮਾਨ ਇਸ ਦੀ ਮੱਦਕਾਲੀ ਸਚਾਈ ਮੰਨਣ ਦੇ ਲਈ ਬਾਜਿਦ ਨੇ ਉਹ ਇਸ ਸਚਾਈ ਦੇ ਠੋਸ ਸਬੂਤ ਦੇਣ ਜਿਹੜੀ ਵਾਰਦਾਤ ਨਬੀ ਦੀ ਸ਼ਾਨ ਦੇ ਵਿੱਚ ਵਾਧਾ ਨਹੀਂ ਕਰਦੀ ਹੈ ਉਸ ਨੂੰ ਮੰਨਣਾ ਠੀਕ ਨਹੀਂ ਹੈ ਜੇ ਘਟਨਾ ਸੱਚ ਹੈ ਫਿਰ ਮੁਸਲਮਾਨਾਂ ਵਾਸਤੇ 마ਸੂਮ ਬੰਦਿਆਂ ਨੂੰ ਪਵਿੱਖ ਦੇ ਵਿੱਚ ਕਤਲ ਕਰਨ ਦਾ ਰਸਤਾ ਖੋਲਦਾ ਹੈ ਨਾ ਕਿ ਬੰਦ ਹੁੰਦਾ ਹੈ ਇਬਨ ਰਿਸ਼ਮ ਲਿਖਦਾ ਹੈ ਕਿਸਮਾਲ ਦੇ ਵਿੱਚ ਇਸ ਸਮਾਲ ਦੇ ਵਿੱਚ ਕੁਝ ਬੰਦੀ ਔਰਤਾਂ ਵੰਡੇ ਜਾਣ ਤੋਂ ਰਹਿ ਗਈਆਂ ਉਹ ਜੋ ਕੁਝ ਲੁੱਟਿਆ ਸੀ ਉਹਨਾਂ ਨੂੰ ਵੇਚ ਕੇ ਨਬੀ ਨੇ ਘੋੜੇ ਅਤੇ ਹਥਿਆਰ ਖਰੀਦ ਲਏ ਤਾਰੀਖ ਲਿਖਦਾ ਹੈ ਕਿ ਇਹ ਵਾਕ ਜੇ ਸਾਡੇ ਦੁਸ਼ਮਣਾਂ ਨੇ ਲਿਖੇ ਹੁੰਦੇ ਅਸੀਂ ਜਾਣ ਜਾਂਦੇ ਨਬੀ ਦੀ ਨਿੰਦਿਆ ਕਰਨਾ ਉਹਨਾਂ ਦਾ ਮਨੋਰਥ ਹੈ ਪਰ ਇਹ ਸਾਡੇ ਇਤਿਹਾਸਕਾਰਾਂ ਨੇ ਲਿਖੇ ਨੇ ਅਸੀਂ ਮੁਸਲਮਾਨ ਮੰਨ ਲੀ ਜਾ ਰਹੇ ਹਾਂ ਕਿ ਅਸੀਂ ਅਤੇ ਫਖਰ ਦੇ ਨਾਲ ਇਸ ਘਟਨਾ ਦਾ ਪ੍ਰਚਾਰ ਕਰਦੇ ਹਾਂ ਅੱਲਾ ਦਾ ਆਖਰੀ ਨਬੀ ਸਾਡਾ ਰੋਲ ਮਾਡਲ ਬਖਸ਼ ਰੋਲ ਮਾਡਲ ਸ਼ਖਸ ਜਿਸ ਨੇ ਧਰਤੀ ਉੱਪਰ ਸਥਿਰ ਆਮਦਨ ਸਥਿਰ ਅਮਨ ਹਮਦਰਦੀ ਕਾਇਮ ਕੀਤੀ ਇਸ ਨਾਇਕ ਨੂੰ ਸਦੀਆਂ ਤੋਂ ਅਸੀਂ ਆਪ ਪੂਰੀ ਬੇਸ਼ਰਮੀ ਦੇ ਨਾਲ ਜੀ ਜਿਹਾ ਕਾਤ ਕਰਨ ਵਾਲਾ ਜ਼ਾਲਮ ਸਿੱਧ ਕਰ ਰਹੇ ਹਾਂ ਜਦੋਂ ਸਾਡੇ ਵੈਰੀ ਪੈਗੰਬਰ ਦੀ ਨਿੰਦਿਆ ਕਰਦੇ ਨੇ ਸਾਨੂੰ ਦੁੱਖ ਹੁੰਦਾ ਪਰ ਅਸੀਂ ਲਿਖ ਦਿੱਤਾ ਤੇ ਮੰਨ ਲਿਆ ਕਿ ਪੈਗੰਬਰ ਬੰਦੀ ਔਰਤਾਂ ਵੇਚ ਕੇ ਘੋੜੇ ਖਰੀਦਿਆ ਕਰਦਾ ਸੀ। ਕੌਮ ਦੇ ਕੋਲ ਇਹੋ ਜਿਹੇ ਦੋਸਤ ਹੋਣ ਉਸ ਨੂੰ ਦੁਸ਼ਮਨਾ ਦੀ ਕੀ ਲੋੜ ਹੈ? ਅਮਰ ਖਾਲਿਦ ਅੱਜ ਟੀਵੀ ਉੱਪਰ ਪੱਛਮ ਦੇ ਵਿੱਚ ਇਸਲਾਮ ਦਾ ਸਭ ਤੋਂ ਵਧੇਰੇ ਤੇਜ਼ਧਾਰ ਤੇਜ਼ ਤਰਾਰ ਪ੍ਰਚਾਰਕ ਹੈ। ਜਿਸ ਨੂੰ 10-10 ਹਜ਼ਾਰ ਮੁਸਲਮਾਨ ਸੁਣਦੇ ਨੇ। ਖੰਦਕ ਦੀ ਲੜਾਈ ਅਤੇ ਔਰਤਾਂ ਬਦਲੇ ਕੋੜੇ ਖਰੀਦਣ ਨੂੰ ਜਾਇਜ ਠਰਾਉਂਦਿਆਂ ਉਹ ਆਖਦਾ ਪੱਛਮ ਇਹੋ ਕਰਦਾ ਆ ਰਿਹਾ ਤੇ ਸਸਤੇ ਭਾਅ ਕੱਚਾ ਮਾਲ ਸਾਥੋਂ ਖਰੀਦ ਕੇ ਫੈਕਟਰੀਆਂ ਵਿੱਚੋਂ ਪਕਾ ਕੇ ਸਾਨੂੰ ਮਹਿੰਗੇ ਭਾਅ ਵੇਚ ਰਿਹਾ ਦੁਨੀਆ ਦੇ ਵਿੱਚ ਜਿੰਸਾਂ ਦਾ ਵਟਵਾਰਾ ਹੁੰਦਾ ਰਿਹਾ 7ਵੀਂ ਸਦੀ ਦੇ ਬੰਦੀ ਯਹੂਦੀ ਬਨੂ ਕੁਰੇਜ਼ਾ ਨੂੰ ਅਮਰ ਖਾਲਿਦ ਪੱਛਮੀ સામਰਾਜਵਾਦ ਦਾ ਨਾਮ ਦਿੰਦਾ ਜਵਾਨਾਂ ਨੂੰ ਵੰਗਾਰਦਿਆਂ ਆਖਦਾ ਉਹ ਫਤਿਹ ਥਾਲੀ ਦੇ ਵਿੱਚ ਪਰੋਸ ਕੇ ਤੁਹਾਨੂੰ ਕੋਈ ਨਹੀਂ ਦੇਵੇਗਾ ਅੱਲਾ ਉਹਨਾਂ ਨੂੰ ਫਤਿਹ ਬਖਸ਼ਦਾ ਹੈ ਜਿਹੜੇ ਦਲੇਰ ਹੋਣ ਹਿੰਮਤੀ ਹੋਣ ਅਰਬਾਂ ਦੇ ਵਾਸਤੇ ਫਤਿਹ ਉਹਨਾਂ ਦੇ ਨਸੀਬਾਂ ਦੇ ਵਿੱਚ ਅੱਲਾ ਨੇ ਲਿਖ ਦਿੱਤੀ ਹੈ ਪਰ ਉਹਦੋਂ ਮਿਲੇਗੀ ਜਦੋਂ ਕੁਰਬਾਨੀ ਦੇਣ ਦੇ ਲਈ ਤਿਆਰ ਹੋ ਜਾਣ ਰਹਿਮਦਿਲ ਨਬੀ ਯਹੂਦੀਆਂ ਦੇ ਕਤਲੇਆਮ ਦੇ ਹੱਕ ਦੇ ਵਿੱਚ ਨਹੀਂ ਸਨ ਪਰ ਬਨੂ ਨੇ ਗਦਾਰੀ ਕੀਤੀ ਗਦਾਰਾਂ ਨੂੰ ਸਖਤ ਸਜ਼ਾ ਮੈਲਨੀ ਇਸਲਾਮ ਦੇ ਵਿੱਚ ਵਾਜਬ ਹੈ 21ਵੀਂ ਸਦੀ ਟੀਵੀ ਉੱਪਰ ਅੱਜ ਇੱਕ ਪ੍ਰਚਾਰਕ ਸਾਰੇ ਯਹੂਦੀ ਮਰਦਾਂ ਦਾ ਕਤਲ ਅਤੇ ਔਰਤਾਂ ਨੂੰ ਬੰਦੀ ਬਣਾਉਣ ਦੇ ਹੱਕ ਦੇ ਵਿੱਚ ਦਲੀਲਾਂ ਦੇ ਰਿਹਾ ਹੈ ਤਾਂ ਫਿਰ ਕਿਸੇ ਜਹਾਦੀ ਤੋਂ ਕੀ ਉਮੀਦ ਰੱਖੇਗੀ ਜਾਂ ਰਹੇਗੀ ਕੀ ਰੱਖੀਏ ਮੁਸਲਿਮ ਬਰਦਰਹੂਡ ਜੱਥੇਬੰਦੀ ਨੇ ਦੇ ਮੋਦੀ ਦਾ ਪੋਤਾ ਤਾਰੀਕ ਰਮਜ਼ਾਨ ਆਪਣੇ ਆਪ ਨੂੰ ਇਸਲਾਮ ਦਾ ਸੁਧਾਰਕ ਦੱਸਦੇ ਆਂਕਦਾ ਹੈ ਬਨੂ ਕੁਰੇਜ਼ਾ ਦੇ ਜਹੂਦੀਆਂ ਦਾ ਸਮੂਹਕ ਕਤਲਿਆਮ ਇਸ ਗੱਲ ਦਾ ਇਸ਼ਾਰਾ ਮਾਤਰ ਸੀ ਕਿ ਅੱਗੋਂ ਤੋਂ ਦਗਾ ਤੇ ਬਗਾਵਤ ਕਰਨ ਵਾਲੇ ਇਸ ਘਟਨਾ ਤੋਂ ਨਸੀਹਤ ਲੈ ਲੈਣ 14ਵੀਂ ਸਦੀ ਦੇ ਵਿੱਚ ਇਬਨ ਕਾਤਰ ਨੇ ਪੂਰਨ ਵਿਦਵਤਾ ਦਾ ਜਿਹੜਾ ਸਹਾਰਾ ਲੈਂਦਿਆਂ ਕੁਰਾਨ ਤੇ ਹਦੀਸ ਦਾ ਮੇਲ ਕੀਤਾ ਕਾਤਰ ਦੇ ਅਨੁਸਾਰ ਜਹੂਦੀਆਂ ਦੇ ਨਾਲ ਜੋ ਹੋਇਆ ਉਸ ਦੇ ਵਿੱਚ ਕੋਈ ਦੋਸ਼ੀ ਨਹੀਂ ਹੈ ਇਹੋ ਹੀ ਫੈਸਲਾ ਨਬੀ ਦਾ ਸੀ ਬਾਕੀ ਕਾਤਲਾਂ ਦਾ ਅੱਲਾ ਨੇ जिब्रील ਭੇਜਿਆ ਫਰਿਸ਼ਤੇ ਨੇ ਨਬੀ ਨੂੰ ਆਖ ਦਿੱਤਾ ਕਿ ਸਮੂਹਕ ਕਤਲਿਆਮ ਅੱਲਾ ਦਾ ਫੈਸਲਾ ਹੈ ਨਬੀ ਨੇ ਅੱਲਾ ਦਾ ਹੁਕਮ ਮੰਨਣ ਮੰਨਣਾ ਹੀ ਮੰਨਣਾ ਸੀ ਇਹਨਾਂ ਫਰਜ਼ੀ ਕਹਾਣੀਆਂ ਸਦਕਾ ਮੁਸਲਮਾਨਾਂ ਤੇ ਯਹੂਦੀਆਂ ਦੇ ਵਿੱਚ ਨਫ਼ਰਤ ਸਥਿਰ ਹੋ ਗਈ ਤੇ ਅੱਜ ਦਾ ਜਹਾਦੀ ਯਹੂਦੀ ਨੂੰ ਮਾਰਨਾ ਪੁੰਨ ਕਾਰਜ ਸਮਝਦਾ ਹੈ ਕਿਉਂਕਿ ਅੱਲਾ ਦਾ ਇਹੋ ਹੀ ਹੁਕਮ ਹੈ ਤੇ ਅੱਲਾ ਕਿਹੜਾ ਉੱਤੇ ਰੱਬ ਕਿਹੜਾ ਬੈਠਾ ਜਿਹੜੇ ਅਸਲੇ ਵੇਚਦੇ ਨੇ ਇਸ ਸਾਖੀ ਤੋਂ ਪੁਰਾਣੇ ਲੈਨ ਇਸ ਸਾਖੀ ਤੋਂ ਪ੍ਰੇਰਨਾ ਲੈਂਦਿਆਂ 2002 ਦੇ ਵਿੱਚ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿਦਿਆਰਥੀ ਨੇ ਅਮਰੀਕਨ ਪੱਤਰਕਾਰ ਡੈਨੀਅਲ ਪਰਲ ਦਾ ਗਲਾ ਇਸ ਤਰ੍ਹਾਂ ਕਟਿਆ ਸੀ ਜਿਵੇਂ ਬੱਕਰੀ ਜ਼ਿਬਾਕ ਕਰੀਦੀ ਹੈ ਕਿਉਂਕਿ ਪਰਲ ਜਹੂਦੀ ਸੀ ਨਾ 1500 ਸਾਲ ਦੇ ਇਤਿਹਾਸ ਦੇ ਵਿੱਚ ਮੁਸਲਮਾਨਾਂ ਨੇ ਉਤਰਾ ਚੜਾ ਦੇਖੇ 8ਵੀਂ ਤੋਂ 12ਵੀਂ ਸਦੀ ਚੜਤ ਦੀ ਆਂਦ ਸੀ ਜਦੋਂ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਸ਼ਾਨਦਾਰ ਰਾਜਪਾਗ ਕਾਇਮ ਹੋਇਆ ਫਿਰ ਕਮਜ਼ੋਰ ਹੋਏ ਪਤਨ ਹੋਇਆ 1258 ਦੇ ਵਿੱਚ ਮੁਗਲ ਮੰਗੋਲਾਂ ਤੋਂ ਹਾਰ ਗਏ ਮੁਗਲ ਨਹੀਂ ਜੀ ਮੰਗੋਲ ਮੰਗੋਲੀਏ ਜਿਹੜੇ ਸਨ 1258 ਦੇ ਵਿੱਚ ਮੰਗੋਲਾਂ ਤੋਂ ਹਾਰ ਗਏ ਤੇ 1900 1492 ਦੇ ਵਿੱਚ ਸਪੇਨ ਕੈਥੋਲਿਕ ਇਜ਼ਾਈਆਂ ਹੱਥੋਂ ਹਾਰੇ ਭਾਰਤ ਦੇ ਵਿੱਚ ਅੰਗਰੇਜ਼ਾਂ ਹੱਥੋਂ ਤੇ ਇੰਡੋਨੇਸ਼ੀਆ ਦੇ ਵਿੱਚ ਡੱਚਾਂ ਹੱਥੋਂ ਹਾਰੇ ਤਾਬੀ ਅੰਗਰੇਜ਼ਾਂ ਨੂੰ ਨਫ਼ਰਤ ਨਹੀਂ ਕੀਤੀ ਇਸਾਈਆਂ ਡੱਚਾਂ ਮੰਗੋਲਾਂ ਨੂੰ ਨਫ਼ਰਤ ਨਹੀਂ ਕੀਤੀ ਸਦੀਆਂ ਤੋਂ ਮੁਸਲਮਾਨ ਯਹੂਦੀਆਂ ਦੇ ਜੱਦੀ ਦੁਸ਼ਮਣ ਇਸ ਕਰਕੇ ਤੁਰੇ ਆ ਰਹੇ ਨੇ ਕਿਉਂਕਿ ਹਦੀਸ ਦੇ ਵਿੱਚ ਇੱਕ ਮਨ ਘੜਤ ਸਾਖੀ ਕਿਸੇ ਬੰਦੇ ਨੇ ਲਿਖੀ ਹੈ ਸਾਖੀ ਵੀ ਉਹ ਜਿਹੜੀ ਕੁਰਾਨ ਦੇ ਮਤਅ ਤੇ ਪੈਗੰਬਰ ਦੇ ਸੁਭਾਅ ਦੇ ਅਨੁਸਾਰ ਸਹੀ ਨਹੀਂ 1978 ਦੇ ਵਿੱਚ ਤਾਰੀਖ ਫਤਿਹ ਅਰਬ ਦੇ ਵਿੱਚ ਗਿਆ ਦੋ ਮਨੋਰਥ ਪਹਿਲਾ ਹੱਜ ਕਰਨਾ ਦੂਜਾ ਮਦੀਨੇ ਜਾ ਕੇ ਉੱਪਰ ਵਰਨਿਤ ਇਤਿਹਾਸਕ ਘਟਨਾਵਾਂ ਨਾਮਾਂ ਥਾਮਾਂ ਦਾ ਸਰਵੇਖਣ ਕਰਨਾ ਦੋ ਥਾਮਾਂ ਉਸ ਵਾਸਤੇ ਅਹਿਮ ਸਨ ਇੱਕ ਮਦੀਨੇ ਦੀ ਦੀਵਾਰ ਅੱਗੇ ਪੁੱਟੀ ਇਤਿਹਾਸਕ ਖਾਈ ਦੂਜੀ ਉਹ ਟੋਏ ਜਾਂ ਕਬਰਾਂ ਜਿੱਥੇ 900 ਯਹੂਦੀ ਵੱਢ ਕੇ ਦੱਬੇ ਸਨ ਨਕਸ਼ੇ ਦੇ ਮੁਤਾਬਕ ਜਿੱਥੇ ਖਾਈ ਹੋਣੀ ਚਾਹੀਦੀ ਸੀ ਉੱਥੇ ਗਿਆ ਕਿਧਰੇ ਨਾਮ ਨਿਸ਼ਾਨ ਨਹੀਂ ਸੀ ਇਧਰੋਂ ਉਧਰ ਪੁੱਛਿਆ ਕਿ ਭਾਈ ਉਹ ਮਹਾਨ ਇਤਿਹਾਸਕ ਖੰਦਕ ਕਿੱਥੇ ਹੈ ਜਿਸ ਸਦਕਾ ਨਬੀ ਅਤੇ ਇਸਲਾਮ ਬਚਿਆ ਸੀ ਜਵਾਬ ਮਿਲਿਆ ਯਾਰ ਖਾਈ ਸੀ ਇੱਕ ਮਿੱਟੀ ਦੇ ਨਾਲ ਪੂਰ ਦਿੱਤੀ ਉਹ ਕੋਈ ਮਸਜਿਦ ਥੋੜੀ ਸੀ ਕਿ ਹਿਫਾਜ਼ਤ ਵਾਸਤੇ ਜ਼ੋਰ ਲਾਈ ਜਾਂਦੇ ਸੀ ਦੂਜਾ ਸਵਾਲ ਪੁੱਛਿਆ ਉਹਨੇ ਉਹ ਖਤਾਨ ਕਿੱਥੇ ਨੇ ਜਿੱਥੇ ਨਬੀ ਨੇ ਜਹੂਦੀ ਦਫਨ ਕੀਤੇ ਸਨ ਉੱਤਰ ਮਿਲਿਆ ਕਿਹੜੇ ਕਿਹੜੇ ਜਹੂਦੀ ਕਿਸਨੇ ਦੱਬੇ ਸੀ ਗੁਸੈਲਾ ਉੱਤਰ ਸੁਣ ਕੇ ਤਾਰੀਕ ਦੇ ਸਾਥੀ ਪਾਸ਼ਾ ਨੇ ਕਿਹਾ ਮੱਕੇ ਮਦੀਨੇ ਦੇ ਵਿੱਚ ਜਹੂਦੀ ਲਫ਼ਜ਼ ਸੁਣ ਕੇ ਮੁਸਲਮਾਨ ਕਰੋਧਵਾਨ ਹੋ ਜਾਂਦੇ ਨੇ ਇੱਥੇ ਜਹੂਦੀ ਜਹੂਦੀ ਦੀ ਰੱਟ ਕਿਉਂ ਲਾ ਰੱਖੀ ਐ ਖਾਕ ਸ਼ਾਣੀ ਕੁਝ ਨਾ ਲੱਭਿਆ ਤਾਰੀਕ ਵਾਪਸ ਆ ਗਿਆ ਪਰ ਉਹ ਹਿੰਮਤ ਹਾਰਨ ਵਾਲਾ ਨਹੀਂ ਸੀ ਸਾਲ ਬਾਅਦ ਫਿਰ ਮਦੀਨੇ ਪਰ ਤਿਆ ਐਤਕਾ ਧਾਰਮਿਕ ਯਾਤਰਾ ਨੇ ਖੋਜ ਦੇ ਮਨੋਰਥ ਤੇ ਨਾਲ ਸਵੇਰ ਸਾਰ ਨਮਾਜ਼ ਗੁਜ਼ਾਰੀ ਨਬੀ ਦੇ ਮਕਬਰੇ ਤੇ ਸਜਦਾ ਕੀਤਾ ਤੇ ਖੋਜ ਦੇ ਵਿੱਚ ਜੁਟ ਗਿਆ 1400 ਸਾਲ ਪਹਿਲਾਂ ਹੋਏ ਇਸ ਯੁੱਧ ਦੇ ਵਿੱਚ ਨਬੀ ਸਖਤ ਜ਼ਖਮੀ ਹੋ ਗਏ ਸਨ ਮੌਤ ਤੋਂ ਵਾਲ-ਬਾਲ ਬਚੇ ਸਨ ਯੁੱਧ ਅਤੇ ਖੰਦਕ ਯਹੂਦੀਆਂ ਦਾ ਕਤਲੇਆਮ ਹਜ਼ਾਰਾਂ ਲਿਖਤਾਂ ਦੇ ਵਿੱਚ ਮਿਲਦਾ ਇੱਕ ਥਾਂ ਨੀਜ ਦੇ ਨਾਲ ਇੱਧਰ ਉੱਧਰ ਦੇਖ ਰਿਹਾ ਸੀ ਤਾਂ ਅਰਬ ਸਿਪਾਹੀ ਕੜਕਿਆ ਅੱਗੇ ਦਫਾ ਹੋ ਤਰ ਅੱਗੇ ਦਫਾ ਹੋ ਰਫੀਕ ਅਰਬ ਵਾਸੀ ਰਫੀਕ ਲਫ਼ਜ਼ ਨੀ ਗੋਰਾ ਨਿਗੋਰਾ ਜਿਹੜਾ ਹੈ ਪਾਕਿਸਤਾਨੀਆਂ ਭਾਰਤੀਆਂ ਤੇ ইরਾਨੀਆਂ ਦੇ ਲਈ ਗਾਲ ਵਜੋਂ ਵਰਤਦੇ ਆ ਉਹਨਾਂ ਨੂੰ ਪਤਾ ਨਹੀਂ ਨਬੀ ਨੂੰ ਬਚਾਉਣ ਵਾਸਤੇ ਖਾਈ ਪੁੱਟਾਂ ਦੀ ਸਲਾਹ ਤੇ ਖੁਦਾਈ ਦਾ ਕੰਮ ইরਾਨੀਆਂ ਨੇ ਕੀਤਾ ਸੀ ਪਹਿਲਾਂ 1852 ਚ ਅੰਗਰੇਜ਼ ਸੈਲਾਨੀ ਰਿਚਰਡ ਬਰਟਨ ਨੇ ਇਹਨਾਂ ਦਾ ਇਹਨਾਂ ਥਾਵਾਂ ਦਾ ਦੌਰਾ ਕਰਕੇ ਸਫਰਨਾਮਾ ਲਿਖਿਆ ਉਹ ਵੀ ਦੱਸਦਾ ਹੈ ਕਿ ਇੱਥੇ ਗੈਰ ਅਰਬਾਂ ਨੂੰ ਸਖਤ ਨਫ਼ਰਤ ਕੀਤੀ ਜਾਂਦੀ ਹੈ ਗਾਲੀ ਗਲੋਚ ਕਰਦੇ ਆ ਸੜਕ ਕਿਨਾਰੇ ਧੱਕ ਦਿੱਤੇ ਜਾਂਦੇ ਆ ਜਿਵੇਂ ਪੈਗੰਬਰ ਅਤੇ ਕੁਰਾਨ ਕੇਵਲ ਉਹਨਾਂ ਦੀ ਜਾਇਦਾਦ ਹੈ ਇਤਿਹਾਸਕ ਹਵਾਲਿਆਂ ਦੇ ਮੁਤਾਬਕ ਸ਼ਹਿਰ ਦੇ ਉੱਤਰ ਵੱਲ ਖਾਈ ਖੋਦੀ ਹੋਏਗੀ ਤੇ ਇਸ ਦਾ ਇਸ ਵਿਸਥਾਰ ਪੂਰਾ ਪੱਛਮ ਵੱਲ ਹੋਏਗਾ ਜਿਸ ਪਾਸੇ ਅੱਜ ਹਰ ਸ਼ਰਕੀਆ ਇਲਾਕਾ ਹੈ ਇਹ ਉਧਰ ਹੋਣੀ ਚਾਹੀਦੀ ਹੈ ਇਹ ਪਾਸਾ 2 ਤੋਂ 4 ਕਿਲੋਮੀਟਰ ਤੱਕ ਫੈਲਿਆ ਹੋਇਆ ਕਿਧਰੇ ਖਾਈ ਦਾ ਨਾਮੋ ਨਿਸ਼ਾਨ ਨਹੀਂ ਹੈ ਕਈਆਂ ਨੂੰ ਪੁੱਛਿਆ ਸਭ ਅਨਜਾਨ ਨੇ ਇੱਕ ਅਰਬ ਗੁੱਸੇ ਦੇ ਨਾਲ ਬੋਲਿਆ ਤੂੰ ਹੈਂ ਕੋਣ ਓਏ ਖੋਜ ਕਰਨ ਦਾ ਪਰਮਟ ਦਿਖਾ ਤਾਰੀਖ ਅਜੇ ਜਿਹੜਾ ਸੀ 65 ਦੇ ਵਿੱਚ ਸੀ ਕਿ ਮਸਜਿਦ ਦੇ ਵਿੱਚੋਂ ਅਜ਼ਾਨ ਦੀ ਆਵਾਜ਼ ਆਈ ਮੇਰਾ ਨਮਾਜ਼ ਪੜਨ ਦਾ ਕਹਿੰਦਾ ਵਕਤ ਹੋ ਗਿਆ ਕਹਿ ਕੇ ਖੜਾ ਛੁਡਾਇਆ ਤੇ ਮਸਜਿਦ ਵੱਲ ਨੂੰ ਦੌੜ ਪਿਆ ਨਬੀ ਅਤੇ ਚਾਰ ਖਲੀਫੀਆਂ ਨਬੀ ਤੇ ਚਾਰ ਖਲੀਫਿਆਂ ਦੇ ਦਿਹਾਂਤ ਦੇ ਉਪਰੰਤ ਜਦੋਂ ਮੁਸਲਮਾਨ ਇੱਕ ਤੋਂ ਬਾਅਦ ਦੂਜਾ ਦੇਸ਼ ਜਿੱਤਦੇ ਗਏ ਪਰਸ਼ੀਆਂ ਜਾਨਕੀ ਈਰਾਨ ਪਰਸ਼ੀਅਨ ਜਿਹਨੂੰ ਕਹਿੰਦੇ ਨੇ ਪਰਸ਼ੀਆਂ ਜਿੱਤ ਲਿਆ ਗਿਆ ਈਰਾਨ ਜਿੱਤ ਲਿਆ ਗਿਆ ਉਹ ਮੱਕਾ ਮਦੀਨਾ ਭੁੱਲ ਹੀ ਗਏ ਇਨ੍ਹਾਂ ਸ਼ਹਿਰਾਂ ਦੇ ਵਿੱਚ ਮਾੜੀ ਮੋਟੀ ਰੋਜ਼ੀ ਰੋਟੀ ਕਮਾਉਣ ਵਾਲੇ ਗਰੀਬ ਲੋਕ ਰਹਿ ਗਏ ਮਿਸਰ ਸਪੇਨ ਸੀਰੀਆ ਤੇ ਭਾਰਤ ਉੱਪਰ ਹਕੂਮਤਾਂ ਕਾਇਮ ਹੋ ਗਈਆਂ ਤਾਂ ਅਰਬ ਦੇ ਉਜਾੜ ਦੇ ਵਿੱਚ ਕਿਸੇ ਦਾ ਕੀ ਕੰਮ 사ウਦੀ ਅਰਬ ਦਾ ਵਿਦਵਾਨ ਅਲੀ ਹਾਫਿਜ਼ ਲਿਖਦਾ ਹੈ ਖਾਈ ਕਿੱਥੇ ਸੀ ਪਤਾ ਨਹੀਂ ਨਾਮੋ ਨਿਸ਼ਾਨ ਨਹੀਂ ਲੱਭਦਾ ਅਰਬ ਦਾ ਇਮਰਤਾ ਅਰਬ ਦਾ ਇਮਾਰਤ ਸਾਜ ਸਾਮੀ ਅੰਗ ਲਿਖਦਾ ਹੈ ਕਿ ਉਹ ਥਾਂ ਵੀ ਨਹੀਂ ਰਹੀ ਜਿੱਥੇ ਨਬੀ ਦੇ ਕੋਲ ਰੱਬ ਦਾ ਬੋਲ ਉਤਾਰਿਆ ਕਰਦਾ ਸੀ ਉਹ ਅ ਰੱਬ ਦਾ ਬੋਲ ਉਤਰਿਆ ਕਰਦਾ ਸੀ ਮੱਕੇ ਤੇ ਮਦੀਨੇ ਦਾ ਇਤਿਹਾਸ ਖਤਮ ਹੈ ਇਸ ਕਰਕੇ ਇਹਨਾਂ ਦਾ ਪਵਿੱਖ ਖਤਮ ਹੋ ਖਤਮ ਸਮਝੋ ਜਿਨ੍ਹਾਂ ਲੋਕਾਂ ਨੂੰ ਨਬੀ ਦਾ ਘਰ ਸੰਭਾਲਣ ਦੀ ਚਿੰਤਾ ਨਹੀਂ ਉਹਨਾਂ ਨੇ ਉਸ ਖਾਈ ਤੋਂ ਕੀ ਲੈਣਾ ਜਿਸ ਨੇ ਪੈਗੰਬਰ ਦੀ ਜਾਨ ਬਚਾਈ ਭਾਰਤ سفیر ਭਾਰਤੀ سفیر ਅਤੇ ਵਿਦਵਾਨ ਬਰਕਤ احمد ਨੇ ਆਪਣੀ ਕਿਤਾਬ ਮੁਹੰਮਦ ਐਨ ਦੀ ਜੀ ਉਸ ਵਿੱਚ ਇਹਨਾਂ ਥਾਵਾਂ ਦੇ ਨਕਸ਼ੇ ਬਣਾਏ ਨੇ ਜੋ ਭਰੋਸੇਯੋਗ ਲੱਗਦੇ ਨੇ احمد ਨੇ ਅਰਬ ਇਤਿਹਾਸ ਉੱਪਰ ਡਾਕਟੋਰੇਟ ਅਮਰੀਕਾ ਤੋਂ ਤੇ ਅਰਬੀ ਸਾਹਿਤ ਉੱਪਰ ਦੂਜੀ ਡਾਕਟੋਰੇਟ ਤਹਿਰਾਨ ਤੋਂ ਜਾਨਕੀ ਈਰਾਨ ਤੋਂ ਹਾਸਲ ਕੀਤੀ ਹੈ ਉਸ ਦੇ ਨਕਸ਼ੇ ਅਲੀ ਹਾਫਿਜ਼ ਦੇ ਨਕਸ਼ਿਆਂ ਦੇ ਨਾਲ ਮੇਲ ਖਾਂਦੇ ਨੇ ਪਹਿਲੀ ਵਾਰ ਇਬਨ ਇਸਹਾਕ ਨੇ ਯਹੂਦੀਆਂ ਦੇ ਕਤਲੇਆਮ ਦਾ ਜ਼ਿਕਰ ਕੀਤਾ ਉਹ ਵੀ ਘਟਨਾ ਤੋਂ 100 ਸਾਲ ਬਾਅਦ ਬਗੈਰ ਕਿਸੇ ਸਬੂਤ ਦੇ ਉਸ ਦਾ ਸਮਕਾਲੀ ਕਾਨੂੰਨਦਾਨ ਮਾਲਿਕ ਕਾਨੂੰਨਦਾਨ ਮਲਿਕ ਇਬਨ ਇਬਨ ਅਨਾਸ ਆਖਦਾ ਹੈ ਕਿ ਇਸਹਾਕ ਸਿਰੇ ਦਾ ਗੱਪੀ ਧੋਖੇਬਾਜ਼ ਨੀਮ ਹਕੀਮ ਹੈ 14ਵੀਂ ਸਦੀ ਦੇ ਵਿੱਚ ਮਿਸਰ ਦੇ ਵਿਦਵਾਨ ਇਬਨ ਹਜ਼ਰ ਨੇ ਇਸਹਾਕ ਨੂੰ ਝੂਠਾ ਲਿਖਾਰੀ ਗਿਆ ਇਸਹਾਕ ਨੇ ਇਹ ਕਹਾਣੀ ਉਹਨਾਂ ਔਰਤਾਂ ਤੋਂ ਸੁਣੀ ਜਿਹੜੀਆਂ ਮਦੀਨੇ ਦੇ ਯਹੂਦੀਆਂ ਦੀ ਸਨ ਤੇ ਮੁਸਲਮਾਨਾਂ ਨੇ ਰਖੇਲਾ ਵਜੋਂ ਰੱਖ ਲਈਆਂ ਉਹਨਾਂ ਦੇ ਬੱਚੇ ਮੁਸਲਮਾਨ ਹੋ ਗਏ ਪਰ ਇਸਹਾਕ ਘਟਨਾ ਤੋਂ 100 ਸਾਲ ਬਾਅਦ ਹੋਇਆ ਇਹ ਔਰਤਾਂ ਤੇ ਬੱਚੇ ਉਦੋਂ ਤੱਕ ਮਰ ਚੁੱਕੇ ਹੋਣਗੇ ਤਾਂ ਫਿਰ ਇਹਨਾਂ ਦੇ ਬੱਚਿਆਂ ਦੇ ਬੱਚਿਆਂ ਤੋਂ ਸਾਖੀ ਸੁਣੀ ਹੋਵੇਗੀ ਯਹੂਦੀ ਨਿਰੰਤਰ ਜ਼ੁਲਮ ਦਾ ਸ਼ਿਕਾਰ ਹੋਏ ਹੋਰ ਕੁਝ ਕਰਨ ਤੋਂ ਅਸਫਲ ਉਹ ਆਪਣੇ ਦੁੱਖਾਂ ਦੀ ਕਹਾਣੀ ਲਿਖਦੇ ਰਹਿੰਦੇ 900 ਜਹੂਦਿਆਂ ਦਾ ਇਕੱਠਿਆ ਕਤਲਿਆ ਉਹ ਵੀ ਨਬੀ ਹੱਥੋਂ ਆਮ ਘਟਨਾ ਨਹੀਂ ਜਹੂਦਿਆਂ ਦੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਕਿੱਧਰੇ ਇਸ ਦਾ ਜ਼ਿਕਰ ਨਹੀਂ ਹੈ ਜਿਨ੍ਹਾਂ ਉੱਪਰ ਬੱਜਰ ਜਿਨ੍ਹਾਂ ਦੇ ਉੱਪਰ ਬੱਜਰ ਬੱਜਰ ਕੈਰਟਾਇਆ ਉਹ ਖਾਮੋਸ਼ ਹਨ ਜਿਹੜੇ ਦਾਵਾ ਕਰਦੇ ਨੇ ਕਿ ਅਸੀਂ ਇਹ ਮਾਰਕਾ ਮਾਰਿਆ ਉਹ ਬਗੈਰ ਸਬੂਤ ਦੇ ਇਸ ਸ਼ਰਮਨਾਕ ਕਰਤੂਤ ਦੇ ਉੱਪਰ ਤੋਲ ਤਮੱਕੇ ਵਜਾ ਰਹੇ ਨੇ ਪਾਠਕ ਖੁਦ ਸਮਝ ਜਾਣਗੇ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਜਹੂਦੀ ਕਤਲੇਆਮ ਜਹੂਦੀ ਕਤਲੇਆਮ ਦਾ ਜ਼ਿਕਰ ਕੁਝ ਵਧੇਕ ਤਾਂ ਇਸ ਕਰਕੇ ਲੈ ਗਿਆ ਕਿ ਜਿਵੇਂ ਕੁਰਾਨ ਦੀਆਂ ਆਇਤਾਂ ਦੀ ਗਲਤ ਵਿਆਖਿਆ ਅਰਬ ਇਜ਼ਰਾਈਲ ਨਫ਼ਰਤ ਦਾ ਕਾਰਨ ਬਣ ਗਈ ਉਵੇਂ ਹੀ ਇਸ ਝੂਠੀ ਸਾਖੀ ਨੇ ਮੁਸਲਮਾਨਾਂ ਨੂੰ ਭੁਵਿੱਖ ਦੇ ਵਿੱਚ ਜਹੂਦੀਆਂ ਦੇ ਕਤਲਾਂ ਦੇ ਲਈ ਆਗਿਆ ਦਿੱਤੀ ਇਹ ਵਾਰਦਾਤ ਜੇ ਦੁਸ਼ਮਣੀ ਕਾਰਨ ਯਹੂਦੀਆਂ ਆਪਣੇ ਗ੍ਰੰਥਾਂ ਦੇ ਵਿੱਚ ਲਿਖ ਦਿੰਦੇ ਤਾਂ ਮੁਸਲਮਾਨਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਨੂੰ ਰੱਦ ਕਰ ਦੇ। નિર્ਦੋਸ਼ ਨਬੀ ਉੱਪਰ ਯਹੂਦੀਆਂ ਦੀ ਥਾਂ ਮੁਸਲਮਾਨ ਇਲਜ਼ਾਮ ਲਾ ਰਹੇ ਹਨ ਤੇ ਇਸਲਾਮੀ ਜਗਤ ਫਖਰ ਦੇ ਨਾਲ ਸਾਖੀ ਸੁਣ ਰਿਹਾ ਹੈ। ਸਾਲ 1163 ਦੇ ਵਿੱਚ ਖਬਰ ਫੈਲੀ ਕਿ ਯਹੂਦੀ ਮਦੀਨੇ ਦੇ ਵਿੱਚ ਨਬੀ ਦੀ ਕਬਰ ਪੁੱਟ ਕੇ ਦਬੀਆਂ ਕੀਮਤੀ ਵਸਤਾਂ ਤੇ ਡਾਕਾ ਮਾਰ ਰਹੇ ਨੇ। ਜਿੱਥੇ-ਜਿੱਥੇ ਇਸਲਾਮੀ ਵਜ ਇਸਲਾਮੀ ਬਸੋਂ ਸੇ ਹਹਾਕਾਰ ਮਚ ਗਈ ਤੇ ਹਿੰਸਾ ਫੈਲੀ ਕੇਵਲ ਅਫਵਾਸ ਅਦਕਾ ਅਨੇਕ ਯਹੂਦੀ ਕਤਲ ਕੀਤੇ ਤੇ 40 ਯਹੂਦੀ ਮੰਦਰ ਥੇ ਕਰ ਦਿੱਤੇ 9ਵੀਂ ਸਦੀ ਦੇ ਵਿੱਚ ਲਿਬਨਾਨ ਦੇ ਕੁਝ ਇਸਾਈਆਂ ਨੇ ਖਲੀਫੇ ਦੀ ਹਕੂਮਤ ਦੇ ਵਿਰੁੱਧ ਬਗਾਵਤ ਕਰਤੀ ਅਬਦੁੱਲਾ ਬਿਨਾਲ ਸੂਬੇਦਾਰ ਨੇ ਬਗਾਵਤ ਦਬਾ ਕੇ ਸਾਰੇ ਇਸਾਈਆਂ ਨੂੰ ਜਲਾਬਤਨੀ ਦਾ ਹੁਕਮ ਸੁਣਾ ਦਿੱਤਾ ਵਕਤ ਦੇ ਨਾਮ ਬਰਕਾਨ ਕਾਨੂੰਨਦਾਨ ਇਮਾਮ ਅਲ ਅਜ਼ਵੀ ਨੇ ਤੁਰੰਤ ਇਸ ਫੈਸਲੇ ਦਾ ਵਿਰੋਧ ਕੀਤਾ ਕਿਹਾ ਸਾਰੇ ਇਸਾਈਆਂ ਨੇ ਮਿਲ ਕੇ ਸਰਬਸੰਮਤੀ ਦੇ ਨਾਲ ਬਗਾਵਤ ਨਹੀਂ ਕੀਤੀ ਇਸ ਵਾਸਤੇ ਸਾਰਿਆਂ ਨੂੰ ਸਜ਼ਾ ਦੇਣੀ ਵਾਜਬ ਨਹੀਂ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਥੋੜੇ ਬੰਦਿਆਂ ਦੀ ਗਲਤੀ ਦੀ ਸਜ਼ਾ ਬਹੁਤੇ ਭੁਗਤਣ ਇਹ ਰੱਬੀ ਕਾਨੂੰਨ ਨਹੀਂ ਰੱਬ ਦੀ ਰਜ਼ਾ ਹੈ ਕਿ ਜੇ ਬਹੁਤੇ ਗਲਤੀ ਕਾਰਨ ਕਰ ਬੈਠਣ ਤਾਂ ਵੀ ਥੋੜਿਆਂ ਨੂੰ ਸਜ਼ਾ ਦਿੱਤੀ ਜਾਵੇ ਬਨੂ ਉਰੇਜ਼ਾ ਦੀ ਸਾਖੀ ਸੱਚੀ ਹੁੰਦੀ ਉਸ ਦੇ ਆਧਾਰ ਦੇ ਉੱਤੇ ਸਾਰੇ ਸਾਈਆਂ ਨੂੰ ਦੇਸ਼ ਨਿਕਾਲਾ ਨਹੀਂ ਮੌਤ ਦੀ ਸਜ਼ਾ ਦਿੱਤੀ ਜਾਂਦੀ ਕਿਉਂਕਿ ਨਬੀ ਨੇ ਅਜਿਹਾ ਕੀਤਾ ਨਬੀ ਦੇ ਨਾਲ ਯਹੂਦੀਆਂ ਤੇ ਬੁੱਤਪ੍ਰਸਤਾਆਂ ਦੀਆਂ ਕਈ ਲੜਾਈਆਂ ਹੋਈਆਂ ਕਿਸੇ ਦੇ ਵਿੱਚ ਸਮੂਹਕ ਕਤਲੇਆਮ ਦੀ ਘਟਨਾ ਨਹੀਂ ਘਟੀ ਬਨੂ ਵਾਲੀ ਸਾਖੀ ਨੂੰ ਆਧਾਰ ਬਣਾ ਕੇ ਨਬੀ ਦੇ ਦਿਹਾਂਤ ਤੋਂ ਬਾਅਦ ਮੁਸਲਮਾਨਾਂ ਨੇ ਇਸ ਦੇ ਨਾਲ ਮਿਲਦੇ ਅਨੇਕ ਸਮੂਹਕ ਨਰ ਸੰਗਾਰ ਕੀਤੇ ਜਿਨ੍ਹਾਂ ਨੂੰ ਨਸਲੀ ਨਸਲੀ ਸਫਾਈ ਦੀਆਂ ਮੁਹਿੰਮਾਂ ਕਿਹਾ ਗਿਆ ਅਸੀਂ ਦੇਖਣਾ ਹੈ ਕਿ ਜੇ ਬਨੂ ਕੁਰੇਜ਼ਾ ਦੇ 900 ਜਹੂਦੀਆਂ ਦੇ ਕਤਲੇਆਮ ਦੀ ਸਾਖੀ ਸੱਚੀ ਹੈ ਫਿਰ ਸੱਚ ਹੈ ਕਿ ਇਸਲਾਮ ਦੇ ਵਿੱਚ ਦਰਿੰਦਗੀ ਭਰੇ ਨਰ ਸੰਘਾਰ ਦੀ ਆਗਿਆ ਹੈ ਤੇ ਇਹ ਪ੍ਰਥਾ ਭਵਿੱਖ ਦੇ ਵਿੱਚ ਵੀ ਚਲਦੀ ਰਹੇਗੀ ਸਮਕਾਲੀ ਤੱਥਾਂ ਤੇ ਸਬੂਤਾਂ ਦੀ ਅਨਹੋਂਦ ਦੇ ਕਾਰਨ ਜਿਸ ਸਾਖੀ ਨੂੰ ਰੱਦ ਕਰ ਦਿੱ ਗਏ ਤਾਂ ਅਰਬ ਇਜ਼ਰਾਈਲ ਕੁੜੱਤਨ ਘਟੇ पाक نبی ਦੀ ਦਿਆਲੂ ਸ਼ਖਸੀਅਤ ਦਾਗੀ ਨਾ ਹੋਵੇ ਤੇ ਭਵਿੱਖ ਦੇ ਵਿੱਚ ਅਜੇ ਹਿੰਸਕ ਰੁਝਾਨ ਨੂੰ ਨੱਥ ਪਵੇ ਜੇ ਦੂਜਾ ਰਸਤਾ અપਨਾ ਕੇ ਇਸ ਸਾਖੀ ਨੂੰ ਨਾ ਮੰਨੀਏ ਤਾਂ ਇੱਕ ਮੁਸ਼ਕਲ ਹੋਰ ਸਾਹਮਣੇ ਆਏਗੀ ਉਹ ਇਹ ਹੈ ਕਿ ਅਜੇਹਾ ਸਰਵੇਖਣ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਪਤਾ ਲੱਗੇ ਕਿ ਹਦੀਸ ਦੇ ਵਿੱਚ ਹੋਰ ਕੀ ਕੀ ਮਿਲਾਵਟਾਂ ਨੇ ਜਿਹੜੀਆਂ ਕੁਰਾਨ ਦੀ ਸਿੱਖਿਆ ਦੇ ਨਾਲ ਮੇਲ ਨਹੀਂ ਖਾਂਦੀਆਂ ਦੋਹਾਂ ਦੇ ਵਿੱਚੋਂ ਆਖਰ ਜਦੋਂ ਇੱਕ ਦੀ ਚੋਣ ਕਰਨੀ ਪਈ ਹਦੀਸ ਕੀ ਕੁਰਾਨ ਉਦੋਂ ਕੁਰਾਨ ਮੱਥੇ ਦੇ ਨਾਲ ਲਾਉਣਾ ਪਵੇਗਾ ਕਿਉਂਕਿ ਰੱਬ ਦੇ ਬੋਲ ਨੇ ਤੇ ਹਦੀਸ ਦੇ ਵਿੱਚ ਗਲਤੀਆਂ ਹੋ ਸਕਦੀਆਂ ਨੇ ਇਹ ਮਨੁੱਖੀ ਲਿਖਤ ਹੈ ਮਨੁੱਖ ਦੀ ਲਿਖਤ ਸਦਕਾ ਭੂਤਕਾਲ ਦੇ ਵਿੱਚ ਬਥੇਰਾ ਖੂਨ ਵਗ ਚੁੱਕਿਆ ਹੈ ਰੁਕੇ ਤਾਂ ਭਲਾ ਹੋਵੇ ਪਾਕਿਸਤਾਨੋਂ ਕੈਨੇਡਾ ਵਸ ਗਏ ਕਰਨਲ ਅਨਵਰ ਅਹਿਮਦ ਨੇ ਦੱਸਿਆ ਉਹ ਦੱਸਦੇ ਨੇ ਕਿ 1930 ਦੇ ਵਿੱਚ ਮੈਂ ਸਕੂਲ ਦੇ ਵਿੱਚ ਪੜਦਾ ਸਾਂ ਜਦੋਂ ਪਿਸ਼ਾਵਰ ਦੇ ਵਿੱਚ ਰੂਸੀ ਜਹੂਦੀਆਂ ਦਾ ਇੱਕ ਕਾਰਵਾਂ ਆ ਕੇ ਵਸ ਗਿਆ ਇੱਕ ਵੱਡੀ ਹਵੇਲੀ ਖਰੀਦ ਕੇ ਉਸ ਦੇ ਵਿੱਚ ਆਪਣਾ ਮੰਦਰ ਬਣਾ ਲਿਆ ਜਦੋਂ ਹਿਟਲਰ ਸਟਾਲਿਨ ਦੀ ਸੰਧੀ ਹੋ ਗਈ ਉਦੋਂ ਜਾਨ ਬਚਾ ਕੇ ਅਫਗਾਨਿਸਤਾਨ ਦੇ ਰਸਤੇ ਦੇ ਵਿੱਚ ਇਹ ਲੋਕ ਹਿੰਦੂਸਤਾਨ ਦੇ ਵਿੱਚ ਆ ਗਏ ਤੇ ਬਚ ਗਏ ਬੇਸ਼ੱਕ ਇਹਨਾਂ ਨੇ ਆਪਣਾ ਵਸੇਵਾ ਹਿੰਦੂਸਤਾਨ ਦੇ ਉਸ ਇਲਾਕੇ ਦੇ ਵਿੱਚ ਕੀਤਾ ਜਿੱਥੇ ਮੁਸਲਮ ਵਸੋਂ ਬਹੁ ਗਿਣਤੀ ਦੇ ਵਿੱਚ ਸੀ ਪਰ ਕਦੀ ਕੁੜੱਤਾਂ ਨਹੀਂ ਸੀ ਹੋਈ ਹਿੰਦੁਸਤਾਨ 1947 ਦੇ ਵਿੱਚ ਆਜ਼ਾਦ ਹੋ ਗਿਆ ਤੇ ਜਹੂਦੀ ਪਾਕਿਸਤਾਨ ਦੇ ਵਾਲੇ ਪਾਸੇ ਰਹਿ ਗਏ 1948 ਦੇ ਵਿੱਚ ਫਲਸਤੀਨ ਕੱਟ ਕੇ ਇਜ਼ਰਾਈਲ ਬਣਾ ਦਿੱਤਾ ਗਿਆ ਤੇ ਜਹੂਦੀ ਪੇਸ਼ਾਵਰ ਦੇ ਵਿੱਚੋਂ ਫਿਰ ਉੱਜੜ ਗਏ ਕਿਉਂਕਿ ਹੁਣ ਮੁਸਲਮਾਨਾਂ ਤੋਂ ਜਾਨ ਦਾ ਖਤਰਾ ਬਣ ਗਿਆ ਪਾਕਿਸਤਾਨ ਦਾ ਮੁਸਲਮਾਨ ਖੁਸ਼ ਸੀ ਕਿ ਉਹਨਾਂ ਨੂੰ ਆਪਣਾ ਮਨਪਸੰਦ ਸੰਤੰਤਰ ਦੇਸ਼ ਮਿਲ ਗਿਆ ਪਰ ਦੁਨੀਆ ਭਰ ਦੇ ਮੁਸਲਮਾਨ ਦੁਖੀ ਹੋਏ ਕਿ ਇਜ਼ਰਾਈਲ ਜਹੂਦੀਆਂ ਨੂੰ ਕਿਉਂ ਦੇ ਦਿੱਤਾ ਗਿਆ ਹਿੰਦੁਸਤਾਨ ਦੀ ਵੰਡ ਹੋਈ ਮੁਸਲਮਾਨ ਖੁਸ਼ ਸਨ ਪਰ ਫਲਸਤੀਨ ਦੀ ਵੰਡ ਕਿਉਂ ਹੋਵੇ ਤਲ ਅਬੀਬ ਦੇ ਇੱਕ ਮੁਸਲਮਾਨ ਵਾਸੀ ਨੇ ਤਾਰੀਕ ਨੇ ਪੁੱਛਿਆ ਜੇ ਆਗਿਆ ਮਿਲੇ ਤਾਂ ਤੁਸੀਂ ਅਰਬ ਦੇਸ਼ ਦੇ ਵਿੱਚ ਜਾਣਾ ਚਾਹੋਗੇ ਉਹ ਹੱਸ ਪਿਆ ਤੇ ਕਹਿੰਦਾ ਹੈ ਕਿਹਾ ਕਿ ਮੁਸਲਮਾਨ ਹੋਣ ਕਰਕੇ ਤੁਸੀਂ ਮੈਨੂੰ ਮੂਰਖ ਸਮਝ ਲਿਆ ਜਿੱਥੇ ਫਤਿਹ ਅਤੇ ਹਮਾਲ ਦਾ ਰਾਜ ਹੋਵੇ ਉਥੇ ਮੈਂ ਜਾਵਸਾਂ ਤੁਸੀਂ ਆਪਣੀ ਗੱਲ ਕਰੋ ਕੈਨੇਡੀਅਨ ਪਾਸਪੋਰਟ ਵਾਪਸ ਕਰਕੇ ਤੁਸੀਂ ਪਾਕਿਸਤਾਨ ਦੇ ਵਿੱਚ ਵਸਣ ਦੇ ਲਈ ਤਿਆਰ ਹੋ ਉਹਨੂੰ ਸਵਾਲ ਕਰ ਦਿੰਦਾ ਅੱਗੇ ਉਹ ਇਜ਼ਰਾਈਲ ਦੇ ਵਿੱਚ ਵਸਦੀ ਮੁਸਲਮਾਨ ਜਨਤਾ ਤੇ ਦੁਨੀਆ ਦੇ ਵਿੱਚ ਬਾਕੀ ਦੇਸ਼ਾਂ ਦੇ ਮੁਸਲਮਾਨਾਂ ਦਾ ਸਰਵੇਖਣ ਕਰਵਾ ਕੇ ਜਾਣਿਆ ਗਿਆ ਕਿ ਜਹੂਦੀਆਂ ਨੂੰ ਕਿੰਨੇ ਫੀਸਦੀ ਮੁਸਲਮਾਨ ਨਫ਼ਰਤ ਕਰਦੇ ਐ ਪਾਕਿਸਤਾਨ ਸਮੇਤ ਹਰੇਕ ਇਸਲਾਮੀ ਦੇਸ਼ ਦੇ ਵਸਿੰਦੇ ਭਾਰੀ ਗਿਣਤੀ ਚ ਜਹੂਦੀਆਂ ਦੇ ਖਿਲਾਫ ਨੇ ਜਦੋਂ ਕਿ ਇਜ਼ਰਾਈਲ ਦੇ ਮੁਸਲਮਾਨ ਸੰਤੁਸ਼ਟ ਨੇ ਧਾਰਿਕ ਨੇ ਇੱਕ ਪਾਕਿਸਤਾਨੀ ਔਰਤ ਨੂੰ ਕਿਹਾ ਮੈਂ ਇਜ਼ਰਾਈਲ ਜਾ ਕੇ ਆਇਆ ਤੁਸੀਂ ਖਾਮ ਖਾਹ ਜਹੂਦੀਆਂ ਵਿਰੋਧ ਕਿਉਂ ਗੱਲਾਂ ਕਰੀ ਜਾਂਦੇ ਹੋ ਨੇ ਨੇਕ ਵਕਤ ਬੀਬੀ ਬੋਲੀ ਜਿਸ ਮਾਸ਼ਰੇ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿਹੜਾ ਬੰਦਾ ਜਹੂਦੀਆਂ ਦੇ ਖਿਲਾਫ ਨਹੀਂ ਬੋਲਦਾ ਉਸ ਨੂੰ ਚੰਗਾ ਮੁਸਲਮਾਨ ਨਹੀਂ ਸਮਝਿਆ ਜਾਂਦਾ ਯਾਨੀ ਕਿ ਬੁਰਾਈ ਵੈਸੇ ਜੇ ਕੁਰਾਨ ਸ਼ਰੀਫ ਕੁਰਾਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬੁਰਾਈ ਕਰਨ ਦਾ ਤਾਂ ਹਰਾਮ ਦੱਸਿਆ ਜਾਂਦਾ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਹਾਂ ਬਾਕੀ ਤੁਸੀਂ ਦੱਸ ਸਕਦੇ ਹੋ ਜਿਹੜੇ ਜਾਣਦੇ ਹੋ ਪਰ ਉਹਦੇ ਵਿੱਚ ਲੋਕ ਕਹਿੰਦੇ ਨੇ ਕਿ ਦੂਸਰੇ ਪਾਸੇ ਜਿਹੜੇ ਕਟੜ ਲੋਕ ਨੇ ਜਾਂ ਜਿਹੜਾ ਬੈਰ ਵਿਰੋਧ ਵਧਾਉਂਦੇ ਨੇ ਉਹ ਇਹ ਕਹਿੰਦੇ ਨੇ ਕਿ ਜੇ ਉਹਨਾਂ ਨੂੰ ਬੁਰਾ ਨਹੀਂ ਕਹਿੰਦੇ ਤਾਂ ਤੁਸੀਂ ਮਤਲਬ ਕੀ ਚੰਗੇ ਮੁਸਲਮਾਨ ਨਹੀਂ ਬਣ ਸਕਦੇ ਮੈਨੂੰ ਬਲਵੰਤ ਗਾਰਗੀ ਦੀ ਗੱਲ ਯਾਦ ਆ ਗਈ ਉਹ ਲਿਖਦਾ ਮੈਂ ਅਮਰੀਕਾ ਪੜ੍ਹ ਕੇ ਵਾਪਸ ਆਇਆ ਤਾਂ ਲੇਖਕ ਭਾਈਚਾਰੇ ਨੇ ਮੇਰਾ ਹੁੱਕਾ ਪਾਣੀ ਛੇਕ ਦਿੱਤਾ ਸਾਰੇ ਪੰਜਾਬੀ ਲੇਖਕ ਕਮਿਊਨਿਸਟ ਅਮਰੀਕਾ ਪੂੰਜੀਪਤੀ ਦੇਸ਼ ਛੇਕੇ ਹੋਏ ਦੇਸ਼ੋਂ ਆਏ ਬੰਦੇ ਦੇ ਨਾਲ ਕੀ ਸਰੋਕਾਰ ਰੱਖਣ ਫਿਰ ਮੈਂ ਮਜਬੂਰਾਂ ਰੋਜ਼ ਦਾ ਹੱਜ ਕਰਕੇ ਆਇਆ ਤਾਂ ਦੋਸਤਾਂ ਨੇ ਦੁਆ ਸਲਾਮ ਦਾ ਜਵਾਬ ਦੇਣਾ ਸ਼ੁਰੂ ਕੀਤਾ ਪੰਜਾਬੀ ਦਾ ਅਖਾਣ ਹੈ ਊਂਠ ਨਾ ਕੁੱਦੇ ਬੋਰੇ ਕੁੱਦੇ ਫਲਸਤੀਨ ਦੇ ਵਿੱਚ ਚੋਣਾ ਹੋਈਆਂ ਤਾਂ ਫਤਿਹ ਨੂੰ ਹਰਾ ਕੇ ਹਮਾਸ ਦੇਤੇ ਕਿ ਲੱਗਿਆ ਕਿ ਲੋਕਤੰਤਰ ਬਹਾਲ ਹੋ ਜਾਏਗਾ ਫਤਿਹ ਨੇ ਹਮਾਸ ਨੂੰ ਮਾਨਤਾ ਨਹੀਂ ਦਿੱਤੀ ਦੋਵੇਂ ਖਾੜਕੂ ਜੱਥੇਬੰਦੀਆਂ ਆਪਸ ਦੇ ਵਿੱਚ ਭੜਦਿਆਂ ਰਹੀਆਂ ਇਸ ਦਾ ਕਾਰਨ ਲੱਭਦਿਆਂ ਅਰਬ ਸ਼ਾਇਰ ਅਦੂ ਅਦੋਨੀਸ ਇਸ ਸਿੱਟੇ ਦੇ ਉੱਤੇ ਪਹੁੰਚਦਾ ਕਿ ਧਰਮ ਨੂੰ ਸਿਆਸਤ ਤੋਂ ਵੱਖ ਕਰਨਾ ਨਿਹਾਈਤ ਜ਼ਰੂਰੀ ਹੈ ਉਸ ਦਾ ਕਥਨ ਹੈ ਕਿ ਹਮਾਸ ਨੂੰ ਸਰਤਾ ਦੇ ਵਿੱਚ ਲਿਆਉਣ ਵਾਲੇ ਸ਼ੁਭ ਚਿੰਤਕਾਂ ਦੇ ਵਿੱਚ ਮੈਂ ਵੀ ਹਾਂ ਪਰ ਹਮਾਸ ਸਿਆਸਤ ਕਰੇ ਸ਼ਰਾ ਸ਼ਰਾ ਦੇ ਨਾਲ ਉਸਨੇ ਕੀ ਲੈਣਾ ਦੇਣਾ ਹੈ ਇਹ ਫਲਸਤੀਨੀਆ ਦਾ ਨਿੱਜੀ ਮਸਲਾ ਹੈ ਜੇ ਮਜਬ ਦੀ ਓਟ ਦੇ ਵਿੱਚ ਹਮਾਸ ਫਲਸਤੀਨ ਨੂੰ ਆਜ਼ਾਦ ਸਟੇਟ ਬਣਾਉਣ ਦੇ ਵਿੱਚ ਕਾਮਯਾਬ ਹੋ ਗਈ ਮੈਂ ਅਜੇਹ ਸਟੇਟ ਦੇ ਖਿਲਾਫ ਹਾਂ ਇਹੋ ਜਿਹੀ ਜਨੂਨੀ ਸਟੇਟ ਤੋਂ ਮੁਕਤੀ ਵਾਸਤੇ ਮੈਨੂੰ ਫਿਰ ਲੜਨਾ ਪਵੇਗਾ ਜੂਨ 2007 ਦੇ ਵਿੱਚ ਦੁਨੀਆ ਨੇ ਹਮਾਲ ਦੇ ਜੰਗੀ ਅਪਰਾਧ ਦੇਖ ਲਏ ਜਦੋਂ ਉਹਨਾਂ ਨੇ ਫਤਿਹ ਦੇ ਜ਼ਖਮੀ ਸਿਪਾਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੇ ਅਸੀਂ ਮੱਧ ਜੁਗੀ ਮੌਲਵੀ ਮਾਹੌਲ ਦੇ ਖੋਲ ਦੇ ਵਿੱਚੋਂ ਨਾ ਨਿਕਲੇ ਨਾ ਖੋਲ ਚੋਂ ਤਾਂ ਖਤਮ ਹੋਏ ਜਾਣੋ ਸਾਡੀ ਗਿਣਤੀ ਬਹੁਤ ਹੈ ਸੰਗਠਿਤ ਵੀ ਹੋ ਸਕਦੀ ਆ ਪਰ ਸਾਡੇ ਵਿੱਚੋਂ ਸਮੇਂ ਅਨੁਕੂਲ ਜੇ ਸਿਰਜਣ ਸ਼ਕਤੀ ਨਾ ਰਹੀ ਫਿਰ ਖੇਡ ਖਤਮ ਸਮਝ ਲਓ ਚਾਹੀਦਾ ਤਾਂ ਇਹ ਹੈ ਕਿ ਇਸਲਾਮ ਆਧੁਨਿਕ ਜਹਾਨ ਦੀ ਵਿਗਿਆਨ ਟੈਕਨੋਲੋਜੀ ਆਰਟ ਸਿਆਸਤ ਦੇ ਵਿੱਚ ਅਗਵਾਈ ਕਰੇ ਇਹ ਨਹੀਂ ਹੋ ਰਿਹਾ ਜਿਹੜੇ ਲੀਡ ਲੀਡ ਦੇ ਰਹੇ ਨੇ ਜੋ ਕੁਝ ਪਿੱਛੋਂ ਲੀਡ ਕਰ ਰਹੇ ਨੇ ਲੀਡ ਦੇ ਰਹੇ ਨੇ ਉਹਨਾਂ ਦੇ ਨਾਲ-ਨਾਲ ਸਪੀਡ ਫੜੀਏ ਆਪਾਂ ਅਸੀਂ ਤਾਂ ਹਤਾਸ਼ ਲੱਤਾਂ ਨਿਸਾਲੀ ਬੈਠੇ ਆਂ ਜਿਨ੍ਹਾਂ ਨੂੰ ਅਸੀਂ ਆਪਣੇ ਨਿੰਦਕ ਦੁਸ਼ਮਣ ਤੇ ਕਾਫਰ ਆਖ ਕੇ ਰੱਦ ਕਰ ਚੁੱਕੇ ਆਂ ਉਹਨਾਂ ਨੂੰ ਸਾਡੇ ਤੋਂ ਵਧੇਗ ਪਤਾ ਹੈ ਕਿ ਇਸਲਾਮ ਕਿੰਨਾ ਤਾਕਤਵਰ ਹੈ ਇਸ ਦੇ ਵਿੱਚ ਕਿੰਨੀਆਂ ਖੂਬੀਆਂ ਨੇ ਮਸਜਿਦ ਦੇ ਵਿੱਚ ਬੰਦ ਬੈਠੀਆਂ ਸਦੀਆਂ ਬੀਤ ਗਈਆਂ ਹਨ ਨਿਕਲ ਕੇ ਦੇਖੋ ਬਾਹਰ ਵੀ ਇੱਕ ਦੁਨੀਆ ਖੇੜੇ ਦੇ ਵਿੱਚ ਵਸ ਰਹੀ ਹੈ ਬਿਲਕੁਲ ਇਸੇ ਸੂਰਤ ਦੇ ਵਿੱਚ 70ਵਿਆਂ ਦੇ ਦੌਰਾਨ ਰੂਸ ਦੇ ਜਲਾਵਤਨੀ ਭੋਗ ਰਹੇ ਨੋਬਲ ਇਨਾਮ ਜੇਤੂ ਨਾਵਲਕਾਰ ਸਿਕੰਦਰ ਸੋਲਜ਼ੇ ਨਿਤਸਿਨ ਨੇ ਰੂਸੀ ਸਰਕਾਰ ਨੂੰ ਲੰਮਾ ਖੁੱਲਾ ਖੱਤ ਲਿਖਿਆ ਸੀ ਤੁਸੀਂ ਆਪਣੇ ਦੇਸ਼ ਦੇ ਦੁਆਲੇ ਫੌਲਾਦ ਦੀ ਉੱਚੀ ਦੀਵਾਰ ਉਸਾਰ ਲਈ ਹੈ ਬਾਹਰੋਂ ਅੰਦਰ ਅੰਦਰੋਂ ਬਾਹਰ ਕੁਝ ਨਹੀਂ ਦਿਖਦਾ ਜਦੋਂ ਇਹ ਕੰਧ ਤੋੜ ਕੇ ਬਾਹਰ ਨਿਕਲੋਗੇ ਤਾਂ ਦੇਖੋਗੇ ਕਿ ਸੂਰਜ ਦੇਰ ਪਹਿਲਾਂ ਦਾ ਚੜ ਚੁੱਕਿਆ ਹੈ ਤਾ ਵੀ ਉੱਲੂ ਤੋਂ ਇਹ ਉਮੀਦ ਕਿਉਂ ਰੱਖੀਏ ਤਾਂ ਵੀ ਉੱਲੂ ਤੋਂ ਇਹ ਉਮੀਦ ਕਿਉਂ ਰੱਖੀਏ ਕਿ ਉਹ ਸੂਰਜ ਦੀ ਪ੍ਰਸ਼ੰਸਾ ਕਰੇ ਜੇ ਬਦਨਾਮ ਜਹੂਦੀ ਬੁਰਾ ਹੈ ਫਿਰ ਮੁਸਲਮਾਨ ਮੁਸਲਮਾਨ ਦਾ ਕਤਲੇਆਮ ਕਿਉਂ ਕਰ ਰਿਹਾ ਹੈ ਦਾਰਫੁਰ ਦੇ ਵਿੱਚ ਉਸਮਾਨ ਮੁਸਲਮਾਨਾਂ ਦਾ ਖੂਨ ਡੁੱਲਿਆ ਹੈ ਦਾਰਫੁਰ ਚ ਮੁਸਲਮਾਨਾਂ ਦਾ ਖੂਨ ਡੁੱਲਿਆ ਹੈ ਪਾਕਿਸਤਾਨ ਤੇ ਬਾਕੀ ਅਰਬ ਦੇਸ਼ ਸ਼ੀਆ ਮੁਸਲਮਾਨਾਂ ਦੀ ਨਸਲਕੁਸ਼ੀ ਕਰ ਰਹੇ ਨੇ ਚਾਰ ਇਸਲਾਮੀ ਦੇਸ਼ਾਂ ਦੇ ਵਿੱਚ Kurds ਦਾ ਨਰ ਸੰਘਾਰ ਅਤੇ ਪਾਕਿਸਤਾਨੀ ਫੌਜਾਂ ਹੱਥੋਂ ਬੰਗਲਾਦੇਸ਼ੀਆਂ ਦੇ ਜੀਆਕਾਤ ਕਾਰਨ ਮੁਸਲਮਾਨਾਂ ਦੀ ਕਿਹੜੀ ਸ਼ਾਨ ਬਣੀ ਮੁਸਲਮਾਨ ਨਸਲਵਾਦ ਕਬੀਲਾਵਾਦ ਉੱਚ-ਨੀਚ ਦੇ ਵਿੱਚੋਂ ਨਿਕਲ ਨਹੀਂ ਸਕੇ ਜੋ ਕਿ ਇਸ ਵਾਮ ਦੇ ਅਸੂਲਾਂ ਦੇ ਉਲਟ ਹੈ 14ਵੀਂ ਸਦੀ ਦੇ ਵਿੱਚ ਇਬਨ ਤੈਮ ਇਬਨ ਤੈਮੀਆਂ ਨੇ ਇਸ ਫੁੱਟ ਦੇ ਬੀਜ ਬੀਜੇ ਦਮ ਦਮ ਸਖਸ ਦੇ ਇਸ ਵਿਦਵਾਨ ਨੂੰ ਸ਼ੈਖੁਲ ਇਸਲਾਮ ਦੀ ਉਪਾਧੀ ਮਿਲੀ ਇਸਨੇ ਐਲਾਨ ਕੀਤਾ ਕਿ ਸਾਰੇ ਮੁਸਲਮਾਨਾਂ ਦੇ ਨਾਲੋਂ ਅਰਬੀ ਨਸਲ ਉੱਤਮ ਹੈ ਉੱਚੀ ਹੈ ਅਰਬਾਂ ਦੇ ਵਿੱਚੋਂ ਵੀ ਫਿਰ ਉਸਨੇ ਦਰਜਾਬੰਦੀ ਕਰਦਿਆਂ ਕਿਹਾ ਕਿ ਕੁਰੈਸ਼ ਸਭ ਅਰਬਾਂ ਤੋਂ ਉੱਪਰ ਨੇ ਕੁਰੈਸ਼ਾਂ ਦੇ ਵਿੱਚੋਂ ਵੀ ਬਨੀ ਹਾਸ਼ਮ ਸਭ ਤੋਂ ਪਵਿੱਤਰ ਖਾਨਦਾਨ ਹੈ ਇਹ ਸਿਆਸੀ ਚਾਲ ਸੀ ਜਿਸ ਦੇ ਤਹਿਤ ਹਜ਼ਰਤ ਮੁਹੰਮਦ ਸਾਹਿਬ ਦੇ ਦੇਹਾਂ ਤੋਂ ਉਪਰੰਤ ਮਦੀਨੇ ਦੇ ਅਰਬਾਂ ਦਾ ਖਲੀਫੀਆ ਦੀ ਹਕੂਮਤ ਉੱਪਰ ਕਬਜ਼ਾ ਜਾਇਜ਼ ਠਰਾਇਆ ਗਿਆ ਫਲਸ ਫਲਸ ਰੂਪ ਇਸ ਖਾਨਦਾਨ ਨੇ 800 ਸਾਲ ਤੱਕ ਹਕੂਮਤ ਦੇ ਉੱਪਰ ਕਬਜ਼ਾ ਕਰ ਰੱਖਿਆ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਪਖਤੂਨਾਂ ਨੇ ਇਸ ਮਿਥ ਦੇ ਉੱਪਰ ਯਕੀਨ ਕਰਦਿਆਂ ਉਸامہ ਬਿੰ ਲਾਦਨ ਨੂੰ ਆਪਣਾ ਜਹਾਦੀ ਇਮਾਮ ਮੰਨ ਲਿਆ ਕਿਉਂਕਿ ਉਹ ਅਰਬ ਸੀ ਅਰਬੀ ਸੀ ਇਸ ਕਰਕੇ ਬਾਕੀਆਂ ਦੇ ਨਾਲੋਂ ਉੱਤਮ نسل ਦਾ ਸੀ ਜਿਸ ਦੀ ਮੇਜ਼ਬਾਨੀ ਪਖਤੂਨਾਂ ਦਾ ਫਰਜ਼ ਹੈ ਮੁਸਲਮਾਨਾ ਦੇ ਵਿੱਚ ਦਰਜਾਬੰਦੀ ਦੀ ਇਹ ਬਿਮਾਰੀ ਜੇ ਕਾਇਮ ਹੈ ਫਿਰ ਕਿਵੇਂ ਆਸ ਕਰੀਏ ਕਿ ਉਹ ਹਿੰਦੂਆਂ ਇਸਾਈਆਂ ਸਿੱਖਾਂ ਜਾਂ ਨਾਸਤਿਕਾਂ ਨੂੰ ਬਰਦਾਸ਼ਤ ਕਰ ਲੈਣਗੇ ਇੱਕ ਆਨਲਾਈਨ ਸੁੰਨੀ ਇਸਲਾਮਿਕ ਵਿਦਿਆ ਕੇਂਦਰ ਹੈ ਸੁੰਨੀ ਪਾਥ ਇਸ ਰਾਹੀ ਕਿਸੇ ਜਵਾਨ ਨੇ ਪੁੱਛਿਆ ਕਿ ਬਾਕੀ ਕੌਮਾਂ ਦੇ ਨਾਲ ਉਹ ਅਰਬ ਸੁਪੀਰੀਅਰ ਹਨ ਫਲਸਤੀਨੀ ਸ਼ੇਖ ਅਮਜ਼ਦ ਰਸ਼ੀਦ ਨੇ ਉੱਤਰ ਦਿੱਤਾ ਹਦੀਸ ਦੇ ਵਿੱਚ ਇਹੋ ਹੀ ਦਰਜ ਹੈ ਅਰਥ ਬਾਕੀ ਕੌਮਾਂ ਦੇ ਨਾਲੋਂ ਉੱਤਮ ਨੇ ਤੇ ਕੁਝ ਅਰਥ ਜਾਨੀ ਕਿ ਕਹਿੰਦਾ ਕਿ ਅਰਬ ਬਾਕੀ ਕੌਮਾਂ ਦੇ ਨਾਲੋਂ ਉੱਤਮ ਨੇ ਤੇ ਕੁਝ ਅਰਬ ਬਾਕੀ ਅਰਬਾਂ ਤੋਂ ਉੱਪਰ ਹਨ ਮੁਸਲਮਾਨ ਨੂੰ ਇਹ ਤੱਥ ਮੰਨਣਾ ਪਵੇਗਾ ਕਿਉਂਕਿ ਹਦੀਸ ਦੇ ਵਿੱਚ ਦਰਜ ਹੈ ਇਸ ਤੱਥ ਨੂੰ ਇਸਲਾਮ ਦਾ ਥੰਮ ਤਾਂ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਇਹ ਨਾ ਮੰਨੇ ਉਹ ਇਸਲਾਮ ਦੇ ਵਿੱਚੋਂ ਛੇਕਿਆ ਜਾਵੇਗਾ ਪਰ ਇਸ ਤੋਂ ਮੁਨਕਰ ਨਹੀਂ ਹੋਣਾ ਗੁਨਾਹ ਜ਼ਰੂਰ ਹੈ ਕਿਉਂਕਿ ਹਦੀਸ ਪਵਿੱਤਰ ਸ਼ਰਾਹ ਹੈ ਸ਼ੇਖ ਮੁਹੰਮਦ ਅਲ ਮੁਨਿੰਨ ਜਿੰਦ ਨੂੰ ਪੁੱਛਿਆ ਗਿਆ ਕਿ ਪੈਗੰਬਰ ਨੇ ਫਰਮਾਇਆ ਸੀ ਜਿਹੜਾ ਅਰਬਾਂ ਨੂੰ ਨਫ਼ਰਤ ਕਰੇਗਾ ਮੈਂ ਸਮਝਾਂਗਾ ਕਿ ਮੈਨੂੰ ਨਫ਼ਰਤ ਕਰਦਾ ਹੈ ਸ਼ੇਖ ਨੇ ਉੱਤਰ ਦਿੱਤਾ ਕਿ ਬੇਸ਼ੱਕ ਹਵਾਲੇ ਵਾਲੀ ਹਦੀਸ ਕਮਜ਼ੋਰ ਹੈ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਹੈ ਕਿ ਅਰਬ ਉੱਤਮ ਨਹੀਂ ਹਨ ਨਫ਼ਰਤ ਦਾ ਹੱਦ ਬੰਨਾ ਨਹੀਂ ਹੁੰਦਾ ਜਨਵਰੀ 210 ਨੂੰ ਰਿਆਦ ਦੀ ਮਸਜਿਦ ਦੇ ਵਿੱਚ ਸਾウਦੀ ਅਰਬ ਦੀ ਸੈਨਾ ਨੂੰ ਸੰਬੋਧਨ ਕਰਦਿਆਂ ਇਮਾਮ ਅਲ ਉਰੇਫੀ ਨੇ ਕਿਹਾ ইরਾਨੀ ਸ਼ੀਆ ਲੋਕ ਮੁਸਲਮਾਨ ਕਾਦ ਹਨ ਉਹ ਪਾਰਸੀ ਤਾੰਤਰਿਕ ਨੇ ਤੇ ਉਹਨਾਂ ਦਾ ਨੇਤਾ ਆਇਤੁੱਲਾ ਅਲ ਸਿਸਤਾਨੀ ਹੰਡਿਆ ਹੋਇਆ ਪਾਪੀ ਨਾਸਤਕ ਹੈ ਪਾਠਕਾਂ ਨੂੰ ਦੱਸਣਾ ਮناسب ਹੈ ਕਿ ਅਲ ਸਿਸਤਾਨੀ ਠੰਡੇ ਦਿਲ ਦਿਮਾਗ ਦਾ ਰੋਸ਼ਨ ਦਿਮਾਗ ਵਿਦਵਾਨ ਹੈ ਜਿਹੜਾ ਕਹਿੰਦਾ ਕਿ ਸਾਰੀ ਮਨੁੱਖਤਾ ਅੱਲਾ ਦਾ ਪਰਿਵਾਰ ਹੈ ਮਿਲ ਜੁਲ ਕੇ ਰਹੋਗੇ ਸੰਸਾਰ ਦੇ ਵਿੱਚ ਅਮਨ ਵਰਤੇਗਾ ਇਸ ਇਮਾਮ ਦਾ ਆਦਰ ਸੁੰਨੀ ਸ਼ੀਆ ਸਾਰੇ ਕਰਦੇ ਨੇ ਕਿਉਂਕਿ ਉਹ ਨੇਕ ਦਿਲ ਦਿਆਲੂ ਇਨਸਾਨ ਮੰਨਿਆ ਜਾਂਦਾ ਹੈ ਅਲ ਉਰੇਫੀ ਨੇ ਅਲ ਸਿਸਤਾਨੀ ਵਿਰੁੱਧ ਜੋ ਜ਼ਹਿਰ ਉਗਲਿਆ ਉਸ ਨੂੰ ਨਿੰਦਨਾ ਤਾਂ ਕੀ ਇੱਕ ਪਾਸੇ 41 ਵਹਾਬੀ 41 ਵਹਾਬੀ ਅਰਬ इमाम माने उस दी भरपूर प्रशंसा ਕੀਤੀ حمایت جتائی تے شیعہ نو کافر کہاں دوجیاں قوماں ਧਰਮਾਂ ਕਬੀਲਿਆਂ ਨੂੰ ਨਫ਼ਰਤ ਕਰਨ ਵਾਲਿਆਂ ਜਹਾਦੀਆਂ ਦੀ ਆਪਣੀ ਕੋਈ ਕਮਾਈ ਤਾਂ ਹੈ ਹੀ ਨਹੀਂ ਉਹ ਅਜਿਹਾ ਕਥਨ ਕਰਨ ਪਿੱਛੋਂ ਕੁਰਾਨ ਸ਼ਰੀਫ ਪਿੱਛੇ ਛੁੱਪ ਜਾਂਦੇ ਨੇ ਪੜ੍ਹ ਕੇ ਸੁਣਾਉਂਦੇ ਨੇ ਕਿ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਿਹਾ ਇਹ ਤਾਂ ਕੁਰਾਨ ਸ਼ਰੀਫ ਦੇ ਵਾਕ ਨੇ ਵਾਸਤਵ ਦੇ ਵਿੱਚ ਇਹ ਕੁਰਾਨ ਦੇ ਵਾਕ ਹਰਗिज़ ਨਹੀਂ ਨੇ ਕੁਰਾਨ ਦੇ ਰੱਬੀ ਫਰਮਾਨ ਦੀ ਬੰਦੇ ਕੁਰਾਨ ਦੇ ਰੱਬੀ ਫਰਮਾਨ ਦੀ ਬੰਦਿਆਂ ਵੱਲੋਂ ਕੀਤੀ ਬਦਨੀਤ ਵਿਆਖਿਆ ਹੈ ਜਿਸ ਨੂੰ ਹਦੀਸ ਦਾ ਨਾਮ ਦੇ ਦਿੱਤਾ ਗਿਆ ਪੋਲੈਂਡ ਦੀ ਸਰਕਾਰ ਪੋਲਿਸ਼ ਯਹੂਦੀਆਂ ਦਾ ਅਜਾਇਬ ਘਰ ਉਸਾਰ ਰਹੀ ਹੈ ਜੋ ਅਬਰਾਹਮ ਇਬਨ ਯਾਕੂਬ ਦੇ ਨਾਮ ਦੇ ਉੱਪਰ ਹੋਏਗਾ ਯਾਕੂਬ ਪੋਲੈਂਡ ਦੇ ਵਿੱਚ ਜਾ ਕੇ ਵਸਿਆ ਪਹਿਲਾ ਯਹੂਦੀ ਸੀ ਜਿਸ ਨੇ 1965 ਤੇ 1966 ਦੋ ਸਾਲ ਦੇ ਵਿੱਚ ਪੋਲੈਂਡ ਦਾ ਇਤਿਹਾਸ ਤੇ ਜਿਓਗ੍ਰਾਫੀਆ ਅਰਬੀ ਦੇ ਵਿੱਚ ਲਿਖਿਆ ਉਸ ਸਪੇਨ ਦੇ ਸੁਲਤਾਨ ਪਾਸ ਯਹੂਦੀਆਂ ਵੱਲੋਂ ਰਾਜਦੂਤ ਸੀ ਯਾਕੂਬ ਦੀ ਲਿਖਤ ਦੇ ਵਿੱਚ ਯਹੂਦੀਆਂ ਤੇ ਮੁਸਲਮਾਨਾਂ ਦੇ ਵਿਚਕਾਰ ਲਾਸਾਨੀ ਪ੍ਰੇਮ ਭਾਵਨਾ ਜੋ ਮੌਜੂਦ ਹੈ ਵਰਤਮਾਨ ਨੂੰ ਚਾਹੀਦਾ ਹੈ ਕਿ ਮੱਧਕਾਲ ਤੋਂ ਕੁਝ ਸਿੱਖ ਲਵੇ ਮੱਧਕਾਲ ਤੋਂ ਕੁਝ ਸਿੱਖ ਲਵੇ ਜੀ ਦੋਸਤੋ ਇਹ ਸੀ ਜੀ ਗੱਲਬਾਤ ਅੱਜ ਦੇ ਚੈਪਟਰ ਦੀ ਈਰਾਨ ਤੋਂ ਇਰਾਨੀਆਂ ਦੀ ਗੱਲ ਹਰਪਾਲ ਸਿੰਘ ਪੰਨੂ ਜੀ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਪਰ